Sky Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Aamir Khan and you're listening to South Asian Pulse. अब हर दिन सुने GTA का नंबर वन रेडियो स्टेशन FM 91.9 दोपहर 12 से शाम 6 बजे तक टेलीविजन यू आर वॉचिंग चैनल Y चैनल Y प्राइम मिनिस्टर वेलकम इट्स अ प्लेजर टू बी बैक ऑनलाइन southasiandaily.com द बिगेस्ट साउथ एशियन मीडिया ग्रुप Y मीडिया This part of the program is brought to you by Midweek Newspaper, published every Tuesday. चैनल वाई देख रहे सारे दर्शकों का हार्दिक ते निघा स्वागत है साउथ एशियन 360 लाइव प्रोग्राम लैके तुहाडी खिदमत दे विच हाजिर हो गए हैं उम्मीद करते हैं कि साढ़े सारे ही दर्शक आपो अपने परिवारों के विच सही सलामत होणगे ते गौरमेंट दीआं दित्तीआं होईआं हदायतां दा पालन कर रहे होणगे कोविड दा प्रकोप जी बहुत ही जिहड़ा इस वेले भयंकर रूप धारण कर रहा और जे गल करिए अज डैथ साडीआं जिहड़ीआं टोल आ खास तौर दे उत्ते अंटेरियो दा अज असीं 100 दा अंकड़ा टच कर गए हां 2998 जिहड़े नवें केस हैगे आ और अंकड़ा जिहड़ा मौत दा है जी ओह 100 ਨੂੰ ਅਸੀਂ ਟੱਚ ਕਰ ਗਏ ਹਾਂ ਹੈਲਥ ਪ੍ਰੋਫੈਸ਼ਨਲਸ ਮਾਹਰਾਂ ਦੀ ਗੱਲ ਮੰਨੀ ਜਾਵੇ ਤਾਂ ਉਹ ਕਹਿੰਦੇ ਜੀ ਜਿਹੜੀ ਇਹ ਸੈਕਿੰਡ ਵੇਵ ਆ ਇਟ ਕੁੱਡ ਬੀ ਡੈਡਲੀਐਸਟ ਦੈਨ ਦਾ ਫਸਟ ਵੇਵ ਸੋ ਇਸ ਚੀਜ਼ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਜਿਹਦੇ ਤਹਿਤ ਕੱਲ੍ਹ ਤੋਂ ਜਾਣੀ ਕਿ ਥਰਸਡੇ ਤੋਂ ਜਿਹੜਾ ਬੀਤਾ ਕੱਲ੍ਹ ਆ ਉਸ ਦੇ ਵਿੱਚੋਂ ਜਿਹੜੇ ਆ ਲੋਕਡਾਊਨ ਜਿਹੜਾ ਓਨਟੇਰੀਓ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਬਹੁਤ ਸਾਰੀਆਂ ਇਹਦੇ ਵਿੱਚ ਵੀ ਅਜੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿ ਕੀ ਖੁੱਲ੍ਹਾ ਕੀ ਬੰਦ ਉਹ ਕਹਿੰਦੇ ਜੀ ਇਟਸ ਐਜ਼ ਕਲੀਅਰ ਐਜ਼ ਮੱਡ ਇਹਦੇ ਵਿੱਚ ਇਹ ਅਜੇ ਵੀ ਪੂਰਾ ਗੰਦਲ ਚੌਲਾ ਆ ਵੀ ਕੀ ਕੁਛ ਇਹਦੇ ਵਿੱਚ ਖੁੱਲ੍ਹ ਰਿਹਾ ਅਤੇ ਕੀ ਕੁਛ ਬੰਦ ਕੀਤਾ ਜਾ ਰਿਹਾ ਬਿੱਗ ਬੋਕਸ ਸਾਰੇ ਜਿਹੜੇ ਵੇਅਰ ਹਾਊਸ ਆ ਜਾਂ ਮੈਨੂਫੈਕਚਰਿੰਗ ਆ ਉਹ ਖੁੱਲ੍ਹੀ ਹੈਗੀ ਆ ਨੋਨ ਅਜੈਂਸ਼ੀਅਲ ਚੀਜ਼ਾਂ ਬੰਦ ਹੈਗੀਆਂ ਨੋਨ ਅਜੈਂਸ਼ੀਅਲ ਦੇ ਵਿੱਚ ਵੀ ਕਿਹਨੂੰ ਰੱਖਿਆ ਜਾ ਰਿਹਾ ਕਿਹਨੂੰ ਨਹੀਂ ਰੱਖਿਆ ਜਾ ਰਿਹਾ ਉਹ ਵੀ ਅਜੇ ਸਥਿਤੀ ਜਿਹੜੀ ਉਹ ਕਲੀਅਰ ਨਹੀਂ ਹੈਗੀ ਕਾਫੀ ਕੁਛ ਗੌਰਮੈਂਟ ਨੇ ਗਾਈਡਲਾਈਨਸ ਦੇ ਕੇ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਸੀ ਬਕਾਇਦਾ ਉਹਨਾਂ ਨੇ ਪ੍ਰੈਸ ਰਿਲੀਜ਼ ਵੀ ਕੀਤੀ ਹੈਗੀ ਆ ਔਰ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਦੱਸਿਆ ਵੀ ਹੈਗਾ ਕਿ ਤੁਸੀਂ ਵਾਕ ਵੀ ਕਰ ਸਕਦੇ ਹਾਂ ਬਾਹਰ ਅਪ ਟੂ 5 ਬੰਦਿਆਂ ਨੂੰ ਮਿਲ ਵੀ ਸਕਦੇ ਹਾਂ ਸੋ ਉਹਦੇ ਵਿੱਚ ਵੀ ਕਾਫੀ ਲੋਕਾਂ ਵੱਲੋਂ ਕਿੰਤੂ ਪ੍ਰੰਤੂ ਕੀਤਾ ਗਿਆ ਕਿ ਪਹਿਲਾਂ 10 ਨੂੰ ਮਿਲ ਸਕਦੇ ਸੀ ਹੁਣ 5 ਨੂੰ ਫਿਰ ਇਹ ਲੋਕਡਾਊਨ ਕਿਹੋ ਜਿਹਾ ਹੋਇਆ ਜਾਂ ਤਾਂ ਉਹੀ ਬਕਾਇਦਾ ਜੋ ਯੂਰਪ ਦੇ ਵਿੱਚ ਚੱਲ ਰਿਹਾ ਸੀ ਲੋਕਡਾਊਨ ਖਾਸ ਤੌਰ ਦੇ ਉੱਤੇ ਇਟਲੀ ਸਾਡੇ ਫਰੈਂਡਸ ਹੈਗੇ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਉਹ ਕਹਿੰਦੇ ਸੀ ਜੀ ਵੀ 5 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਤੁਸੀਂ ਨਿਕਲੇ ਹੀ ਨਹੀਂ ਸਕਦੇ ਉਹਨਾਂ ਦੋਵਾਂ ਦੇ ਵਿੱਚ ਤੁਸੀਂ ਬਾਹਰ ਜਾ ਹੀ ਨਹੀਂ ਸਕਦੇ ਜੋ ਤੁਹਾਡੀ ਗੱਡੀ ਦੀ ਨੰਬਰ ਪਲੇਟ ਦੇ ਹਿਸਾਬ ਦੇ ਨਾਲ ਜਿਹੜਾ ਤੁਹਾਡਾ 5 ਕਿਲੋਮੀਟਰ ਦੇ ਰੇਡੀਅਸ ਤੋਂ ਬਾਹਰ ਜਾਂਦੇ ਤਾਂ ਤੁਹਾਨੂੰ ਐਨੀ ਕੋਪ ਕੈਨ ਪੁੱਲ ਯੂ ਆਊਟ ਜ਼ਿਆਦਾ ਉਸ ਲੈਵਲ ਦਾ ਹੁੰਦਾ ਐਮਾਜ਼ੋਨ ਦੇ ਵੇਅਰ ਹਾਊਸ ਅੱਜ ਵੀ ਖੁੱਲ੍ਹੇ ਆ ਮੈਨੂਫੈਕਚਰਿੰਗ ਸਾਡੇ ਜਿਹੜੇ ਕਾਰ ਪਲਾਂਟਸ ਆ ਅੱਜ ਵੀ ਚੱਲ ਰਹੇ ਹੈਗੇ ਆ ਜਦਕਿ ਗੌਰਮੈਂਟ ਨੇ 4 ਕੈਟਾਗਰੀਜ਼ ਦੇ ਵਿੱਚ ਇਸ ਨੂੰ ਬਕਾਇਦਾ ਬ੍ਰੇਕਡਾਊਨ ਕਰਨ ਦੀ ਕੋਸ਼ਿਸ਼ ਕੀਤੀ ਆ ਸਭ ਤੋਂ ਵੱਧ ਸਪਰੈਡ ਮੈਂ ਬਾਰ ਬਾਰ ਕਹਿ ਰਿਹਾ ਜੀ ਸਭ ਤੋਂ ਵੱਧ ਜਿਹੜੀ ਉਹਨਾਂ ਦੀ ਨੰਬਰ 1 ਕੈਟਾਗਰੀ ਹੈਗੀ ਆ ਵੇਅਰ ਹਾਊਸਿੰਗ ਐਂਡ ਮੈਨੂਫੈਕਚਰਿੰਗ ਉਹਦੇ ਵਿੱਚ ਸਭ ਤੋਂ ਵੱਧ ਸਪਰੈਡ ਹੈਗਾ ਔਰ ਉਹੀ ਚੀਜ਼ ਜਿਹੜੀ ਆ ਉਹ ਖੁੱਲ੍ਹੀ ਹੈਗੀ ਆ ਰੈਸਟੋਰੈਂਟ ਅਤੇ ਜਿਹੜੇ ਬਾਰਸ ਆ ਉਹ ਦੂਸਰੇ ਨੰਬਰ 'ਤੇ ਆਉਂਦੇ ਆ ਉਹ ਬੰਦ ਹੈਗੇ ਆ ਸੋ ਕਾਫੀ ਜੀ ਕਿਹਾ ਤਾਂ ਇਹ ਗਿਆ ਸੀ ਕਿ ਸਿਰਫ ਇੱਕ ਗਰੋਸਰੀ ਔਰ ਇੱਕ ਜਿਹੜਾ ਤੁਹਾਡਾ ਫਾਰਮਾਸਿਟੀਕਲ ਆ ਉਹਨੂੰ ਛੱਡ ਕੇ ਜਿਹੜਾ ਬਾਕੀ ਤੁਸੀਂ ਘਰਾਂ ਦੇ ਵਿੱਚੋਂ ਤਾਂ ਟ੍ਰਿਪ ਨਹੀਂ ਕਰਨੇ ਪਰ ਨਾਲ ਇਹ ਵੀ ਕਹਿ ਦਿੱਤਾ ਜੇ ਤੁਹਾਨੂੰ ਕੰਮ 'ਤੇ ਜਾਣਾ ਤਾਂ ਤੁਸੀਂ ਕੰਮ 'ਤੇ ਵੀ ਜਾਣਾ ਹੈਗਾ ਸੋ ਉਹਦੇ ਵਿੱਚ ਕੰਮ ਦੇ ਤਹਿਤ ਜੀ ਹੁਣ ਤੁਹਾਡੇ ਜੇ ਮੈਨੂਫੈਕਚਰਿੰਗ ਵੇਅਰ ਖੁੱਲ੍ਹੇ ਆ ਮੈਨੂਫੈਕਚਰਿੰਗ ਖੁੱਲ੍ਹੀ ਆ ਫੈਕਟਰੀਆਂ ਖੁੱਲ੍ਹੀਆਂ ਆ ਇੰਡਸਟਰੀ ਖੁੱਲ੍ਹੀ ਆ ਅਤੇ ਨਾਲ ਤੁਹਾਡੇ ਵੇਅਰ ਹਾਊਸ ਐਮਾਜ਼ੋਨ ਵਰਗੇ ਕੈਨੇਡੀਅਨ ਟਾਇਰ ਵਰਗੇ ਖੁੱਲ੍ਹੇ ਆ ਤਾਂ ਕਿਵੇਂ ਲੋਕ ਘਰ ਦੇ ਵਿੱਚ ਬੈਠਣਗੇ ਕਿੱਥੇ ਉਹਨਾਂ ਦੇ ਬੱਚੇ ਬੇਬੀ ਸਿਟਿੰਗ ਲਈ ਜਾਣਗੇ ਕਿਵੇਂ ਉਹ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਸਾਂਭਣਗੇ ਸੋ ਬਹੁਤ ਵੱਡਾ ਡਾਇਲਮਾ ਜਿਹੜਾ ਉਹ ਬਣਿਆ ਹੋਇਆ ਪਰ ਇੱਕ ਚੀਜ਼ ਜ਼ਰੂਰ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਪਰਿਵਾਰ ਹੈਗੇ ਆ ਜ਼ਰੂਰ ਜੀ ਮੈਂ ਤਾਂ ਇਹ ਵੀ ਕਹਿੰਦਾ ਵੀ ਜੇ ਜੈਨੂਅਨਲੀ ਤੁਹਾਨੂੰ ਜ਼ਰੂਰਤ ਆ ਤਾਂ ਡੈਫੀਨੇਟਲੀ ਜੋ ਗੌਰਮੈਂਟ ਦੇ ਬੈਨੀਫਿਟਸ ਆ ਉਹਨਾਂ ਦਾ ਜ਼ਰੂਰ ਬੈਨੀਫਿਟ ਲਓ ਪਰ ਆਪਣੀ ਸਿਹਤ ਦਾ ਆਪਣੇ ਪਰਿਵਾਰ ਦੀ ਸਿਹਤ ਦਾ ਕਿਉਂਕਿ ਤੁਸੀਂ ਆਪਣੀ ਸਿਹਤ ਆਪਣੇ ਪਰਿਵਾਰ ਦੀ ਸਿਹਤ ਠੀਕ ਰੱਖ ਲਈ ਤਾਂ ਡੈਫੀਨੇਟਲੀ ਜਿਹੜਾ ਤੁਸੀਂ ਸਮਾਜ ਦੀ ਸਿਹਤ ਦਾ ਖਿਆਲ ਤੁਸੀਂ ਜ਼ਰੂਰ ਰੱਖ ਸਕੋਗੇ ਕਿਉਂਕਿ ਸਮਾਜ ਦਾ ਇੱਕ ਛੋਟਾ ਐਲੀਮੈਂਟ ਅਸੀਂ ਆਪ ਹੈਗੇ ਹਾਂ ਸੋ ਬਹੁਤ ਜ਼ਰੂਰੀ ਆ ਕਿ ਤੁਸੀਂ ਗੌਰਮੈਂਟ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਬਾਹਰ ਨਿਕਲਣ ਲੱਗੇ ਤੁਸੀਂ ਮਾਸਕ ਦਾ ਜ਼ਰੂਰ ਇਸਤੇਮਾਲ ਕਰੋ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰੋ ਔਰ ਡੈਫੀਨੇਟਲੀ ਜਿਹੜਾ ਤੁਸੀਂ
अपना जरूरत आ तो घरों निकलो नहीं तो ना निकलो क्योंकि बहुत सारे हुण साडे जानकार परिवारां दे विच इह स्प्रैड जिहड़ा आ रहा हैगा और कई वारी इट्स वेरी अनफॉर्चुनेट। मैनू कल ही मेरे फ्रेंड दे फोन आया सी कि उन्हूं पता सी कि मेरे जदों मैं कैनेडा दे विच आण के जी जिंदगी दी शुरुआत की फैक्टरी दे विच जनरल लेबर दी जॉब करते हुंदे सी और मेरे पहले कैनेडा दे सुपरवाइजर गुरद्वारा साहब भी मिलते होंगे सी तां पैरीं हाथ जरूर लाईदा सी कि तुसीं कैनेडा दे विच साढ़े पैर लवाए तो उत्थों अज असी इत्थे जिथे भी पहुँचे हाँ। सो वो साड़ी शुरुआत सी ते वो भी कोविड की वजह करके सानू सदीवी विछोड़ा देगा। सो परिवारां दे विच जदों घाटा पैंदा जी इट्स वेरी अनफॉर्चुनेट। सो सब तो वधिया चीज़ यही आ इलाज नालों परहेज़ चंगा। डेफिनेटली एक दो वीकां दे विच असी अगेन डॉक्टर साहबान जां न्यूट्रीशियन उन्हां दे नाल भी तुहाडी गलबात जरूर करावांगे क्योंकि आ किसान मोर्चे तो बाद जिहड़े प्रोग्राम आ उह इधर नूं ज़्यादा केंद्रित हो गए आ। पहलां तकरीबन हर दूसरे तीसरे वीक मैं कोशिश करदा हुंदा सी कि तुहाडे नाल डॉक्टर साहबान जां इम्यूनोलॉजिस्ट जां साइंटिस्ट जां न्यूट्रीशियंस डाइटिशियंस उन्हां दी गलबात तुहाडी कराउंदे रहीए तां जो तुहानूं उह जो कुछ हैल्थ प्रोफेशनल दीआं रिकमेंडेशन आ तुसीं डायरैक्ट उन्हां दे नाल गलबात कर सको। फिर भी साडे वाई मीडिया ग्रुप वल्लों एक बहुत ही वधिया कोशिश कीती जांदी आ और सोमवार नूं डॉक्टर बजाज जिहड़े आ हरप्रीत बजाज हुणी उन्हां दी सारी टीम नाल नाल उन्हां दे वक्खरे डॉक्टर साहबान आउंदे आ उह काफ़ी प्रोग्राम तकरीबन वीक दे विच करदे आ। फिर भी आउण वाले प्रोग्रामां दे विच डेफिनेटली जी हैल्थ प्रोफेशनल्स नूं दुआरा लैके आवांगे। हुण उस तो जे असी अज दा प्रोग्राम दी रूपरेखा जी अज दा साडा पैनल डिस्कशन जिहड़ी आ उह काफ़ी वड्डे लैवल दे उत्ते होवेगी। सब तो पहला असी पैनल नूं इंट्रोड्यूस करांगे उस तो बाद असी पैनल दे विच पैंडेमिक दी गल करांगे और उस तो बाद सिद्धा असी किसानी मुद्दे दे उत्ते आवांगे क्योंकि बहुत ज़्यादा असी इस वेले एक ग्रुप दी डिफरेंट व्यू ते ओपीनियन लैण दी कोशिश करांगे कि इहदे विच्चों आउण वाले समें लई निकलेगा की ये बिल्स जिहड़े आ ये इंपैक्ट। देखो बहुत असी डिस्कशन कर रहे हां बिल्स आउणे जरूरी आ नहीं जरूरी इहदा किसानी दे उत्ते की असर पवेगा आम लोगों दे उत्ते की असर पवेगा जो आ 26 तरीक दी जिहड़ी 26 तरीक दी आउण वाली किसान रैली आ जिहड़ी ट्रैक्टर रैली आ उहदी रूपरेखा बारे गल करांगे। कल दी जिहड़ी मीटिंग जिहड़ी अज जाणी उत्थे मीटिंग हो के हटी आ उहदे विच्चों कुछ नहीं कढ़न पाउण नूं मिलिया। उह कहिंदे जी किसान लीडरां दा कहिणा जी कहिंदे 5 घंटे मीटिंग होई 2.5 घंटे लंच कीता। उह कहिंदे जी कल्ले मिनिस्टरां ने कीता जां तुसीं वी कीता। उह कहिंदे जी दोनां ने कीता क्योंकि उत्थे कढ़न पाउण नूं कुछ नहीं सी। सो इहो जिहियां मीटिंगां करन दा की फायदा हैगा मीटिंग होनी चाहीदी नहीं होनी चाहीदी। सो सारिआं उत्ते अज ग्रुप डिस्कशन करांगे और पैनल दे विच भी वक्रे वक्रे व्यूज और कोशिश की असी नवे गैसट भी जरूर विच इंट्रोड्यूस करिए और नाल दी नाल आउण अगे चल के प्रोग्राम दे विच साडे नाल होर भी गैसट जोड़नगे। पर इस वेले भी साडे कोल 5 जिहड़े साडे कोल मैंबर साहबान आ पैनल दे विच बैठे हुए जिन्हां दे उत्ते जिहड़ी आ असी पैंडेमिक दे उत्ते पहलां उहनां दे विचार लवांगे। सब तो पहलां आओ पैनल नूं तुहाडे रूबरू करदे हां क्योंकि कोशिश करांगे कि असी सारे पैनलिस्ट जिहड़े आ उह तुहाडे रूबरू इकट्ठे कर सकीए। सब तो पहलां साडे मेरे वड्डे वीर और साडे सीईओ जोधवीर जसवाल जी आओ प्रोग्राम दे विच उहनां दा स्वागत करदे आ। उह साडे नाल वीडियो कॉन्फ्रेंस कॉलिंग दे जरिए जुड़े आ। जोधवीर जी वेलकम टू द शो। हाँ जी संगा साहब बहुत बहुत शुक्रिया और वाई मीडिया ग्रुप वालों चैनल वाई देख रहे सारे दर्शकों का स्वागत करते हैं। बहुत धन्यवाद इनवाइट करने लिए अज पैनल ते। थैंक यू सर। और साढ़े दूसरे वीर अमेरिका तो मनमोहन सिंह जी साढ़े नाल ने और दस दईए कि चैनल वाई की सारी टीम नू मनमोहन सिंह और इन्हों के मैसेज अमेरिका तो लीड कर रहे हैं और बहुत ही वधिया मैं तो कहूँगा जी साढ़े स्टूडियो तो शानदार स्टूडियो उन्होंने बनाया होया वाकई वड्डा वीर अमेरिका दे विच आ और वड्डे कंट्री दे विच आ और वड्डे स्टूडियो दे विच बैठे हुए आ उन्होंने भी वड्डे वीर का स्वागत करते हैं। मनमोहन सिंह जी वेलकम टू द शो। संगत साहब सत श्री अकाल जी ते बाकी सारे पैनलिस्ट नूं भी मेरे वल्लों प्यार भरी सत श्री अकाल ते वाई मीडिया वल्लों चैनल वाई देख रहे सारे दर्शकों नूं मनमोहन सिंह वल्लों चैनल वाई दे यूएस दे स्टूडियो तो सत श्री अकाल जी बहुत बहुत प्यार भरी सत श्री अकाल जी एंड वेलकम। नाल ही नन अदर दैन जगदेव सिंह जी रंधावा काफ़ी लंबे समय तो भारत की पंजाब की पोलीटिक्स के नाल जुड़े हुए हैं इत्थे कम्यूनिटी के विच लंबे समय तो विचर रहे हैं और काफ़ी किसानी के मुद्दे के नाल जुड़े हुए हैं क्योंकि जमांदरू जिहड़े किसान ने किसान परिवारों के विच जम्मे ने किसानां दीआं चैलेंजेस बारे जानते हैं और प्रोग्राम के विच इन्हां दा स्वागत करते हैं। रंधावा साहब वेलकम टू द शो। थैंक यू जी संगा साहब बहुत मेहरबानी। नाल ही जी अमनजीत विरक हाँ जी अमनजीत विरक साहब तुहाडा भी बहुत बहुत स्वागत है जी शो दे विच। थैंक यू संगा साहब दास नूं हमेशा तुसीं इज्जत मान दिंदे हो ते मेरे वल्लों वाई मीडिया फैमिली ते किसान अंदोलन नूं यस वी सपोर्ट
एक नवा चेहरा जी पैनल दे विच पहला चैनल वाई दी जानी पछाणी शख्सियत खास तौर दे उत्ते पंजाब दीआं पिछलीआं इलैक्शनस दी गल होवे दिल्ली दीआं इलैक्शनस दी गल होवे आम आदमी पार्टी दी गल होवे तां सुदीप सिंगला मेरे छोटे वीर आओ वी अज स्टूडियो दे विच साडे नाल जुड़े ने आओ प्रोग्राम दे विच उहनां दा वी स्वागत करदे आं सिंगला साहब वेलकम टू द शो सति श्री अकाल सिंगला साहब सारे चैनल वाई दे परिवार नूं बहुत निघी प्यार भरी सति श्री अकाल आई एम हैप्पी टू बी बैक बिल्कुल जी डेफिनेटली जी अज जुदवीर जी सब तो पहला शुरू तो करते हैं क्योंकि पैनडेमिक के मैं नंबर दते 2998 एंड 100 डेथ्स और जे गल करिए सैकेंड वेव इज गोइंग टू बी द डेडलीएसट वेव दैन कंपेयर टू द फर्स्ट वेव और इस वेले जो सूरत हाल बन रही है गौरमेंट के लॉकडाउन बारे मैं थोड़े को शुरू करना चाहूँगा भी किन्ना तुसी इस लॉकडाउन दे विच तुहानू क्लैरिटी की आ साडे दर्शकों के नाल जरूर सांझी करो क्योंकि साडे दर्शक तो यही कह रहे हैं बिट्स एज क्लीयर एज मड ਵੀ ਇਹਦੇ ਵਿੱਚ ਕੋਈ ਕਲੈਰਿਟੀ ਨਹੀਂ ਕੋਈ ਪਤਾ ਨਹੀਂ ਲੱਗਦਾ ਔਰ ਇਹਦਾ ਮੀਨਿੰਗ ਕੀ ਆ ਉਹਦੇ ਬਾਰੇ ਥੋੜੀ ਜਿਹੀ ਬਰੀਫ ਦੇ ਵਿੱਚ ਜਾਣਕਾਰੀ ਜ਼ਰੂਰ ਦੇ ਦਿਓ ਜੀ ਜੀ ਸੰਗਤ ਸਾਹਿਬ ਸਟੇ ਐਟ ਹੋਮ ਆਰਡਰਸ ਹੈਗੇ ਨੇ ਜੋ ਲਾਗੂ ਕੀਤੇ ਗਏ ਨੇ ਸਟੇ ਐਟ ਹੋਮ ਆਰਡਰਸ ਦੇ ਤਹਿਤ ਤੁਸੀਂ ਜੇ ਨਾਨ ਐਸੈਂਸ਼ੀਅਲ ਕੰਮ ਹੈ ਤੇ ਤੁਸੀਂ ਬਾਹਰ ਨਹੀਂ ਜਾਣਾ ਸਿਰਫ ਐਸੈਂਸ਼ੀਅਲ ਕੰਮ ਲਈ ਬਾਹਰ ਜਾਣਾ ਜਿਹਦੇ ਵਿੱਚ ਕਿ ਮੇਨਲੀ ਗਰੋਸਰੀ ਸਟੋਰ ਤੇ ਤੁਸੀਂ ਜਾਣਾ ਹੈ ਫਾਰਮੇਸੀ ਲਈ ਜਾਂ ਮੈਡੀਕਲ ਰੀਜ਼ਨਸ ਲਈ ਜਾਂ ਤੁਸੀਂ ਬਾਹਰ ਵਾਕ ਕਰਨ ਜਾ ਰਹੇ ਹੋ ਜਾਂ ਐਸੈਂਸ਼ੀਅਲ ਕੰਮ ਹੈ ਜੇ ਤੁਹਾਡੀ ਜੌਬ ਕੋਈ ਐਸੈਂਸ਼ੀਅਲ ਹੈ ਤਾਂ ਤੁਸੀਂ ਬਾਹਰ ਨਿਕਲਣਾ ਹੈ ਇਸ ਕੇਸ ਦੇ ਵਿੱਚ ਜੇ ਕੋਈ ਸਟੇ ਐਟ ਹੋਮ ਆਰਡਰ ਦੀ ਪਾਲਣਾ ਨਹੀਂ ਕਰਦਾ ਹੈ ਤੇ ਉਹਨਾਂ ਨੂੰ $750 ਫਾਈਨ ਵੀ ਹੋ ਸਕਦਾ ਹੈ ਹੋਰ ਫਰਦਰ ਐਕਸ਼ਨ ਵੀ ਸਰਕਾਰ ਵੱਲੋਂ ਲਿਆ ਜਾ ਸਕਦਾ ਇਹਨੂੰ ਇਨਫੋਰਸ ਕਰਨ ਲਈ ਵੱਖ ਵੱਖ ਪੁਲਿਸ ਫੋਰਸਿਸ ਦੀ ਵੀ ਸਹਾਇਤਾ ਲਈ ਜਾ ਰਹੀ ਹੈ ਦੂਸਰਾ ਇਹ ਹੈਗਾ ਇਹਦੇ ਵਿੱਚ ਕਿ ਤੁਸੀਂ ਠੀਕ ਕਿਹਾ ਕਿ ਕਲੈਰਿਟੀ ਹਜੇ ਬਹੁਤ ਜ਼ਿਆਦਾ ਨਹੀਂ ਹੈ ਜਿੱਥੇ ਇੱਕ ਤਰਫ ਅਸੀਂ ਇਹ ਕਹਿ ਰਹੇ ਹਾਂ ਕਿ ਬਾਹਰ ਆਊਟਡੋਰ ਦੇ ਵਿੱਚ 5 ਜਣਿਆਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਹੈ ਤਾਂ ਫਿਰ ਕਿਸ ਪਰਪਸ ਲਈ ਆਊਟਡੋਰ ਦੇ ਵਿੱਚ ਲੋਕ 5 ਜਣੇ ਇਕੱਠੇ ਹੋਣਗੇ ਜਾਂ ਤੁਸੀਂ ਕਹਿ ਹੀ ਰਹੇ ਹੋ ਕਿ ਨਾਨ ਐਸੈਂਸ਼ੀਅਲ ਚੀਜ਼ਾਂ ਲਈ ਬਾਹਰ ਅਸੀਂ ਨਹੀਂ ਜਾਣਾ ਫਿਰ ਜਿਹੜੀ ਪੁਲਿਸ ਫੋਰਸ ਹੈਗੀ ਉਹ ਕਿਸ ਤਰ੍ਹਾਂ ਇਨਸ਼ੋਰ ਕਰੇਗੀ ਫਿਲਹਾਲ ਤੇ ਉਹ ਆਪਣੀ ਡਿਸਕ੍ਰੀਸ਼ਨ ਹੀ ਵਰਤਣਗੇ ਚਾਹੇ ਟੋਰਾਂਟੋ ਪੁਲਿਸ ਹੈ ਅਪੀਲ ਪੁਲਿਸ ਹੈ ਉਹ ਕਿਸੇ ਨੂੰ ਇਹ ਤਾਂ ਨਹੀਂ ਕਰਨਗੇ ਕਿ ਗੱਡੀ ਚੱਲਦੀ ਨੂੰ ਰੋਕ ਕੇ ਪੁੱਛਣ ਲੱਗ ਪੈਣਗੇ ਤੁਸੀਂ ਕੰਮ ਤੇ ਜਾ ਰਹੇ ਹੋ ਨਹੀਂ ਜਾ ਰਹੇ ਪਰ ਜੇ ਉਹਨਾਂ ਨੂੰ ਸ਼ੱਕ ਹੋਏਗਾ ਕਿਤੇ ਫਿਰ ਉਹ ਜ਼ਰੂਰ ਐਕਸ਼ਨ ਲੈਣਗੇ ਔਰ ਜ਼ਿਆਦਾਤਰ ਉਹਨਾਂ ਦਾ ਐਕਸ਼ਨ ਨੂੰ ਬਿਜ਼ਨਸ ਅਦਾਰਿਆਂ ਦੇ ਉੱਤੇ ਫੋਕਸ ਹੋਏਗਾ ਜੇ ਉਹਨਾਂ ਨੂੰ ਕੋਈ ਰਿਪੋਰਟ ਮਿਲਦੀ ਹੈ ਕਿ ਕੋਈ ਬਿਜ਼ਨਸ ਅਦਾਰੇ ਜਿਹੜੇ ਆ ਨਹੀਂ ਫੋਲੋ ਕਰ ਰਹੇ ਤਾਂ ਫਿਰ ਉੱਥੇ ਉਹ ਐਕਸ਼ਨ ਲੈਣਗੇ ਪਲੱਸ ਇਹਦੇ 'ਚ ਮੈਂ ਵੀ ਦੱਸ ਦੇਵਾਂ ਕਿ ਬਹੁਤ ਸਾਰੇ ਲੋਕ 911 ਕਾਲ ਕਰਕੇ ਇਹਦੇ ਬਾਰੇ ਇਨਫੋਰਮੇਸ਼ਨ ਲੈ ਰਹੇ ਨੇ ਇਸੇ ਕਾਰਨ ਅਸੀਂ ਇਹ ਵਾਈ ਮੀਡੀਆ ਗਰੁੱਪ ਵੱਲੋਂ ਰੋਜ਼ਾਨਾ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰਦੇ ਹਾਂ ਜਿਹਦੇ ਵਿੱਚ ਕਿ ਤੁਸੀਂ ਪੰਜਾਬੀ ਹਿੰਦੀ ਉਰਦੂ ਜਾਂ ਅੰਗਰੇਜ਼ੀ ਕਿਸੇ ਵੀ ਜ਼ਬਾਨ 'ਚ ਕਾਲ ਕਰਕੇ ਸਾਹਮਣੇ ਨੰਬਰ ਆਉਂਦੇ ਨੇ ਤੁਹਾਨੂੰ ਸਟੇ ਐਟ ਹੋਮ ਬਾਰੇ ਕੋਈ ਕਲੈਰਿਟੀ ਨਹੀਂ ਹੈ ਤਾਂ ਤੁਸੀਂ ਪੁੱਛ ਸਕਦੇ ਹੋ 911 ਕਾਲ ਜਿਹੜੀ ਆ ਉਹ ਐਮਰਜੈਂਸੀ ਨੰਬਰ ਹੈ ਜੇ ਕੋਈ ਐਮਰਜੈਂਸੀ ਆ ਫਿਰ ਜ਼ਰੂਰ ਕਾਲ ਕਰੋ ਪਰ ਸਿਰਫ ਇੰਨੀ ਗੱਲ ਲਈ ਕਾਲ ਕਰਨੀ 911 ਦੇ ਉੱਤੇ ਸਟੇ ਐਟ ਹੋਮ ਆਰਡਰ ਦੇ ਕੀ ਮਾਇਨੇ ਨੇ ਉਹ ਠੀਕ ਨਹੀਂ ਹੋਏਗਾ ਬਾਕੀ ਸੰਗਤ ਸਾਹਿਬ ਮੇਰੇ ਖਿਆਲ ਦੇ ਨਾਲ ਕੋਈ ਜ਼ਿਆਦਾ ਤਬਦੀਲੀ ਨਹੀਂ ਆਈ ਜਦੋਂ ਤੱਕ ਬਿਗ ਬਾਕਸ ਸਟੋਰਸ ਖੁੱਲੇ ਨੇ ਅਸੀਂ ਜ਼ਰੂਰ ਟਾਈਮਿੰਗਸ ਕੁਝ ਰਿਸਟ੍ਰਿਕਟ ਕਰ ਰਹੇ ਹਾਂ ਪਰ ਬਿਗ ਬਾਕਸ ਸਟੋਰਸ ਦੇ ਉੱਤੇ ਉਸੇ ਤਰ੍ਹਾਂ ਰਸ਼ ਚੱਲ ਰਿਹਾ ਹੈ ਔਰ ਲੋਕ ਜਿਹੜੇ ਨੇ ਹਜੇ ਵੀ ਕਾਫੀ ਹੱਦ ਤੱਕ ਕੰਮ ਕਰ ਰਹੇ ਨੇ ਥੋੜਾ ਬਹੁਤਾ ਫਰਕ ਜ਼ਰੂਰ ਪਿਆ ਪਰ ਬਹੁਤ ਜ਼ਿਆਦਾ ਜੇ ਤੁਸੀਂ ਕਹੋ ਕੋਈ ਮੇਜਰ ਕੋਈ ਫਰਕ ਪਏਗਾ ਇਹ ਹਜੇ ਸੋਚਣ ਵਾਲੀ ਗੱਲ ਹੈ ਜੀ ਸੰਗਤ ਸਾਹਿਬ ਬਿਲਕੁਲ ਜੀ ਡੈਫੀਨੇਟਲੀ ਮੈਂ ਆਪਣੇ ਵੱਡੇ ਵੀਰ ਮਨਮੋਹਨ ਸਿੰਘ ਹੋਣਾ ਵੱਲ ਜਾਣਾ ਚਾਹੂੰਗਾ ਅਮਰੀਕਾ ਦੀ ਵੀ ਸੂਰਤ ਹਾਲ ਜਿਹੜੀ ਆ ਕੋਈ ਕੈਨੇਡਾ ਨਾਲੋਂ ਜ਼ਿਆਦਾ ਬਿਹਤਰ ਨਹੀਂ ਹੈਗੀ ਪਰ ਉੱਥੇ ਹਾਲਾਤ ਕਿਹੋ ਜਿਹੇ ਨੇ ਕਿਉਂਕਿ ਮੇਰੀ ਕੈਲੀਫੋਰਨੀਆ ਸਟੇਟ ਦੇ ਵਿੱਚ ਸਾਡੇ ਉੱਥੇ ਕੋਈ ਫਰੈਂਡ ਸੀਗੇ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਉਹ ਕਹਿੰਦੇ ਜੀ ਸਾਡੇ ਤਾਂ ਇੱਥੇ ਐਵਰੀਥਿੰਗ ਇਜ਼ ਓਪਨ ਗੁਰਦੁਆਰਾ ਸਾਹਿਬ ਵੀ ਓਪਨ ਹੈਗੇ ਆ ਔਰ ਕਹਿੰਦੇ ਬੜੇ ਵਧੀਆ ਵੀ ਸਾਡੇ ਲੋਕ ਇਕੱਠੇ ਵੀ ਹੁੰਦੇ ਹੈਗੇ ਆ ਪਾਰਟੀਆਂ ਵੀ ਸਾਡੀਆਂ ਚੱਲ ਰਹੀਆਂ ਬੈਂਕਟ ਹਾਲਾਂ ਦੇ ਵਿੱਚ ਇੰਗੇਜਮੈਂਟ ਪਾਰਟੀਆਂ ਵੀ ਚੱਲ ਰਹੀਆਂ ਹੈਗੀਆਂ ਤਾਂ ਫਰਕ ਕੀ ਆ ਕਿਉਂ ਉੱਥੇ ਲੋਕ ਅੱਜ ਇੰਡੀਆ ਦੀ ਗੱਲ ਕਰ ਲਓ ਇੰਡੀਆ ਦੇ ਵਿੱਚ ਵੀ ਜਿਹੜੀ ਜ਼ਿੰਦਗੀ ਆ ਉਹ ਬਿਲਕੁਲ ਆਮ ਦੀ ਤਰ੍ਹਾਂ ਚੱਲ ਰਹੀ ਹੈਗੀ ਆ ਪਰ ਇਹ ਕਿਉਂ ਕੈਨੇਡਾ ਦੇ ਵਿੱਚ ਸਾਡੇ ਬਹੁਤ ਜ਼ਿਆਦਾ ਸੀਰੀਅਸਨੈਸ ਇਹਦੇ ਵਿੱਚ ਇਸ ਵੇਲੇ ਕਹਿ ਲਓ ਵੀ ਸਰਕਾਰ ਦਿਖਾ ਰਹੀ ਹੈ ਭਾਵੇਂ ਇਟਸ ਟੂ ਲੇਟ ਮੇਰੇ ਹਿਸਾਬ ਦੇ ਨਾਲ ਇਹ ਐਕਸ਼ਨ ਜਿਹੜਾ ਇਹ ਬਹੁਤ ਲੇਟ ਮੈਂ ਬਹੁਤ ਪਹਿਲਾਂ ਤੋਂ ਇਸੇ ਚੈਨਲ ਦੇ ਉੱਤੇ ਦੁਹਾਈ ਦੇ ਰਿਹਾ ਸੀ ਅੱਜ ਸਕੂਲ ਬੰਦ ਕੀਤੇ ਆ ਮੈਂ ਸੀਜ਼ਨ ਖੁੱਲ੍ਹਣ ਦੇ ਉੱਤੇ ਹੀ ਇਹ ਚੀਜ਼ ਕਹਿ ਰਿਹਾ ਸੀ ਕਿ ਇਹ ਜਿਹੜੀ ਸਪਰੈਡ ਆ ਇਹ ਵਧੂਗੀ ਔਰ ਰਿਜ਼ਲਟ ਸਾਰਿਆਂ ਦੇ ਸਾਹਮਣੇ ਆਇਆ ਉਸ ਤੋਂ ਬਾਅਦ ਉਹ ਸਪਰੈਡ ਘਟਿਆ ਨਹੀਂ ਉਹ ਵੱਧਦਾ ਜਦੋਂ ਇੱਕ ਪਰਿਵਾਰ ਦੇ ਜੀ ਨੂੰ ਆ ਗਿਆ ਮੁੜ ਕੇ ਹੌਲੀ ਹੌਲੀ ਚਾਰ ਪਰਿਵਾਰ ਦੇ ਜੀਆਂ ਨੂੰ ਚਲੇ ਗਿਆ ਕ੍ਰਿਸਮਸ ਹੌਲੀਡੇਜ਼ ਤੋਂ ਬਾਅਦ ਉਹ ਸਪਰੈਡ ਦੇਖੋ ਕਿਸ ਲੈਵਲ ਤੱਕ ਪਹੁੰਚ ਗਿਆ ਅਮਰੀਕਾ ਦੀ ਰਿਪੋਰਟ ਲੈਂਦੇ ਹਾਂ ਵੱਡੇ ਵੀਰ ਮਨਮੋਹਨ ਸਿੰਘ ਹੋਣਾ ਤੋਂ ਮਨਮੋਹਨ ਸਿੰਘ ਜੀ ਹਾਂਜੀ ਜ਼ਰੂਰ ਜੀ ਅਮਰੀਕਾ ਦੀ ਅਪਡੇਟ ਕੋਵਿਡ ਦੇ ਉੱਤੇ ਹਾਂਜੀ ਬਿਲਕੁਲ ਸੰਗਤ ਸਾਹਿਬ ਜਿੱਦਾਂ ਤੁਸੀਂ ਕਿਹਾ ਕੈਲੀਫੋਰਨੀਆ ਦੀ ਤੁਸੀਂ ਗੱਲ ਕੀਤੀ ਹੈ ਸੋ ਕੈਲੀਫੋਰਨੀਆ ਅਤੇ ਟੈਕਸਸ ਦੋ ਇਹ ਸਟੇਟਸ ਨੇ ਜਿਨ੍ਹਾਂ 'ਚ ਸਭ ਤੋਂ ਪਹਿਲਾਂ 2 ਮਿਲੀਅਨ ਤੋਂ ਵੀ ਵੱਧ ਕੇਸਿਸ ਪਹੁੰਚੇ ਨੇ ਸੋ ਪ੍ਰੋਬਲਮ ਇਹੀ ਹੈ ਇੱਥੇ ਖੜੀ ਹੈ ਕਿ ਲੋਕ ਜਿਹੜਾ ਹਜੇ ਵੀ ਇਹਨੂੰ ਸੀਰੀਅਸ ਨਹੀਂ ਲੈ ਰਹੇ ਇਹ ਇੱਕ ਬਹੁਤ ਵੱਡਾ ਰੀਜ਼ਨ ਆ ਅਤੇ ਦੂਸਰਾ ਇੱਕ ਰੀਜ਼ਨ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਦੱਸਿਆ ਸੀ ਕਿ ਜਿਹੜੀਆਂ ਸਾਡੇ ਇਲੈਕਸ਼ਨ ਹੋਈਆਂ ਸੀ ਨਾ ਉਹਦੇ 'ਚ ਵੀ ਇੱਕ ਇਹ ਵੀ ਇੱਕ ਏਜੰਡਾ ਸੀਗਾ ਵੀ ਜਿਹੜੇ ਬੰਦੇ ਡੈਮੋਕਰੈਟਸ ਨੂੰ ਸਪੋਰਟ ਕਰਦੇ ਜਾਂ ਰਿਪਬਲਿਕਨਸ ਨੂੰ ਸਪੋਰਟ ਕਰਦੇ ਕਿਉਂਕਿ ਇਲੈਕਸ਼ਨ ਸੀ ਤਾਂ ਜਿਹੜੇ ਬੰਦੇ
ਪ੍ਰੈਜ਼ੀਡੈਂਟ ਟਰੰਪ ਨੂੰ ਸਪੋਰਟ ਕਰਦੇ ਸੀ ਉਹ ਕਹਿੰਦੇ ਸੀ ਇਹ ਤਾਂ ਸਿਰਫ ਹਵਾ ਕ੍ਰੀਏਟ ਕੀਤੀ ਹੋਈ ਹੈ ਡੈਮੋਕ੍ਰੇਟਸ ਨੇ, ਤਾਂ ਇਸ ਕਰਕੇ ਉਹਦੇ 'ਚ ਵੀ ਸੀਰੀਅਸਨੈਸ ਨਹੀਂ ਸੀ ਹੈਗੀ। ਅਤੇ ਵੈਸੇ ਹਜੇ ਵੀ ਜੇ ਦੇਖਿਆ ਜਾਵੇ ਤਾਂ ਜਿੰਨੀ ਸੀਰੀਅਸਨੈਸ, ਉਹਦਾ ਰੀਜ਼ਨ ਇੱਕ ਇਹ ਵੀ ਦੇਖਿਆ ਜਾ ਰਿਹਾ ਕਿਉਂਕਿ ਅਸੀਂ ਤਾਂ ਇੱਥੇ ਰਹਿੰਦੇ ਹਾਂ, ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਕਿਉਂਕਿ ਉਹ ਲੀਡਰ ਨੇ ਇਸ ਕੰਟਰੀ ਦੇ, ਉਹਨਾਂ ਵੱਲੋਂ ਜਦੋਂ ਕੋਈ ਸੀਰੀਅਸਨੈਸ ਨਹੀਂ ਦਿਖਾਈ ਜਾ ਰਹੀ ਤਾਂ ਉਹ ਫਿਰ ਤੁਸੀਂ ਪਤਾ ਹੀ ਆ, ਜਦੋਂ ਇੱਕ ਲੀਡਰ ਨਹੀਂ ਉਹਦੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਥੱਲੇ ਸਟੇਟਸ 'ਚ ਕਿੰਨਾ ਕੁ ਇੰਪੈਕਟ ਦੇਖਣ ਨੂੰ ਮਿਲੇਗਾ। ਸੋ ਮੈਂ 3-4 ਸਲਾਈਡਸ ਇੱਥੇ ਦਿਖਾਉਣੀਆਂ ਚਾਹੂੰਗਾ ਅਮੈਰੀਕਾ ਦੀਆਂ। ਤਾਂ ਤੁਸੀਂ ਕਿਹਾ ਕੈਨੇਡਾ ਨਾਲ ਕੰਪੇਅਰ ਕਰ ਰਹੇ, ਬਟ ਜੇ ਤੁਹਾਨੂੰ ਮੈਂ ਨੰਬਰ ਦਿਖਾਵਾਂ ਅਮੈਰੀਕਾ ਦੇ, ਬਹੁਤ ਹੀ ਜ਼ਿਆਦਾ ਬੁਰੀ ਹਾਲਤ ਆ। ਅਤੇ ਮੈਂ ਤੁਹਾਨੂੰ ਪਹਿਲੀ ਸਲਾਈਡ ਜੇ ਆਪਾਂ ਮੈਂ ਇਹਦੇ 'ਚ ਦਿਖਾ ਰਿਹਾ ਤੁਹਾਨੂੰ, ਜੇ ਆਪਾਂ ਪ੍ਰੈਜ਼ੈਂਟ ਦੇਖੋ ਕੇਸ ਦੇਖੀਏ, 23 ਮਿਲੀਅਨ ਕੇਸਿਸ ਨੇ ਜੀ ਇਸ ਵੇਲੇ ਤੱਕ ਜਿੰਨੇ ਅਮੈਰੀਕਾ ਦੇ ਆ ਚੁੱਕੇ ਨੇ, ਠੀਕ ਹੈ ਜੀ। ਉਹਦੇ 'ਚੋਂ 386,000 ਦੇ ਕਰੀਬ ਡੈਥਸ ਹੋ ਚੁੱਕੀਆਂ ਨੇ। ਅਤੇ ਐਵਰੇਜ ਜਿਹੜੀ ਡੇਲੀ ਦੀ ਡੈਥ ਰੇਟ ਆ ਰਹੀ ਹੈ ਇਸ ਵੇਲੇ ਰੀਸੈਂਟਲੀ, ਤੁਸੀਂ ਗ੍ਰਾਫ 'ਚ ਦੇਖ ਸਕਦੇ ਹੋ, ਜਿਹੜੇ ਉੱਪਰ ਵਾਲੇ ਆ ਕੇਸਿਸ, ਆ ਕੇਸਿਸ ਉੱਪਰ ਹੀ ਜਾ ਰਹੇ ਆ। ਐਵਰੇਜ ਜੇ ਕੱਢੀ ਜਾਵੇ 2.5 ਲੱਖ ਤੋਂ ਲੈ ਕੇ 3 ਲੱਖ ਤੱਕ ਦੇ ਕੇਸ ਡੇਲੀ ਐਡ ਹੋ ਰਹੇ ਨੇ ਅਮੈਰੀਕਾ 'ਚ। ਅਤੇ ਜੇ ਡੈਥਸ ਦੇਖਦੇ ਹੋ ਤਾਂ 4,000 ਦੇ ਤੱਕ, ਜਿਹੜੀ ਮੈਕਸੀਮਮ 4,000 ਤੱਕ ਵੀ ਡੈਥਸ ਡੇਲੀ ਤੱਕ ਪਹੁੰਚ ਚੁੱਕੀ ਆ, ਜਿਹੜੇ ਨੰਬਰ ਜਿੱਦਾਂ ਕਿ ਗ੍ਰਾਫ 'ਚ ਦੇਖ ਸਕਦੇ ਹੋ ਤੁਸੀਂ। ਸੋ ਬਹੁਤ ਹੀ ਹਾਲਤ ਜਿਹੜੀ ਆ ਉਹ ਪਿਛਲੇ ਕੁਛ ਟਾਈਮ 'ਚ, ਕਿਉਂਕਿ ਜਦੋਂ ਹੁਣੇ ਵੈਕੇਸ਼ਨ ਹੋ ਕੇ ਹਟੀਆਂ ਨੇ, ਚਾਹੇ ਉਹ ਕ੍ਰਿਸਮਸ ਸੀ, ਥੈਂਕਸਗਿਵਿੰਗ ਸੀ, ਉਦੋਂ ਬਾਅਦ ਵੀ ਨੰਬਰ ਜਦੋਂ ਤੁਸੀਂ ਦੇਖ ਸਕਦੇ ਹੋ, ਇਹ ਵੀ ਇੱਕ ਰੀਜ਼ਨ ਹੈ। ਅਤੇ ਜੇ ਸਭ ਤੋਂ ਵੱਡੀ ਜਿਹੜਾ ਇਹਦੇ 'ਚ ਮੇਨ ਪੁਆਇੰਟ ਜਿਹੜਾ ਮੈਂ ਦਿਖਾਉਣਾ ਚਾਹ ਰਿਹਾ, ਲਾਸਟ 45 ਡੇਜ਼ 'ਚ ਦੇ ਤੁਸੀਂ ਦੇਖੋ ਸੰਗਤ ਸਾਹਿਬ ਅਤੇ ਬਾਕੀ ਸਾਰੇ ਮੈਂਬਰਸ ਅਤੇ ਸਾਡੇ ਦਰਸ਼ਕ ਵੀ, ਵਿਦਇਨ ਲਾਸਟ 45 ਡੇਜ਼ 10 ਮਿਲੀਅਨ ਕੇਸਿਸ ਐਡ ਹੋਏ ਨੇ ਜੀ US 'ਚ, ਠੀਕ ਹੈ ਜੀ। ਅਤੇ 1,31,000 ਦੇ ਕਰੀਬ ਡੈਥਸ ਹੋਈਆਂ ਸਿਰਫ ਡੇਢ ਮਹੀਨੇ 'ਚ। ਅਤੇ ਆਪਾਂ ਜਦੋਂ ਗੱਲ ਕਰਦੇ ਹਾਂ ਫਰਵਰੀ ਮਾਰਚ ਤੋਂ ਲੈ ਕੇ, ਉਦੋਂ ਤੋਂ ਲੈ ਕੇ ਅਮੈਰੀਕਾ 'ਚ 13 ਮਿਲੀਅਨ ਕੇਸਿਸ ਸੀਗੇ ਦਸੰਬਰ ਤੱਕ, ਐਂਡ ਆਫ ਨਵੰਬਰ ਤੱਕ। ਅਤੇ 1 ਦਸੰਬਰ ਤੋਂ ਲੈ ਕੇ ਹੁਣ ਤੱਕ ਆਪਾਂ ਜੇ ਦੇਖੀਏ 10 ਮਿਲੀਅਨ ਕੇਸਿਸ ਸਿਰਫ 1.5 ਮਹੀਨੇ 'ਚ ਐਡ ਹੋਏ ਨੇ, ਵਿਚ ਇਜ਼ ਵੈਰੀ ਅਲਾਰਮਿੰਗ ਰੇਟ 'ਤੇ ਅੱਗੇ ਚੱਲ ਰਿਹਾ ਜੀ, ਠੀਕ ਹੈ ਜੀ। ਅਤੇ ਜੇ ਆਪਾਂ ਹੁਣ ICU ਦੀ ਸਟੇਟ ਜੇ ਦੇਖਦੇ ਹਾਂ ਆਪਾਂ, ਤਾਂ ਇਸ ਵੇਲੇ 50% ਤੋਂ ਵੱਧ ਜਿੰਨੇ ਇੱਥੇ ਸਾਡੇ ਹੋਸਪਿਟਲਸ ਨੇ ਉਹ ਉਹਨਾਂ 'ਚ 75% ਤੋਂ ਉੱਪਰ ਯੂਜ਼ ਚੱਲ ਰਹੀ ਹੈ ICU ਦੀ। ਬਹੁਤ ਹੀ ਹਾਲਤ ਖਰਾਬ ਆ, ਕਈ ਹੋਸਪਿਟਲ ਤੁਸੀਂ ਦੇਖ ਸਕਦੇ ਹੋ ਇਵਨ 95-96% ਤੱਕ ਪਹੁੰਚ ਚੁੱਕੇ ਆ। ਤਾਂ ਐਵਰੇਜ ICU ਬੈਡਸ ਦੀ ਯੂਟੀਲਾਈਜੇਸ਼ਨ ਦੇਖੀ ਜਾਵੇ 75% ਨੇ, ਅਤੇ ਸਿਰਫ 25% ਅਵੇਲੇਬਲ ਨੇ। ਬਟ ਕਈ ਸਟੇਟ 'ਚ ਜੇ ਤੁਸੀਂ ਦੇਖਦੇ ਹੋ ਬਹੁਤ ਹੀ ਹਾਲਤ ਖਰਾਬ ਬਣੀ ਹੋਈ ਹੈ। ਅਤੇ ਹੁਣ ਇੱਕ ਜੋ ਹੁਣੇ ਰੀਸੈਂਟ ਨਿਊਜ਼ ਵੀ ਆਈ ਆ ਕਿ ਡਿਫਰੈਂਟ ਸਟੇਨਸ ਵੀ ਹੁਣ ਇੱਥੇ ਮਿਲੇ ਨੇ, ਜਿਹੜੇ ਨਵੇਂ ਵੇਰੀਐਂਟਸ ਆਏ ਨੇ ਜਿਹੜੇ ਕੋਵਿਡ ਦੇ, ਉਹ ਵੀ ਅਮੈਰੀਕਾ 'ਚ ਪਾਏ ਗਏ ਆ। ਜਦਕਿ ਉਹ ਡਾਕਟਰਸ ਕਹਿ ਰਹੇ ਨੇ ਇੰਨਾ ਜ਼ਿਆਦਾ ਡੈਡਲੀ ਨਹੀਂ ਹੋਏਗਾ, ਬਟ ਇਟਸ ਮੋਰ ਕੰਟੇਜੀਅਸ ਕਿ ਜ਼ਿਆਦਾ ਇਹ ਫੈਲਣ ਦੇ ਚਾਂਸਿਸ ਨੇ। ਤਾਂ ਇਸ ਕਰਕੇ ਇਹ ਬਹੁਤ ਕਰੂਸ਼ੀਅਲ ਹੋ ਜਾਂਦਾ ਅਮੈਰੀਕਾ ਲਈ, ਜਦੋਂ ਹੁਣ ਸਾਡੇ ਪ੍ਰੈਜ਼ੀਡੈਂਟ ਇਲੈਕਟ ਬਾਈਡਨ ਆ ਰਹੇ ਨੇ 20 ਜਨਵਰੀ ਨੂੰ, ਉਹਨਾਂ ਨੇ ਸਹੁੰ ਚੁੱਕਣੀ ਹੈ, ਤਾਂ ਉਹਨਾਂ ਦਾ ਵੀ ਮੈਂ ਪਲਾਨ ਇੱਕ ਸਲਾਈਡ 'ਚ ਪਾਇਆ ਕਿ ਉਹ ਕੀ ਕਰਨਗੇ। ਸੋ ਇਹ ਬਹੁਤ ਹੀ ਕ੍ਰਿਟੀਕਲ ਸਟੇਟ ਬਣੀ ਹੋਈ ਹੈ ਇਸ ਵੇਲੇ ਅਮੈਰੀਕਾ ਦੀ। ਜੇ ਆਪਾਂ ਹੁਣ ਅਗਲੀ ਸਲਾਈਡ ਮੈਂ ਤੁਹਾਨੂੰ ਦਿਖਾਵਾਂ ਕਿ ਜੋ ਵੈਕਸੀਨੇਸ਼ਨ ਦਾ ਵੀ ਜੋ ਡਿਸਟ੍ਰੀਬਿਊਸ਼ਨ ਦਾ ਪਲਾਨ ਹੈ, ਸਾਡੇ ਪਹਿਲਾ ਫੇਜ਼ ਜਿਹੜਾ ਸੀ ਇਹਨਾਂ ਨੇ ਪਲਾਨ ਕੀਤਾ ਸੀ 1A ਜਿਹਨੂੰ ਕਹਿੰਦੇ ਨੇ, 24 ਮਿਲੀਅਨ ਡੋਜ਼ਿਸ ਦੇਣੀਆਂ ਸੀਗੀਆਂ। ਫੇਜ਼ 1B 'ਚ 49 ਮਿਲੀਅਨ ਡੋਜ਼ਿਸ ਮਿਲਣੀਆਂ ਸੀ, ਫੇਜ਼ 1C 'ਚ 129 ਮਿਲੀਅਨ। ਤਾਂ ਇਹ ਜਿੱਦਾਂ ਕਿ ਮੈਂ ਦਿਖਾ ਰਿਹਾ, ਪਹਿਲਾ ਜਿਹੜਾ ਫੋਕਸ ਫੇਜ਼ ਸੀਗਾ ਉਹਦੇ 'ਚ ਹੈਲਥ ਕੇਅਰ ਜਿਹੜੇ ਬੰਦੇ ਨੇ ਉਹਨਾਂ ਨੂੰ ਮਿਲਣਾ ਸੀ, ਲੌਂਗ ਟਰਮ ਕੇਅਰ ਜਿਹੜੀਆਂ ਫੈਸਿਲਿਟੀਜ਼ 'ਚ ਰੈਜ਼ੀਡੈਂਟਸ ਨੇ ਉਹਨਾਂ ਨੂੰ ਮਿਲਣਾ ਸੀ, ਫੇਜ਼ 2 'ਚ ਫਿਰ ਫਰੰਟ ਲਾਈਨ ਜਿਹੜੇ ਅਸੈਂਸ਼ੀਅਲ ਵਰਕਰਸ ਆ ਜਾਂਦੇ ਆ ਅਤੇ ਜਿਹੜੇ ਓਲਡ ਏਜ ਨੇ 75 ਤੋਂ ਉੱਪਰ ਨੇ। ਸੋ ਉਦੋਂ ਬਾਅਦ ਫਿਰ ਉਹ ਏਜ ਦੇ ਮੁਤਾਬਿਕ ਉਹਨਾਂ ਨੇ ਪਲਾਨ ਕੀਤਾ ਸੀ। ਬਟ ਜੇ ਆਪਾਂ ਹੁਣ ਦੇਖੀਏ ਉਹਦੀ ਐਗਜੀਕਿਊਸ਼ਨ 'ਤੇ ਦੇਖੀਏ, ਹਜੇ ਸਿਰਫ 30 ਮਿਲੀਅਨ ਦੇ ਕਰੀਬ ਡੋਜ਼ਿਸ ਡਿਸਟ੍ਰੀਬਿਊਟ ਹੋਈਆਂ ਨੇ, ਉਹਦੇ 'ਚੋਂ ਸਿਰਫ 11 ਮਿਲੀਅਨ ਹੀ ਡੋਜ਼ਿਸ ਜਿਹੜੀਆਂ ਨੇ ਲੱਗੀਆਂ ਨੇ। ਤੁਸੀਂ ਦੇਖ ਲਓ ਬਈ ਜਿੱਥੇ ਟਾਰਗੇਟ ਹਜੇ ਸਾਡਾ ਫੇਜ਼ 1 ਦਾ ਐਂਡ ਆਫ ਦਸੰਬਰ ਦਾ ਸੀਗਾ ਟਾਰਗੇਟ, ਬਟ ਈਵਨ ਅਸੀਂ ਜੇ ਜਨਵਰੀ 'ਚ ਆ ਗਏ ਹਾਂ ਤਾਂ 11 ਮਿਲੀਅਨ ਡੋਜ਼ਿਸ ਜਿਹੜੀਆਂ ਨੇ ਲੱਗੀਆਂ ਨੇ। ਅਤੇ ਇਹ ਵੀ ਇੱਕ ਅਲਾਰਮੀ ਰੇਟ ਚੱਲ ਰਿਹਾ ਅਮੈਰੀਕਾ 'ਚ ਕਿ ਲੋਕ ਇੰਜੈਕਸ਼ਨ ਜੇ ਅਵੇਲੇਬਲ ਵੀ ਨੇ ਉਹ ਵੀ ਨਹੀਂ ਲਵਾ ਰਹੇ। ਸੋ ਇਹ ਵੀ ਇੱਕ ਬੜੀ ਸਿਚੁਏਸ਼ਨ ਅਲਾਰਮਿੰਗ ਬਣੀ ਹੋਈ ਆ। ਅਤੇ ਹਜੇ ਜੇ ਆਪਾਂ ਦੇਖੀਏ, ਜਿੱਦਾਂ ਕਿ ਸਭ ਨੂੰ ਪਤਾ ਕਿ ਜੇ ਇਹਨੂੰ ਆਪਾਂ ਜੇ ਹਰਡ ਇਹਦੀ ਇਮਿਊਨਿਟੀ ਜਿਹਨੂੰ ਕਹਿੰਦੇ ਨੇ ਵੀ ਐਟਲੀਸਟ 75-80% ਆਫ ਜਿਹੜੀ ਆਪਣੀ ਹੈਗੀ ਆ ਪਾਪੂਲੇਸ਼ਨ, ਉਹਨੂੰ ਇੰਜੈਕਸ਼ਨ ਲੱਗਣੇ ਚਾਹੀਦੇ ਆ। ਸੋ ਉਹਨੂੰ ਕਰਨ ਲਈ ਤੁਹਾਡੇ ਕੋਲ 2 ਡੋਜ਼ਿਸ ਹਰੇਕ ਬੰਦੇ ਨੂੰ ਲੱਗਣੀਆਂ ਚਾਹੀਦੀਆਂ। ਬਟ ਇਸ ਵੇਲੇ ਜੇ ਅਮੈਰੀਕਾ ਦੀ ਦੇਖੀਏ ਤਾਂ ਸਿਰਫ 1 ਮਿਲੀਅਨ ਜਿਹੜੇ ਬੰਦੇ ਆ ਉਹਨਾਂ ਨੂੰ ਹੀ 2 ਡੋਜ਼ਿਸ ਲੱਗੀਆਂ ਨੇ। ਸੋ ਲੌਂਗ ਵੇ ਟੂ ਗੋ, ਜਿੱਦਾਂ ਤੁਸੀਂ ਦੇਖ ਸਕਦੇ ਹੋ 340 ਮਿਲੀਅਨ ਦੀ ਪਾਪੂਲੇਸ਼ਨ ਆ, ਤਾਂ ਇਹ ਕਦੋਂ ਅਚੀਵ ਹੋਏਗਾ, ਜੇ ਕੋਈ ਹਜੇ ਬੜੀ ਅਲਾਰਮਿੰਗ ਸਿਚੁਏਸ਼ਨ ਬਣੀ ਹੋਈ ਆ। ਸੋ ਜੇ ਆਪਾਂ ਹੁਣ ਅੱਗੇ ਜੋ ਬਾਈਡਨ ਜੀ ਨੇ ਕੱਲ੍ਹ ਹੀ ਹਜੇ ਇਹ ਆਇਆ, ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ, ਉਹਨਾਂ ਨੇ ਇੱਕ ਹੁਣ ਰਿਲੀਫ ਪੈਕੇਜ ਕੱਲ੍ਹ ਅਨਾਊਂਸ ਕੀਤਾ
1.9 trillion dollars ਦਾ ਜੋ ਕਿ ਹਜੇ ਅਪਰੂਵ ਹੋਏਗਾ ਜਦੋਂ ਹੁਣ ਜਨਵਰੀ 20 ਨੂੰ ਸਹੁੰ ਚੁੱਕਣਗੇ ਉਸ ਤੋਂ ਬਾਅਦ ਸੈਨੇਟ ਵਗੈਰਾ 'ਚ ਜਾਏਗਾ ਬਟ ਉਹਨਾਂ ਨੇ ਕਿਹਾ ਹੈ ਕਿ ਮੇਰਾ ਟਾਰਗੇਟ ਹੈ 100 ਦਿਨ ਜਿਹੜੇ ਮੇਰੇ ਹੋਣਗੇ ਪ੍ਰੈਜ਼ੀਡੈਂਸੀ ਦੇ ਉਹਦੇ 'ਚ ਮੇਰਾ ਟਾਰਗੇਟ ਹੈ 100 million ਜਿਹੜੀ ਲੋਕਾਂ ਨੂੰ ਵੈਕਸੀਨੇਸ਼ਨ ਲੱਗ ਜਾਣੀ ਚਾਹੀਦੀ ਹੈ ਇਹ ਉਹਨਾਂ ਨੇ ਕਮਿਟ ਕੀਤਾ ਅਤੇ ਉਹਦੇ 'ਚ ਉਹਨਾਂ ਨੇ ਜਿਹੜਾ ਹੁਣ ਪੈਕੇਜ ਦਿੱਤਾ ਇਹਦੇ 'ਚ ਇਹ ਵੀ ਕਿਹਾ ਗਿਆ ਉਹਨਾਂ ਨੇ ਐਡੀਸ਼ਨਲ ਫੰਡਿੰਗ ਵੀ ਦਿੱਤੀ ਅਰਾਊਂਡ 30 billion ਦੇ ਕਰੀਬ ਜਿਹਦੇ 'ਚ ਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਵੈਕਸੀਨੇਸ਼ਨ ਆ ਉਹ ਐਂਡ ਯੂਜ਼ਰ ਜਿਹੜਾ ਐਂਡ ਜੋ ਪੇਸ਼ੈਂਟਸ ਨੇ ਜਾਂ ਨੋਰਮਲ ਲੋਕ ਨੇ ਉਹਨਾਂ ਤੱਕ ਕਿਵੇਂ ਲੱਗਦੀ ਹੋ ਸਕਦੀ ਹੈ ਉਹਦੇ ਲਈ ਉਹਨਾਂ ਨੇ ਕਿਹਾ ਹੈ ਕਿ ਜ਼ਿਆਦਾ ਪਲੇਸਿਸ ਉਹ ਕ੍ਰੀਏਟ ਕਰਨਗੇ ਮੋਬੀਲਾਈਜ਼ ਕਰਨਗੇ ਟੀਮਸ ਨੂੰ ਕਿ ਤਾਂ ਕਿ ਜਿਹੜੇ ਇੰਜੈਕਸ਼ਨ ਨੇ ਜਲਦੀ ਜਲਦੀ ਲੱਗ ਸਕਣ ਸੋ ਇਹਦੇ ਲਈ ਉਹਨਾਂ ਨੇ ਕਾਫੀ ਫੰਡਸ ਦਿੱਤੇ ਨੇ ਲੋਕਾਂ ਨੂੰ ਈਵਨ ਡਾਇਰੈਕਟ ਜਿਹੜੇ ਹੁਣ ਅਨਇੰਪਲੋਇਮੈਂਟ ਵੀ ਬਹੁਤ ਅਲਾਰਮਿੰਗ ਰੇਟ 'ਤੇ ਚੱਲ ਰਹੀ ਹੈ ਅਮੈਰੀਕਾ 'ਚ ਸੋ ਉਹਨੂੰ ਕਰਨ ਲਈ ਵੀ ਉਹਨਾਂ ਨੇ ਡਾਇਰੈਕਟ ਪੇਮੈਂਟਸ ਲੋਕਾਂ ਨੂੰ ਕਿਹਾ ਕਿ ਪਹਿਲਾਂ ਹੁਣ ਦਸੰਬਰ 'ਚ ਇੱਕ ਪੈਕੇਜ ਆਇਆ ਸੀ ਜਿਹਦੇ 'ਚ $600 ਦਿੱਤਾ ਗਿਆ ਸੀਗਾ ਜਿਹੜੇ ਐਲੀਜੀਬਲ ਫੈਮਿਲੀ ਸੀ ਉਹਨੂੰ ਹੁਣ ਉਹਨਾਂ ਨੇ ਵਧਾ ਕੇ ਕਿਹਾ $1400 ਹੋਰ ਦਿੱਤੇ ਜਾਣਗੇ ਪਲੱਸ ਜਿਹੜੇ ਅਨਇੰਪਲੋਇਮੈਂਟ ਬੈਨੀਫਿਟ ਆ ਉਹ 300 ਸੀ ਉਹਨੂੰ ਵਧਾ ਕੇ 400 ਕੀਤਾ ਐਵਰੀ ਵੀਕ ਦਾ ਸੋ ਉਹਦੇ ਲਈ ਹੁਣ ਉਹਨਾਂ ਨੇ ਪੈਕੇਜ ਅਨਾਊਂਸ ਕੀਤਾ ਹੈ ਬਟ ਇਹ ਹੁਣ ਜਦੋਂ 20 ਨੂੰ ਆਉਣਗੇ ਉਦੋਂ ਬਾਅਦ ਇਹ ਅਪਰੂਵਲ ਹੋਏਗੀ ਹਾਊਸ 'ਚ ਸੈਨੇਟ 'ਚ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਐਗਰੀ ਹੋਏਗਾ ਕਿ ਨਹੀਂ ਹੋਏਗਾ ਬਟ ਕਿਉਂਕਿ ਮੈਜੋਰਿਟੀ ਇਸ ਵੇਲੇ ਜੋ ਬਾਈਡਨ ਜੀ ਡੈਮੋਕਰੈਟਸ ਦੀ ਦੋਨੇ ਹਾਊਸ 'ਚ ਹੈਗੀ ਸਾਡੇ ਹਾਊਸ ਅਤੇ ਸੈਨੇਟ 'ਚ ਤਾਂ ਪੋਸੀਬਿਲਟੀ ਹੈਗੀ ਆ ਕਿ ਇਹ ਅਪਰੂਵ ਹੋ ਜਾਏਗਾ ਜੀ ਹਾਂਜੀ ਸੰਗਤ ਸਾਹਿਬ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਭਾਅ ਜੀ ਕਾਫੀ ਡਿਟੇਲ ਦੇ ਵਿੱਚ ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਆ ਜੋ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਜੁੜਦੇ ਆ ਤੁਸੀਂ ਕਾਫੀ ਡਿਟੇਲ ਦੇ ਵਿੱਚ ਅਨਾਲਿਸਿਸ ਜਿਹੜਾ ਉਹ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕੀਤਾ ਅਸੀਂ ਬਹੁਤ ਬਹੁਤ ਤੁਹਾਡਾ ਥੈਂਕ ਯੂ ਵੀ ਕਰਦੇ ਹਾਂ ਔਰ ਕੀਪ ਅਪ ਦਾ ਗੁੱਡ ਵਰਕ ਬਹੁਤ ਵਧੀਆ ਤੁਸੀਂ ਉੱਥੋਂ ਕੰਮ ਕਰ ਰਹੇ ਹਾਂ ਬਹੁਤ ਤੁਸੀਂ ਮਿਹਨਤ ਦੇ ਨਾਲ ਲਗਨ ਦੇ ਨਾਲ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਾਡੇ ਪੀਲ ਦੇ ਵਿੱਚ ਸਾਡੇ ਓਨਟੇਰੀਓ ਦੇ ਵਿੱਚ 2998 ਕੇਸ ਜਿਹਦੇ ਵਿੱਚ ਸਭ ਤੋਂ ਵੱਧ ਤਕਰੀਬਨ 800 ਕੇਸ ਜਿਹੜੇ ਆ ਜੀ ਇਹ ਟੋਰਾਂਟੋ ਦੇ ਵਿੱਚ 616 ਕੇਸ ਪੀਲ ਦੇ ਵਿੱਚ 250 ਜਿਹੜੇ ਯੋਰਕ ਦੇ ਵਿੱਚ 161 ਜਿਹੜੇ ਆ ਵਾਟਰਲੂ ਰੀਜਨ ਦੇ ਵਿੱਚ ਜਿਹੜੇ ਮੇਨ ਕੇਸ ਪਾਏ ਗਏ ਪਰ ਇੱਥੇ ਇੱਕ ਚੀਜ਼ ਜਿਹੜੀ ਹੈਰਾਨੀਜਨਕ ਇਹ ਆ ਜੀ ਬਈ ਸਾਡੀਆਂ ਟੋਟਲ ਨੰਬਰ ਆਫ ਡੈਥ ਜਦੋਂ ਦਾ ਮਾਰਚ ਅਪ੍ਰੈਲ ਤੋਂ ਲੈ ਕੇ ਪੈਂਡੈਮਿਕ ਸ਼ੁਰੂ ਹੋਇਆ ਸਾਡੀਆਂ 5289 5299 ਡੈਥ ਜਿਹੜੀਆਂ ਟੋਟਲ ਜਿਹੜੀਆਂ ਹੋਈਆਂ ਹੈਗੀਆਂ ਪਰ ਉਹਦੇ ਵਿੱਚ 407 ਡੈਥ ਜਿਹੜੀਆਂ ਇਹ ਇਕੱਲੀਆਂ ਪਿਛਲੇ ਵੀਕ ਦੇ ਵਿੱਚ ਹੋਈਆਂ ਹੈਗੀਆਂ ਸੋ ਕਾਫੀ ਚਿੰਤਾਜਨਕ ਜੋ ਇਸ ਵੇਲੇ ਜਿਹੜਾ ਇਹ ਸੈਕਿੰਡ ਵੇਵ ਚੱਲ ਰਹੀ ਆ ਇਟਸ ਵੈਰੀ ਡੇਂਜਰਸ ਬੀ ਐਕਸਟਰਾ ਕੇਅਰਫੁਲ ਜੋ ਗੌਰਮੈਂਟ ਦੀਆਂ ਹਦਾਇਤਾਂ ਉਹਨਾਂ ਨੂੰ ਪਾਲਣ ਜ਼ਰੂਰ ਕਰੋ ਥੋੜ੍ਹਾ ਜਿਹਾ ਨੰਬਰ ਸਾਡਾ ਥੱਲੇ ਆਇਆ ਹੈਗਾ ਪਿਛਲੇ ਵੀਕ ਨਾਲੋਂ ਜੇ ਵੀਕਲੀ ਐਵਰੇਜ ਦੇਖਦੇ ਹਾਂ ਤਾਂ ਸਾਡਾ ਜਿਹੜਾ ਪਿਛਲੇ ਵੀਕ ਦਾ ਨੰਬਰ ਸੀ ਉਹ ਸੀਗਾ ਜੀ 3394 ਔਰ ਇਸ ਵੀਕ ਦੀ ਜਿਹੜੀ ਸਾਡੀ ਐਵਰੇਜ ਆ ਉਹ ਹੈਗੀ ਆ ਜੀ 3273 ਸੋ ਥੋੜ੍ਹਾ ਜਿਹਾ ਨੰਬਰ ਥੱਲੇ ਰਿਹਾਉਣਾ ਸ਼ੁਰੂ ਹੋਇਆ ਪਰ ਜਿੱਦਾਂ ਜਿੱਦਾਂ ਅੱਗੇ ਵਧਾਂਗੇ ਉਮੀਦ ਕਰਦੇ ਹਾਂ ਕਿ ਗੌਰਮੈਂਟ ਦੀਆਂ ਰਿਸਟ੍ਰਿਕਸ਼ਨਸ ਕੰਮ ਕਰਨ ਅਤੇ ਥੋੜ੍ਹਾ ਜਿਹਾ ਲੋਕਾਂ ਨੂੰ ਜਿਹੜਾ ਰਾਹਤ ਮਿਲੇ ਆਹ ਪ੍ਰੋਗਰਾਮ ਦੇ ਵਿੱਚ ਵਿਚਾਰ ਲੈਂਦੇ ਹਾਂ ਜੀ ਸਿੰਗਲਾ ਸਾਹਿਬ ਤੁਹਾਡੇ ਕੋਲੋਂ ਸ਼ੁਰੂ ਕਰਦੇ ਜੀ ਪੈਂਡੈਮਿਕ ਬਾਰੇ ਹਾਂਜੀ ਕੋਈ ਹਾਂਜੀ ਤੁਸੀਂ ਬਿਲਕੁਲ ਜੀ ਦੇਖੋ ਸਰਕਾਰ ਨੇ ਸਟੇ ਐਟ ਹੋਮ ਆਰਡਰ ਦਿੱਤੀਆਂ ਪਰ ਜਿੱਦਾਂ ਕਿ ਮੈਂ ਵੀ ਪਿਛਲੇ ਡੇਢ ਕੁ ਦਿਨ 'ਚ ਦੇਖਿਆ ਵੀ ਕੋਈ ਬਹੁਤ ਜ਼ਿਆਦਾ ਜੇ ਕਹੋ ਸੜਕਾਂ 'ਤੇ ਰਸ਼ ਘੱਟ ਗਿਆ ਉਹ ਗੱਲ ਨਹੀਂ ਹੈਗੀ ਹਾਲੇ ਵੀ ਲੋਕ ਬਾਹਰ ਜਾ ਰਹੇ ਆ ਜੇ ਕੋਈ ਸਰਕਾਰ ਵਾਕਈ ਇਸ ਬਾਰੇ ਸੀਰੀਅਸ ਹੋ ਗਈ ਤਾਂ ਸਾਨੂੰ ਖਬਰ 'ਚ ਖਬਰਾਂ 'ਚ ਪਤਾ ਲੱਗੇਗਾ ਵੀ ਸਰਕਾਰ ਟਿਕਟਾਂ ਇਸ਼ੂ ਕਰ ਰਹੀ ਆ ਜਾਂ ਲੋਕਾਂ ਨੂੰ ਰੋਕ ਕੇ ਪੁੱਛਿਆ ਜਾ ਰਿਹਾ ਆ ਹਾਲੇ ਕੋਈ ਇੱਦਾਂ ਦੀ ਰਿਪੋਰਟ ਨਹੀਂ ਆ ਰਹੀ ਆਈ ਥਿੰਕ ਜਿਹੜਾ ਤੁਸੀਂ ਸਮਅਪ ਕੀਤਾ ਸੀ ਐਜ਼ ਕਲੀਅਰ ਐਜ਼ ਮੱਡ ਗੱਲ ਉੱਥੇ ਕੀ ਕਲੀਅਰ ਆ ਪਰ ਹਰ ਬੰਦੇ ਨੂੰ ਆਪਣੀ ਜਿਹੜੀ ਜ਼ਿੰਦਗੀ ਜ਼ਿੰਦਾਬਾਦ ਆ ਜੀ ਜਿੰਨਾ ਆਪਣੇ ਆਪਣੇ ਨੂੰ ਬਚਾ ਲਵਾਂਗੇ ਓਨਾ ਹੀ ਆਪਾਂ ਅੱਗੇ ਕੋਈ ਕੰਮ ਧੰਦਾ ਤਾਂ ਹੀ ਕਰ ਸਕਦੇ ਜੇ ਆਪਣੀ ਸਿਹਤ ਠੀਕ ਰਹੇਗੀ ਬਿਲਕੁਲ ਸੋ ਬਟ ਸਮਝ ਲੱਗ ਰਿਹਾ ਜੀ ਵੀ ਕਦੋਂ ਇਹ ਬਿਮਾਰੀ ਜਿਹੜੀ ਆ ਖਤਮ ਹੋਏਗੀ ਦਵਾਈ ਆ ਵੀ ਗਈ ਆ ਪਰ ਤਾਂ ਵੀ ਨੰਬਰਸ ਦੇਖ ਕੇ ਬੜੀ ਹੈਰਾਨੀ ਹੁੰਦੀ ਆ ਸੋ ਕੋਸ਼ਿਸ਼ ਇਹੀ ਆ ਵੀ ਹਰ ਬੰਦਾ ਘਰ ਰਹੇ ਆਪਣੇ ਨੂੰ ਸੇਫ ਰੱਖੇ ਜਿੱਥੇ ਤੱਕ ਹੋ ਸਕਦਾ ਘਰੋਂ ਕੰਮ ਕਰਨ ਜੀ ਅਤੇ ਜੇ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਬਿਲਕੁਲ ਜਾਣ ਸਕੂਲ ਬੰਦ ਆ ਜੀ ਬੱਚੇ ਘਰ ਹੈਗੇ ਆ ਸੋ ਇੱਕ ਅੱਛੀ ਗੱਲ ਆ ਬਟ ਆਉਣ ਵਾਲਾ ਟਾਈਮ ਚੰਗਾ ਆਵੇ ਇਹੀ ਬਿਲਕੁਲ ਜੀ ਡੈਫੀਨੇਟਲੀ ਸਾਡੀ ਗੌਰਮੈਂਟ ਕਹਿ ਰਹੀ ਹੈ ਕਿ ਸਪਟੈਂਬਰ ਤੱਕ ਜਿਹੜੀ ਕੈਨੇਡੀਅਨਸ ਆ ਉਹਨਾਂ ਨੂੰ ਜਿਹੜੀ ਫਸਟ ਡੋਜ਼ ਆ ਮਿਲ ਜਾਊਗੀ ਕਿਉਂਕਿ ਇਹਨਾਂ ਨੇ ਤਕਰੀਬਨ ਕਾਫੀ ਜਿਹੜੀ ਆ ਡੋਜ਼ ਜਿਹੜੀਆਂ ਸਿਕਿਓਰ ਕਰ ਲਈਆਂ ਤਕਰੀਬਨ ਮੈਂ ਤੇ ਯੁੱਧਵੀਰ ਜੀ ਅਸੀਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ 2 ਵਾਰੀ ਡੋਜ਼ ਦੇਣ ਜੋਗੀ ਕੈਨੇਡਾ ਨੇ ਜਿਹੜੀ ਸਪਲਾਈ ਆ ਉਹ ਤਕਰੀਬਨ ਕਨਫਰਮ ਕਰ ਲਈ ਆ ਕਿ ਸਾਨੂੰ 2 ਵਾਰੀ ਸਾਰੇ ਕੈਨੇਡੀਅਨਸ ਨੂੰ ਜਿਹੜੀ ਸਪਲਾਈ ਆ ਉਹ ਮਿਲ ਜਾਊਗੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਇਹ ਤਾਂ ਸਿਰਫ ਇਹ ਵੀ ਇੱਕ ਪ੍ਰਕੋਸ਼ਨ ਦਾ ਹਿੱਸਾ ਆ ਇਹ ਵੈਕਸੀਨੇਸ਼ਨ ਜਿਹੜੀ ਆ ਪ੍ਰਕੋਸ਼ਨ ਦਾ ਹਿੱਸਾ ਆ ਇਟਸ ਨੋਟ ਦਾ ਕਿਓਰ ਇਹ ਕਿਓਰ ਨਹੀਂ ਹੈਗੀ ਇਹਦੇ ਲਈ ਵੀ ਤੁਹਾਨੂੰ ਅਜੇ ਇਤਿਹਾਦ ਵਰਤਣੇ ਪੈਣਗੇ ਜਦੋਂ ਇਮਿਊਨਿਟੀ ਉਹ
बकायदा कामयाब होंगी है किन्ने लोगों के उत्ते कामयाब होंगी है 90-95% तक यदि जी प्रोग्रेस रिपोर्ट है पॉजिटिव हैगी सो पर आने वाले समय के भी अजे क्योर जोड़ा वो अजे लभना बाकी है इट्स स्टिल प्रकॉशनरी मेयर जी यह वैक्सीनेशन हैगी बिरक साहब मैं थोड़े को भी विचार लेने चाहूँगा थोड़ा जहा जो तुम भी आ सरकार ने जो आ लॉकडाउन किया ये बारे फिर मैंने तो यह लग्या भी कितना कितने 10,000 साढ़े कनेडियन ऑलरेडी रेस्टोरेंट्स का नंबर जो 10,000 है जी जे ऑलरेडी बिजनेस तो बहर हो गए स्मॉल बिजनेस पॉइंट हो मतलब स्मॉल बिजनेस इन्ना हिट होया दस एक कल रेस्टोरेंट कनेडा 10,000 बाकी जो स्मॉल बिजनेस आ छोटे टाउन का की हाल होगा जेडे मम एंड जिदा कह लो पॉप शॉप राइट सो ये चीज़ हैगी बिरक साहब हाँ जी जो इन्होंने पार्शल लॉकडाउन सैकेंड टाइम की वधाई उदों मैं इस चीज़ के अगेंस्ट कि इन्होंने जो रिटेलरस छोटे बिजनेस क्लोज किया और वे बिजनेस ओपन रखे ये बिल्कुल गलत है और ये रिटेलरस खत्म करना चाहते ने वो थोड़े सामने रिजल्ट आ गए हैं तो ये बड़ा दुख भरी दुख हों के गवर्नमेंट सीरीयस नहीं हैगी समॉल बिजनेस से रिटेलरस बचाने वास्ते वो कारपोरेट के वास्ते ही सोच रही है भी कारपोरेट्स को किस तरह मैक्सीमम सपोर्ट की जा सके क्योंकि कारपोरेट्स ही फिर बैक वापस सपोर्ट हैल्प करते हैं जोड़ा रूलिंग स्ट्रक्चर हों तो वो सानू साढ़े सामने है जो एस एन सी लैवलिंग का केस होया और बड़ा रौला पिया सी ते उदों एस एन सी लैवलिंग दे सीओ साहब ने खुद कहा सी कि असी छे मिलियन असी एस पार्टी नूं दिता है 7 मिलियन असी एस पार्टी नूं दिता है सो ये जिहड़े कारपोरेट जॉइंट्स ने यह पैसा वापस पार्टियां नूं इलैक्शन फंड देंदे ने ते उन्हां नूं प्रोटेक्ट करन वास्ते उन्हां दी हैल्प करदे ने और हुण जिन्हें भी कारपोरेट ने वो सारे इस COVID-19 के जोड़ा वीकर है वह खत्म हो रहा है रिटेलर खत्म हो रहे हैं उन्होंने नुकसान हो रहा है और ये बिजनेस इन्हों के जो प्रॉफिट ने बिलियन बिलियन डॉलर के बढ़ रहे हैं तो वह रिजल्ट साढ़े सामने हैगा तो हूँ इस सिस्टम कदों तक चलना है कदों का चल रहा है इस गल का भी आप पता है लेकिन अपने लोगों की मजबूरी है कि आप लोग जो औखा वेला आता उदों चूं चां करके चुप कर जाने बाद असी बोलते नहीं है हूँ जोड़ा इन्होंने हम आ पार्शल लॉकडाउन किया मैनू नहीं लगता क्या हूँ थोड़े सामने तुम मैं 100 ह्यूमन लाइव गई ने यह कि अलार्मिंग है और ये तो अजे भी जेडे मैक्सीम जिथे इन्फेक्शन आदि ने वो वेयर हाउस ने वो खुले ने कारपोरेट सैक्टर काम कर रहा है तो जिथे इन्फेक्शन घट ने उन्होंने इन्होंने फिर कंट्रेल करन दी कोशिश की है रोकन दी कोशिश की है ये चंगी पॉलिसी नहीं तो अगे जा के सानू हो सकता है कंट्रोल होवे कि ना होवे ये समा दसेगा पर इहदे विच एक होर गल नवी जिहड़ी ऐड हुई है वह भी बड़ी अलार्मिंग है कि पहला तो असी कहिंदा सी ये चीन वाले ने घल दिता है ये चीन वाले का COVID-19 हुण ये 3 होर कंट्रियां घलन लग गई ने एक इंग्लैंड है एक नाइजीरिया है एक साउथ अफ्रीका है हूँ यह भी नहीं पता भी वह कि कंट्री तो आके साढ़े अटैक करता पे तो वह इफेक्ट की है साढ़े ते इन्हें COVID-19 ने भी अपना नवा रोल प्ले करना शुरू कर दिता है तो वो आने वाले समय च जिन्हें चिर तक कंप्लीट लॉकडाउन घट्टो घट 2-3 वीक या महीना नहीं करते मैनू नहीं समझ आती कि इस कंट्रोल किस तरह करे ठीक है जी बहुत बहुत धन्यवाद बिरक साहब और रंधावा साहब के भी विचार जरूर लेने एक ही सोचते हैं क्योंकि सारे पैनलिस्ट को फेयर चांस जो मिलना जरूरी है तो वख-वख विचार जो है रूबरू किए जा सकन रंधावा साहब जिस तरह बिरक साहब ने दसिया है कि जो स्पैशली समॉल बिजनेसमैन है ना वो बहुत ही ड्रास्टिकली इफेक्ट पै रहा उन्होंने और एक साल आलमोस्ट हो गया जदों तो सर्विस इंडस्ट्री जी बिल्कुल शट डाउन आ स्मॉल बिजनेस सारे जड़े ने जिहड़े खुले ने उन्हां दा भी 15-20-30% चलता है जदों के कोई भी जड़ा स्मॉल बिजनेस हुंदा ओ उन्हां दा जड़ा प्रॉफिट ते उन्हां दे खर्चे आलमोस्ट थोड़ा जे मार्जिन हुंदा है जिहदे नाल उन्हां दा सर्वाइवल हुंदा है बेशक गवर्नमेंट असिस्टेंस दे रही है
पर उहदे विच वी कटडाउन होया जदों दा जे हुण जिहड़ी रेंट सबसिडाइज सीगा उहनूं वी जदों जिहड़ा हुण नवें सिस्टम दे विच सी आर ए नूं अपलाई करीदा आ उहदे विच बहुत घट जिहड़ा रेंट ऑथोराइज हुंदा और सेम ही जिहड़ा हैगा आ वेजिस वाला जिहड़ा काम आ सबसिडाइज ਉਹਦੀ ਵੀ ਬਿਗ ਕੱਟ ਹੈਗਾ ਜਿਹੜਾ ਪਹਿਲਾਂ ਸ਼ੁਰੂ ਸ਼ੁਰੂ ਦੇ ਵਿੱਚ ਹੋਇਆ ਸੀਗਾ ਔਰ ਉਹ ਸਾਰੇ ਜਿਹੜੇ ਸਮਾਲ ਬਿਜ਼ਨਸ ਵਾਲੇ ਆ ਉਹਨਾਂ ਨੂੰ ਇਫੈਕਟ ਹੋ ਰਿਹਾ। ਦੂਸਰਾ ਜਿਹੜਾ ਮੈਂ ਪੁਆਇੰਟ ਰੇਜ਼ ਕਰਨਾ ਚਾਹੁੰਦਾ ਸੀ ਈਵਨ ਬਿਜ਼ਨਸ ਜਿਹੜੇ ਸਮਾਲ ਬਿਜ਼ਨਸ ਵਾਲੇ ਨੇ ਜਿਨ੍ਹਾਂ ਦੇ ਸਟੋਰ ਖੁੱਲ੍ਹੇ ਨੇ ਬਹੁਤ ਇਤਿਆਦ ਦੀ ਜ਼ਰੂਰਤ ਆ ਕਿਉਂਕਿ ਮਿਊਂਸੀਪਲ ਬਾਈ ਲਾਜ਼ ਵਾਲੇ ਬਹੁਤ ਹੀ ਜ਼ਿਆਦਾ ਐਕਟਿਵ ਹੋਏ ਹੋਏ ਨੇ। ਇੱਕ ਤਾਂ ਮਾਰ ਪਈ ਹੋਈ ਆ ਪਹਿਲਾਂ ਕਿ ਰੈਵਨਿਊ ਬਹੁਤ ਘੱਟ ਹੋ ਗਿਆ ਔਰ ਜੇ ਤੁਹਾਨੂੰ ਟਿਕਟਾਂ ਮਿਲਣ ਲੱਗ ਗਈਆਂ ਤਾਂ ਉਹ ਵੀ ਇੱਕ ਵੱਖਰਾ ਬੋਝ ਹੋਏਗਾ। ਬਾਈ ਲਾਜ਼ ਵਾਲੇ ਚਾਰ ਚਾਰ ਚੱਕਰ ਮਾਰ ਰਿਹਾ ਇੱਕ ਸਟੋਰ ਦੇ ਵਿੱਚ ਕਿ ਕਿੰਨੇ ਨੰਬਰ ਆਫ ਪੀਪਲ ਅੰਦਰ ਜਾ ਸਕਦੇ ਆ, ਸਾਈਨ ਲੱਗੇ ਆ ਨਹੀਂ ਲੱਗੇ, ਮਾਸਕ ਵਾਲੇ ਐਂਟਰ ਕਰਦੇ ਆ ਕੋਈ ਉਹਨਾਂ ਦੀ ਉਹਨਾਂ ਨੂੰ ਐਂਟਰ ਕਰਾਉਣ ਲਈ ਹੈਗਾ ਉਹਨਾਂ ਦੀ ਗਿਣਤੀ ਨੂੰ ਮੇਨਟੇਨ ਕਰਨ ਲਈ, ਸੋ ਉਹਦੇ ਲਈ ਵੀ ਇਤਿਹਾਤ ਵਰਤਣ ਦੀ ਜ਼ਰੂਰਤ ਹੈ ਵਿਚ ਇਜ਼ ਵੈਰੀ ਗੁੱਡ। ਮਿਊਂਸੀਪੈਲਿਟੀ ਜਿਹੜੀ ਆ ਇਸ ਵਾਰੀ ਜ਼ਿਆਦਾ ਐਕਟਿਵ ਹੋਈ ਆ, ਪਹਿਲਾਂ ਇੰਨੀ ਐਕਟਿਵ ਨਹੀਂ ਸੀ ਪਰ ਇਸ ਲੋਕਡਾਊਨ ਦੇ ਵਿੱਚ ਹਰ ਬਿਜ਼ਨਸ ਟੂ ਬਿਜ਼ਨਸ ਜਾ ਰਿਹਾ ਸਮਾਲ ਬਿਜ਼ਨਸ ਦੇ ਵਿੱਚ। ਜਿਹੜੇ ਨਹੀਂ ਅਲਾਊਡ ਬਿਜ਼ਨਸ ਖੋਲ੍ਹਣੇ, ਜੇ ਉੱਥੇ ਜਿਸ ਤਰ੍ਹਾਂ ਸਰਵਿਸ ਇੰਡਸਟਰੀ ਆ, ਜੇ ਕੋਈ ਆਪਣੇ ਆਫਿਸ 'ਚ ਬੈਠਾ ਵੀ ਆ ਤਾਂ ਉਹ ਅੰਦਰੋਂ ਲੋਕ ਹੋਣਾ ਚਾਹੀਦਾ, ਰਾਈਟ? ਉਹਦੇ 'ਚ ਇਹ ਨਹੀਂ ਕਿ ਵੋਕ ਇਨ ਐਨੀ ਟਾਈਮ ਤੁਸੀਂ ਕਰ ਸਕਦੇ ਹੋ। ਸੋ ਇਹਨਾਂ ਸਾਰੀਆਂ ਗੱਲਾਂ ਦਾ ਜਿਹੜੀ ਆ ਉਹ ਇਤਿਹਾਸ ਵਰਤਣੀ ਬੜੀ ਜ਼ਰੂਰੀ ਹੈ ਤਾਂ ਕਿ ਹੋਰ ਕੋਈ ਫਾਈਨੈਂਸ਼ੀਅਲ ਬਰਡਨ ਨਾ ਪੈ ਸਕੇ। ਬਹੁਤ ਬਹੁਤ ਧੰਨਵਾਦ ਰੰਧਾਵਾ ਸਾਹਿਬ। ਸਾਡੇ ਕਾਲਰਸ ਕਾਫੀ ਦੇਰ ਤੋਂ ਹੋਲਡ 'ਤੇ ਆ, ਮੈਂ ਨੰਬਰ ਵੀ ਸਵਿੱਚ ਆਫ ਕਰਾ ਦਿੱਤਾ ਸੀ ਕਿ ਕਾਲਰਸ ਨੂੰ ਹੁਣ ਜਿਹੜਾ ਉਹ ਰੀਸੈਂਟਲੀ ਨੰਬਰ ਔਨ ਕੀਤਾ ਹੈਗਾ, ਸੋ ਕਿਸੇ ਨੇ ਵੀ ਕਾਲ ਕਰਨੀ ਸਾਡੇ ਨੰਬਰ ਸਕਰੀਨ ਦੇ ਉੱਤੇ ਆ। ਕਾਫੀ ਦੇਰ ਤੋਂ ਕਾਲਰਸ ਹੋਲਡ ਦੇ ਉੱਤੇ ਹੈਗੇ ਆ। ਹਾਂਜੀ ਲੈਂਦੇ ਹਾਂ ਜੀ ਪਹਿਲੀ ਕਾਲ। ਹਾਂਜੀ ਤੁਹਾਡਾ ਸਵਾਗਤ ਹੈ ਜੀ। ਹੈਲੋ ਜੀ। ਹਾਂਜੀ ਨੈਕਸਟ ਕਾਲ ਜੀ, ਤੁਹਾਡਾ ਸਵਾਗਤ ਹੈ ਜੀ। ਨੈਕਸਟ ਕਾਲ ਜੀ, ਤੁਹਾਡਾ ਸਵਾਗਤ ਹੈ ਜੀ। ਹੈਲੋ ਜੀ। ਹਾਂਜੀ ਨੈਕਸਟ ਕਾਲ ਜੀ, ਤੁਹਾਡਾ ਸਵਾਗਤ ਹੈ ਜੀ। ਹਾਂਜੀ ਨੈਕਸਟ ਕਾਲ ਜੀ, ਤੁਹਾਡਾ ਸਵਾਗਤ ਹੈ ਜੀ। ਬਿਲਕੁਲ ਜੀ, ਕਾਫੀ ਦੇਰ ਤੋਂ ਤੁਹਾਡੀਆਂ ਕਾਲਸ ਜਿਹੜੀਆਂ ਹੋਲਡ ਦੇ ਉੱਤੇ ਸੀਗੀਆਂ, ਹਾਂਜੀ ਉਹਦੇ ਕਰਕੇ ਮੈਨੂੰ ਲੱਗਦਾ ਵੀ ਤੁਸੀਂ ਜਿਹੜੀ ਉਹ ਫੋਨ ਹੈਗਾ ਅਪ ਕਰ ਗਏ ਆ। ਸਕਰੀਨ ਦੇ ਉੱਤੇ ਹੁਣ ਸਾਡੇ ਲਾਈਨ ਖੁੱਲੀਆਂ ਹੈਗੀਆਂ, ਤੁਸੀਂ ਕੋਈ ਵੀ ਕੋਵਿਡ ਬਾਰੇ, ਕਿਉਂਕਿ ਅਸੀਂ ਇੱਕ ਦੋ ਸਵਾਲਾਂ ਤੋਂ ਬਾਅਦ ਅਸੀਂ ਮੁੜ ਕੇ ਨੈਕਸਟ ਸੈਗਮੈਂਟ, ਕਿਉਂਕਿ ਕਿਸਾਨ ਮੁੱਦੇ ਦੀ ਗੱਲ ਜਿਹੜੀ ਆ ਸਾਡਾ ਮੇਨ ਅੱਜ ਦਾ ਏਜੰਡਾ ਹੈਗਾ, ਉਹਦੇ ਬਾਰੇ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਪਰ ਇੱਕ ਦੋ ਕਾਲਸ ਜੇ ਤੁਸੀਂ ਕਰਨੀਆਂ, ਹਾਂਜੀ ਡੈਫੀਨੇਟਲੀ ਲਵਾਂਗੇ। ਇੱਕ ਕੁਐਸਚਨ ਮੈਂ ਜੁਦਵੀਰ ਜੀ ਨੂੰ ਜ਼ਰੂਰ ਪੁੱਛੂੰਗਾ, ਕਿਉਂਕਿ ਸਾਡੀ ਇਕਨੋਮੀ ਦੇ ਉੱਤੇ ਇੰਪੈਕਟ, ਜਿਵੇਂ 10,000 ਰੈਸਟੋਰੈਂਟ ਦੀ ਇਕੱਲੇ ਇੱਕ ਰੈਸਟੋਰੈਂਟ ਸੈਕਟਰ ਦੀ ਗੱਲ ਕੀਤੀ ਆ, ਇਹਦੇ ਨਾਲ ਅਜੇ ਬੈਂਕਟ ਹਾਲ ਇੰਡਸਟਰੀ ਜਿਹੜੀ ਆ ਉਹ ਬਹੁਤ ਅਜੇ ਘਾਟੇ ਦੇ ਵਿੱਚ ਚੱਲ ਰਹੀ ਆ, ਉਹ ਕਿੰਨਾ ਕੁ ਸਰਵਾਈਵ ਕਰਨਗੇ? ਹੋਰ ਜਿਹੜੇ ਸਮਾਲ ਸ਼ਹਿਰਾਂ ਦੇ ਵਿੱਚ ਜਿਹੜੇ ਸਮਾਲ ਬਿਜ਼ਨਸਸ ਹੈਗੇ ਆ, ਠੀਕ ਆ, ਰੈਂਟ ਰਿਬੇਟ ਵੀ ਮਿਲ ਰਿਹਾ ਹੈਗਾ ਤੁਹਾਨੂੰ, ਇਹਦੇ ਬਾਰੇ ਜ਼ਿਆਦਾ ਨੌਲੇਜ ਹੈਗੀ ਆ, ਜ਼ਰੂਰ ਮੈਂ ਤੁਹਾਡੇ ਕੋਲੋਂ ਜੋਦਵੀਰ ਜੀ ਹਾਂਜੀ ਤੁਹਾਡੇ ਵੱਲ ਆਉਣਾ ਚਾਹੂੰਗਾ, ਪਰ ਉਸ ਤੋਂ ਪਹਿਲਾਂ ਵਿਰਕ ਸਾਹਿਬ ਹਾਂਜੀ ਤੁਸੀਂ ਕੁਛ ਐਡ ਕਰਨਾ? ਦੇਖੋ, ਇਹਨੂੰ ਕੋਵਿਡ-19 ਨੂੰ ਰੋਕਣ ਲਈ ਸਟੇਟਸ ਨੂੰ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਨੇ ਫੈਡਰਲ ਗਵਰਨਮੈਂਟ ਨੇ, ਵੀ ਤੁਸੀਂ ਸਾਰੇ ਮੇਜਰ ਜਿੰਨੇ ਲੈਣੇ ਨੇ ਤੁਸੀਂ ਲੈਣੇ ਨੇ ਜੀ। ਹੁਣ ਸਟੇਟਸ ਦੇ ਵਿੱਚ ਓਨਟਾਰੀਓ, ਕਿਊਬਕ, ਅਲਬਰਟਾ, BC ਇੱਥੇ ਵੱਧ ਰਹੇ ਨੇ ਕੇਸ, ਅਤੇ ਕੀ ਫੈਡਰਲ ਗੌਰਮੈਂਟ ਨੂੰ ਨਹੀਂ ਚਾਹੀਦਾ ਬਈ ਘੱਟੋ ਘੱਟ ਉਹ ਇਹਨਾਂ ਨੂੰ ਥੋੜ੍ਹਾ ਬਹੁਤਾ ਤਾਂ ਗੱਲਬਾਤ ਕਰਨ, ਭਾਈ ਇਹਨੂੰ ਇਹਨਾਂ 'ਤੇ ਕੰਟਰੋਲ ਕਰੋ, ਤੁਹਾਨੂੰ ਕੋਈ ਸਾਡੇ ਕੋਲ ਹੋਰ ਮਦਦ ਚਾਹੀਦੀ, ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ, ਪਰ ਮਈਅਰ ਤੁਸੀਂ ਇਹੋ ਜਿਹੇ ਲਓ ਜਿਹਦੇ ਨਾਲ ਇਸ 'ਤੇ ਕੰਟਰੋਲ ਕੀਤਾ ਜਾ ਸਕੇ। ਫੈਡਰਲ ਗੌਰਮੈਂਟ ਇਹਦੇ 'ਤੇ ਬਿਲਕੁਲ ਚੁੱਪ ਹੈ। ਠੀਕ ਹੈ ਜੀ, ਜਦੋਂ ਵੀਰ ਉਹਨਾਂ ਨੂੰ ਇਹ ਵੀ ਕੁਐਸਚਨ ਜ਼ਰੂਰ ਪੁੱਛਦੇ ਆ, ਕਿਉਂਕਿ ਇਸ ਵੇਲੇ ਸਾਡੇ ਕੋਲ ਜੀ ਪੈਨਲ ਦੇ ਵਿੱਚ ਮੈਂ ਇੱਕ ਹੋਰ ਜਿਹੜੀ ਚੀਜ਼ ਐਡ ਕਰਨੀ ਚਾਹੁੰਦਾ ਸੀਗਾ, ਇਸ ਸਾਲ ਜਿਹੜੇ ਪ੍ਰੋਪਰਟੀ ਟੈਕਸਿਸ ਆਏ ਨੇ ਮਿਊਂਸੀਪੈਲਿਟੀਜ਼ ਵੱਲੋਂ, ਹਾਂਜੀ, ਕਿਉਂਕਿ ਅਸੈਸਮੈਂਟ 2 ਸਾਲ ਪਹਿਲਾਂ ਹੋਈ ਹੋਈ ਆ, ਉਹਦੀ ਪਿਛਲੇ ਸਾਲਾਂ ਦੇ ਵਿੱਚ ਵੈਲਿਊ ਹਰ, ਭਾਵੇਂ ਉਹ ਕਮਰਸ਼ੀਅਲ ਆ, ਭਾਵੇਂ ਉਹ ਇੰਡਸਟਰੀਅਲ ਆ, ਭਾਵੇਂ ਰੈਜੀਡੈਂਸ਼ੀਅਲ ਆ, ਉਹਨਾਂ ਦੀ ਵੈਲਿਊਏਸ਼ਨ ਦਾ ਡਰਾਸਟਿਕਲੀ ਅਪ ਗਈ ਸੀਗੀ ਔਰ ਉਹਦਾ ਜਿਹੜਾ ਇਫੈਕਟ ਹੋ ਰਿਹਾ ਮਿਊਂਸੀਪਲ ਟੈਕਸਿਸ ਦਾ ਉਹ ਬਹੁਤ ਹੀ ਜ਼ਿਆਦਾ ਹੋ ਰਿਹਾ, ਬਹੁਤ ਵੱਡੇ ਟੈਕਸਿਸ ਵਧੇ ਨੇ ਜਿਹੜੇ ਕਿ ਇਸ ਮਿਊਂਸੀਪੈਲਿਟੀਜ਼ ਨੂੰ ਨਹੀਂ ਸੀ ਵਧਾਉਣੇ ਚਾਹੀਦੇ, ਉਹਨਾਂ ਦੇ ਇਸ ਸਾਲ ਡੈਫੀਨੇਟਲੀ ਬਿਕਾਜ਼ ਆਫ ਪੈਂਡੈਮਿਕ ਕਰਕੇ ਉਹਦੇ 'ਤੇ ਫਰੀਜ਼ ਲੱਗਣੀ ਚਾਹੀਦੀ ਸੀ ਔਰ ਉਹ ਪਿੰਚ ਹੋ ਰਹੇ ਨੇ। ਪਰ ਉਹ ਡੈਫਰ ਕਰਨਗੇ, ਮੇਰਾ ਖਿਆਲ ਇਹਨਾਂ ਨੇ ਕਿਹਾ ਹੋਇਆ? ਨਹੀਂ ਨਹੀਂ, ਬਿਲਕੁਲ ਨਹੀਂ ਹੈਗਾ। ਮਿਊਂਸੀਪਲ ਟੈਕਸ ਜਿਹੜੇ ਨੇ ਉਹ ਨੋਟਿਸੇਬਲ ਨੇ, ਜੇ ਕਿਸੇ ਨੇ ਆਪਣੀ ਪ੍ਰੋਪਰਟੀ ਦੇ ਦੇਖਣੇ ਹੋਏ ਉਹ ਦਿਸਦੇ ਹੈਗੇ ਔਰ ਉਹਦੇ ਵਿੱਚ ਸਿਰਫ ਜੋ ਅਸੈਸਮੈਂਟ ਆਈਆਂ ਨੇ ਪਿਛਲੇ ਸਾਲ ਨਾਲ, ਕਿਉਂਕਿ ਬਹੁਤ ਅਪ ਸਨ ਉਹਦੇ ਹਿਸਾਬ ਨਾਲ ਜਾਣੇ ਸੀ ਟੈਕਸ ਸਾਹਿਬ, ਬਟ ਦਿਸ ਇਜ਼ ਨਾਟ ਦਾ ਰਾਈਟ ਟਾਈਮ ਕਿ ਉਹ ਟੈਕਸਿਸ ਜਿਹੜੇ ਨੇ ਉਹ ਵੈਰੀ ਗੁੱਡ ਪੁਆਇੰਟ, ਪੇਮੈਂਟ ਨੂੰ ਡੈਫਰ ਕਰ ਦੇਣ, ਬਟ ਜਿਹੜੀ ਇਨਕਰੀਜ਼ ਆ
ਉਹਨੂੰ ਰੈਫਰ ਕਰਨਾ ਜ਼ਰੂਰੀ ਨਹੀਂ ਨਹੀਂ ਜੇ ਡੈਫਰ ਵੀ ਕੀਤਾ ਆ ਜੇ ਉਹਨਾਂ ਨੇ ਡੈਫਰ ਕੀਤਾ ਹੁਣ ਜਿਹੜੇ 3 ਮਹੀਨੇ ਉਹਨਾਂ ਨੇ ਡੈਫਰ ਕੀਤਾ ਸੀਗਾ ਜੇ ਇੱਕ ਜਣੇ ਦਾ ਮਹੀਨੇ ਦਾ ਕਮਰਸ਼ੀਅਲ ਹੈਗਾ ਆ ਕਿ 4000 ਟੈਕਸ ਸੀ ਔਰ ਜਿਹੜੇ ਉਹਨਾਂ ਨੇ ਲਾਸਟ 3 ਮੰਥ ਲਾਇਆ ਉਹ 12000 ਟੈਕਸ ਭੇਜਦਾ ਮਹੀਨੇ ਦਾ ਹਾਂਜੀ ਸੋ ਇਕੱਠਾ ਨਹੀਂ ਲੈਣਾ ਚਾਹੀਦਾ ਨਾ 12000 ਇਕੱਠਾ ਕਰ ਦੇਣ ਹਾਂਜੀ ਉਹ ਜਿਹੜਾ ਫਰਕ ਪਿਆ ਆ ਔਰ ਉਹ ਕਿਸੇ ਨੇ ਨੋਟਿਸ ਨਹੀਂ ਕੀਤਾ ਹੈਗਾ ਮਿਊਨਸਪੈਲਿਟੀਜ਼ ਨੂੰ ਜਿਹੜੀਆਂ ਕਰ ਸਕਦੀਆਂ ਨੇ ਪੋਸਟਪੋਨ ਕਿਉਂਕਿ ਮਿਊਨਸਪੈਲਿਟੀ ਦੇ ਖਰਚੇ ਵੀ ਘਟੇ ਨੇ ਬਿਲਕੁਲ ਪੈਂਡੈਮਿਕ ਦੇ ਵਿੱਚ ਮਿਊਨਸਪੈਲਿਟੀ ਦੇ ਖਰਚੇ ਵੀ ਘਟੇ ਨੇ ਔਰ ਇਹ ਸਾਰੀਆਂ ਮਿਊਨਸਪੈਲਿਟੀ ਦਾ ਬ੍ਰੈਂਪਟਨ ਦਾ ਮਿਸਾਗਾ ਦਾ ਔਰ ਸਾਰੀਆਂ ਦਾ ਠੀਕ ਹੈ ਜੀ ਠੀਕ ਹੈ ਜੀ ਪੁਆਇੰਟ 2 ਵੀ ਨੋਟਡ ਹਾਂਜੀ ਨੈਕਸਟ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਹੈਲੋ ਹਾਂਜੀ ਭਾਈ ਪਿੱਛੋਂ ਆਵਾਜ਼ ਟੀਵੀ ਦੀ ਹੌਲੀ ਕਰੋਗੇ ਜੀ ਹੈਲੋ ਹਾਂਜੀ ਤੁਹਾਡੀ ਆਵਾਜ਼ ਜੀ ਹਾਂਜੀ ਤੁਹਾਡੀ ਕਾਲ ਮੈਨੂੰ ਹੋਲਡ ਤੇ ਪਾਉਣੀ ਪੈ ਗਈ ਨੈਕਸਟ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਹੈਲੋ ਹੈਲੋ ਹਾਂਜੀ ਤੁਹਾਡਾ ਸਵਾਗਤ ਹੈ ਜੀ ਕੌਣ ਸਾਹਿਬ ਬੋਲਦੇ ਜੀ ਹਾਂਜੀ ਮੈਂ ਆਲਮਜੀਤ ਗਰੇਵਾਲ ਬੋਲਦਾ ਹਾਂਜੀ ਗਰੇਵਾਲ ਸਾਹਿਬ ਹਾਂਜੀ ਤੁਸੀਂ ਏਅਰ ਤੇ ਆ ਹਾਂਜੀ ਰੰਧਾਵਾ ਸਾਹਿਬ ਕਿਹੜੀ ਚੀਜ਼ ਦੇ ਐਕਸਪਰਟ ਨੇ ਜੀ ਠੀਕ ਹੈ ਜੀ ਦੱਸ ਦਿੰਦੇ ਜੀ ਕੋਈ ਕੁਐਸਚਨ ਜੀ ਕੁਐਸਚਨ ਇਹ ਆ ਵੀ ਇਹਨਾਂ ਨੇ ਇੱਕ ਮੋਨਿਟਰੀ ਟ੍ਰਾਂਸਫਰ ਸਿਸਟਮ ਸ਼ੁਰੂ ਕੀਤਾ ਸੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਨੈਕਸਟ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਹੈਲੋ ਹਾਂਜੀ ਤੁਹਾਡਾ ਸਵਾਗਤ ਹੈ ਜੀ ਹਾਂਜੀ ਤੁਸੀਂ ਏਅਰ ਤੇ ਆ ਜੀ ਹਾਂਜੀ ਤੁਹਾਡਾ ਸਵਾਗਤ ਹੈ ਜੀ ਹਾਂਜੀ ਸੰਗਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਜੀ ਮੈਂ ਮਨਜੀਤ ਬੋਲਦਾ ਜੀ ਹਾਂਜੀ ਮਨਜੀਤ ਸਿੰਘ ਜੀ ਤੁਹਾਡੇ ਤੁਸੀਂ ਏਅਰ ਤੇ ਆ ਹਾਂਜੀ ਹਾਂਜੀ ਦੋ ਦਿਨ ਸਵਾਲ ਆ ਇੱਕ ਤਾਂ ਤੁਸੀਂ ਹੁਣ ਦੱਸਿਆ ਨਾ ਮਤਲਬ ਕਿ ਵੀ ਕੋਰੋਨਾ ਦੇ ਨਾਲ ਡੈਥ ਬਹੁਤ ਹੋਈਆਂ ਹਾਂਜੀ ਤੁਸੀਂ ਥੋੜ੍ਹਾ ਡਿਫਰੈਂਸ਼ੀਏਟ ਕਰਿਆ ਕਰੋ ਹੁਣ ਮੈਂ ਜਿੱਦਾਂ ਨਿਊਜ਼ ਸਾਰਾ ਕੁਛ ਮੇਨ ਮੀਡੀਆ ਜਿਹੜਾ ਉਹ 'ਚ ਪੜ੍ਹਿਆ ਮੋਸਟਲੀ ਜਿੰਨੀ ਡੈਥ ਹੋਈਆਂ ਉਹ ਸੀਨੀਅਰ ਦੇ ਵਿੱਚ ਹੋਈਆਂ ਜੀ ਜੀ ਹੁਣ ਇੱਕ ਅੱਜ ਮੰਤਰੀ ਵੀ ਸੀਗਾ ਉਹਨੇ ਕੋਰ ਸਾਹਿਬ ਨੂੰ ਚਿੱਠੀ ਵੀ ਲਿਖੀ ਜੀ ਮੈਂ ਉਹ ਸਾਰੀ ਪੜ੍ਹੀ ਆ ਉਹ ਜੀ ਤੇ ਉਹਨੇ ਸਿਰਫ ਦੋ ਚੀਜ਼ਾਂ ਕਹੀਆਂ ਬਈ ਜਿਹੜੇ ਸੀਨੀਅਰ ਹੋਵੇ ਆ ਉਹਨਾਂ ਨੂੰ ਤੁਸੀਂ ਕੰਟਰੋਲ ਕਰ ਲਓ ਉਹਨਾਂ ਟੇਕਰ ਕਰ ਲਓ ਠੀਕ ਹੈ ਜੀ ਬਾਕੀ ਜਿਹੜੇ ਹੋਸਪਿਟਲ ਆ ਹਾਂਜੀ ਉਹਨਾਂ ਦੇ ਤੁਸੀਂ ਉੱਥੇ ਮੰਜੇ ਵਗੈਰਾ ਜ਼ਿਆਦਾ ਜਾਂ ਹੋਰ ਜ਼ਿਆਦਾ ਕਪੈਸਿਟੀ ਵਧਾ ਦਿਓ ਜੀ ਮਤਲਬ ਕਿ ਬਹੁਤ ਹੀ ਲੌਜਿਕ ਆ ਮਤਲਬ ਕਿ ਮੈਂ 100% ਉਹਨਾਂ ਐਗਰੀ ਆ ਜੀ ਆ ਜਿਹੜਾ ਹੁਣ ਤੁਸੀਂ ਲੋਕਡਾਊਨ ਕੀਤਾ ਆ ਪਿਛਲੇ ਮਹੀਨੇ ਕੋਈ ਫਰਕ ਨਹੀਂ ਪਿਆ ਜੀ ਵਧੀ ਗਏ ਆ ਜੀ ਇਸ ਮਹੀਨੇ ਵਧੇ ਆ ਜੀ ਤੇ ਬਾਕੀ ਹੁਣ ਜਿਹੜੇ ਆ ਆਪਣੇ ਇੰਗਲੈਂਡ ਤੋਂ ਸਟੇਨ ਆਈ ਆ ਬਾਕੀ ਹੋਰ ਕੰਟਰੀ ਤੋਂ ਇੱਥੋਂ ਤਾਂ ਹੈ ਨਹੀਂ ਓਰੀਜਨ ਜੀ ਉਹ ਇੱਥੇ ਕਿੱਦਾਂ ਆ ਗਈ ਠੀਕ ਹੈ ਜੀ ਜਦ ਇਹਨਾਂ ਨੂੰ ਪਤਾ ਲੱਗ ਗਿਆ ਵੀ ਇੰਗਲੈਂਡ ਦੇ ਵਿੱਚ ਹੈਗੀ ਆ ਉੱਥੋਂ ਫਲਾਈਟਾਂ ਕੁਆਰੰਟਾਈਨ ਕਿਉਂ ਨਹੀਂ ਕੀਤੀਆਂ ਇਸ ਤੋਂ ਜਿਹੜਾ ਬੰਦਾ ਆਉਂਦਾ ਉਹਨਾਂ ਨੂੰ ਹੋਟਲ 'ਚ ਭੇਜੋ ਜਿੱਥੇ ਵੀ ਆ ਗਵਰਨਮੈਂਟ ਦੇ ਖਰਚੇ 'ਚ ਭੇਜੋ ਇਹ ਤਾਂ ਜੀ ਬਹੁਤ ਪਹਿਲਾਂ ਤੋਂ ਸਾਡੀ ਸਲਾਹ ਨਹੀਂ ਮੈਂ ਫਿਨਿਸ਼ ਨਹੀਂ ਹੋਇਆ ਮੈਂ ਹਾਂਜੀ ਠੀਕ ਹੈ ਠੀਕ ਹੈ ਮੈਂ ਫਿਨਿਸ਼ ਨਹੀਂ ਹੋਇਆ ਤੁਹਾਨੂੰ ਲੈਵਲ ਨੰਬਰ 2 ਹੁਣ ਆਪਣੇ 37 ਮਿਲੀਅਨ ਪਾਪੂਲੇਸ਼ਨ 36 ਮਿਲੀਅਨ ਰਾਈਟ ਹਾਂਜੀ 37 ਹਾਂਜੀ ਮੇਰਾ ਖਿਆਲ ਪਈ ਗਵਰਨਮੈਂਟ ਨੇ ਘੱਟ ਤੋਂ ਘੱਟ 400-500 million ਆਰਡਰ ਕਰ ਦਿੱਤੀ ਆ ਵੈਕਸੀਨ ਜੀ ਹੁਣ ਜੇ 2 ਵਾਰੀ ਵੀ ਲਾਉਣੀ ਪਵੇ 3 ਵਾਰ ਵੀ ਲਾਉਣੀ ਪਵੇ ਹਾਂਜੀ 4 ਵਾਰ ਲਾਉਣੀ ਪਵੇ ਤੇ 200 million ਹੋ ਜਾਊਗੀ ਜੀ ਤੇ ਇਹਦੇ ਪਿੱਛੇ ਏਜੰਡਾ ਕੀ ਆ ਮਤਲਬ ਕਿ ਵੀ ਤੁਸੀਂ ਕੀ ਸੋਚਦੇ ਆ ਪਰ ਇੰਨੀ ਵੈਕਸੀਨ ਮੰਗਾਉਣ ਦਾ ਇਹ ਉਹ ਹੀ ਹੋਣਾ ਹੋਣਾ ਜਿੱਦਾਂ ਵੈਕਸੀਨ ਆਮ ਫਲੂ ਹੁੰਦਾ ਆ ਏਦਾਂ ਅਗਲੇ ਸਾਲ ਇਹ ਹੋਣਾ ਇਹ ਘਟਣਾ ਨਹੀਂ ਇਹ ਚੱਲੀ ਜਾਣਾ ਹੈ ਇਹ ਆਪਣੇ ਨਾਲ ਰਹਿਣੇ ਰਹਿਣੇ ਆ ਇਹ ਸਿਰਫ ਆਹ ਮਤਲਬ ਕਿ ਮੈਂ ਬਿਰਕ ਸਾਹਿਬ ਦੀਆਂ ਗੱਲਾਂ ਦੇ ਨਾਲ ਥੋੜ੍ਹਾ ਜਿਹਾ ਸਹਿਮਤ ਹੈਗਾ ਆ ਠੀਕ ਹੈ ਜੀ ਤੇ ਜਿਹੜਾ ਇਹ ਨਹੀਂ ਇਹ ਬਣਾਇਆ ਨਾ ਮਤਲਬ ਕਿ ਜੋ ਕੁਛ ਬੰਦ ਕਰ ਦਿੱਤਾ ਉਹ ਲੋਕਡਾਊਨ ਕਰਤਾ ਉਹ ਕਰਤਾ ਇਹ ਸਿਰਫ ਜਿਹੜਾ ਛੋਟੇ ਬਿਜ਼ਨਸ ਤੁਹਾਨੂੰ ਪਤਾ ਹੋਣਾ ਵੀ ਇਹੋ ਸਰਕਾਰ ਕਹਿੰਦੀ ਹੁੰਦੀ ਸੀਗੀ ਪਿਛਲੇ ਸਾਲਾਂ 'ਚ ਅਤੇ ਕੈਨੇਡੀਅਨ ਇਕੋਨਮੀ 70% ਸਮਾਲ ਬਿਜ਼ਨਸ 'ਤੇ ਡਿਪੈਂਡ ਕਰਦੀ ਆ ਜੀ ਕਹਿੰਦੀ ਹੁੰਦੀ ਨਾ ਤਾਂ ਚਿੱਟਾ ਤੁਹਾਨੂੰ ਜੀ ਜੀ ਹੁਣ ਉਹ ਹੀ ਸਮਾਲ ਬਿਜ਼ਨਸ 'ਚ ਫਿਨਿਸ਼ ਹੋ ਗਿਆ ਅਤੇ ਇਕੋਨਮੀ ਕਿੱਥੇ ਜਾਊਗੀ ਕਿਸ 'ਤੇ ਡਿਪੈਂਡ ਹੋਊਗੀ ਉਹੋ ਹੀ 2-4 ਘਰਾਂ ਨੇ ਬਿਲਕੁਲ ਜੀ ਇਹੀ ਚੀਜ਼ ਹਾਂਜੀ ਹੋ ਗਿਆ ਡਨ ਜੀ ਕਿ ਨਹੀਂ ਹਾਂਜੀ ਹੁਣ ਬਾਕੀ ਇੱਕ ਗੱਲ ਹੋ ਰਿਹਾ ਜੀ ਇੱਕ ਗੱਲ ਹੋ ਰਿਹਾ ਹੁਣ ਕੈਨੇਡੀਅਨ ਮਤਲਬ ਕਿ ਕੋਸਟਕੋ ਵਾਲਮਾਰਟ ਉਹ ਖੁੱਲੇ ਆ ਹਾਂਜੀ ਹਾਂਜੀ ਕੈਨੇਡੀਅਨ ਟਾਇਰ ਕੈਨੇਡਾ ਦਾ ਸਟੋਰ ਆ ਹਾਂਜੀ ਉਹ ਕਿਉਂ ਬੰਦ ਆ ਠੀਕ ਹੈ ਜੀ ਠੀਕ ਹੈ
ਇਹਦੇ ਤੇ ਮੈਂ ਟਿੱਪਣੀ ਚਾਹੁੰਦਾ ਆਪਣੇ ਜਿਹੜੇ ਆਪਣੇ ਕੋਲ ਬੈਠੇ ਆ ਪੈਨਲਿਸਟ ਉਹਨਾਂ ਦੀ ਵੀ ਚਾਹੁੰਦਾ ਆ ਜਿੰਨੇ ਮੈਂ ਕੁਐਸਚਨ ਜਿਹੜਾ ਪਲੀਜ਼ ਆਨਸਰ ਕਰੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਬਈ ਹਾਂਜੀ ਬਈ ਜਿਹੜੇ ਇਹ ਲੇ ਇਹਨਾਂ ਨੂੰ ਜੋ ਇੰਗਲੈਂਡ ਤੋਂ ਫਲਾਈਟਾਂ ਆਉਣੀਆਂ ਸ਼ਾਇਦ ਤੁਸੀਂ ਸਾਡੇ ਜੇ ਪ੍ਰੋਗਰਾਮ ਸ਼ੁਰੂ ਤੋਂ ਮਾਰਚ ਅਪ੍ਰੈਲ ਤੋਂ ਸੁਣਨੇ ਸ਼ੁਰੂ ਕੀਤੇ ਹੁਣ ਤਾਂ ਅਸੀਂ ਇਸ ਚੀਜ਼ ਦੀ ਖਾਸ ਤੌਰ ਦੇ ਉੱਤੇ ਵਕਾਲਤ ਕਰਦੇ ਸੀ ਜਦੋਂ ਵੀ ਹੁਣ ਈਵਨ ਰੇਡੀਓ ਦੇ ਉੱਤੇ ਵੀ ਅਸੀਂ ਟੀ ਵੀ ਦੇ ਉੱਤੇ ਵੀ ਕਿ ਇਹਨਾਂ ਨੂੰ ਜਿਹੜੀ ਕੁਆਰੰਟੀਨ ਆ ਜਿਹੜੀ ਵੀ ਬਾਹਰੋਂ ਜਿੰਨੀ ਵੀ ਬਾਹਰੋਂ ਪਾਪੂਲੇਸ਼ਨ ਸਾਡੀ ਪਹੁੰਚ ਰਹੀ ਆ ਉਹਨਾਂ ਨੂੰ ਗੌਰਮੈਂਟ ਦੇ ਖਰਚੇ ਦੇ ਉੱਤੇ ਫੁੱਲ ਕੁਆਰੰਟੀਨ ਹੋਣਾ ਚਾਹੀਦਾ ਮਾਸ ਲੈਵਲ ਦੇ ਉੱਤੇ ਸਕਰੀਨਿੰਗ ਹੋਣੀ ਚਾਹੀਦੀ ਆ ਤਾਂ ਜੋ ਜਿਹੜੀ ਸਾਡੀ ਸੋਸਾਇਟੀ ਦੇ ਵਿੱਚ ਸਾਡੇ ਅਫੈਕਟਡ ਕੇਸਿਸ ਸੀਗੇ ਉਹਨਾਂ ਨੂੰ ਵੀ ਅਸੀਂ ਉਸ ਕੁਆਰੰਟੀਨ ਸੈਂਟਰਾਂ ਦੇ ਵਿੱਚ ਭੇਜ ਕੇ ਸੋਸਾਇਟੀ ਨੂੰ ਇੱਕ ਤਰ੍ਹਾਂ ਦਾ ਅਸੀਂ ਵਾਇਰਸ ਫਰੀ ਕਰ ਲੈਂਦੇ ਆਸਟ੍ਰੇਲੀਆ ਨਿਊਜ਼ੀਲੈਂਡ ਖਾਸ ਤੌਰ ਦੇ ਉੱਤੇ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਉਹਨਾਂ ਨੇ ਡਿਕਲੇਅਰ ਕੀਤੇ ਨੂੰ ਵਾਇਰਸ ਫਰੀ ਕੰਟਰੀ ਮੇਰਾ ਖਿਆਲ 3-4 ਵੀਕ ਹੋ ਚੁੱਕੇ ਆ ਜੋਧਵੀਰ ਜੀ ਬੈਠੇ ਆ ਅਖੀਰਲੀ ਕਾਲ ਉਹਨਾਂ ਨੂੰ ਮੈਂ ਦਊਂਗਾ ਔਰ ਜਿਹੜੇ ਤੁਸੀਂ ਬਿਜ਼ਨਸ ਦੀ ਗੱਲ ਕੀਤੀ ਆ ਬਿਲਕੁਲ ਜੀ ਮੈਂ ਪਹਿਲਾਂ ਤੋਂ ਇਸ ਚੀਜ਼ ਦਾ ਧਾਰਨੀ ਆ ਵੀ ਜਿਹੜਾ ਸਮਾਲ ਬਿਜ਼ਨਸਮੈਨ ਆ ਉਹ ਮੇਰੇ ਹਿਸਾਬ ਨਾਲ ਜ਼ਿਆਦਾ ਕੇਅਰ ਕਰਦਾ ਜਿਵੇਂ ਹੁਣੇ ਰੰਧਾਵਾ ਸਾਹਿਬ ਆਪ ਸਮਾਲ ਬਿਜ਼ਨਸਮੈਨ ਹੈਗੇ ਆ ਔਰ ਇਹ ਲੋਕਾਂ ਨੂੰ ਜ਼ਿਆਦਾ ਫਿਕਰ ਆ ਕਿ ਜੇ ਸਾਨੂੰ 750 ਦੀ ਇੱਕ ਟਿਕਟ ਜਾਂ ਸਾਨੂੰ 2000 ਦੀ ਟਿਕਟਾਂ 2-3 ਮਿਲ ਗਈਆਂ ਤਾਂ ਸਾਡੇ ਲਈ ਉਹ ਸਰਵਾਈਵਲ ਜਿਹੜਾ ਉਹ ਔਖਾ ਹੋ ਜਾਂਦਾ ਸੋ ਉਹ ਜਿਹੜਾ ਉਹ ਬੈਟਰ ਟੇਕ ਕੇਅਰ ਕਰਦਾ ਰਦਰ ਦੈਨ ਬਿਗ ਬਾਕਸਿਸ ਦੇ ਵਿੱਚ ਚਾਹੇ ਤੁਸੀਂ ਫਰੈਸ਼ਕੋ ਦੇ ਵਿੱਚ ਚਲੇ ਜਾਓ ਨੋਫਰੇਲ ਦੇ ਵਿੱਚ ਚਲੇ ਜਾਓ ਵਾਲਮਾਰਟ ਦੇ ਵਿੱਚ ਚਲੇ ਜਾਓ ਕੋਸਕੋ ਦਾ ਤੁਸੀਂ ਹਾਲ ਸਾਰੇ ਦੇਖਦੇ ਆ ਸੋ ਜਾਂ ਤਾਂ ਉੱਥੇ ਫਿਰ ਤੁਸੀਂ ਉਸ ਲੈਵਲ ਦੀ ਸਟ੍ਰਿਕਟਨੈਸ ਕਰੋ ਲੱਗੀਆਂ ਰਹਿਣ ਲਾਈਨਾਂ ਫਿਰ ਲੋਕਾਂ ਦੀ ਹੈਲਥ ਦਾ ਖਿਆਲ ਰੱਖੋ ਜਾਂ ਫਿਰ ਤੁਸੀਂ ਰੋਟੇਸ਼ਨ ਵਾਈਜ਼ ਹੁਣ ਘੱਟੋ ਘੱਟ ਹੁਣ ਸਮਾਲ ਬਿਜ਼ਨਸ ਨੂੰ ਤੁਸੀਂ ਸਰਵਾਈਵ ਕਰਨ ਦਾ ਮੌਕਾ ਦਿੰਦੇ ਤੁਸੀਂ ਉਹਨਾਂ ਦੇ ਉੱਤੇ ਵੀ ਘੱਟੋ ਘੱਟ ਦਿਨ ਹੀ ਲਾ ਦਿੰਦੇ ਵੀ ਹਾਂ ਬਈ ਭਾਈ ਆ ਜਿਹੜੇ ਬਿਗ ਬਾਕਸਿਸ ਹੈਗੇ ਆ ਖਾਸ ਤੌਰ ਦੇ ਉੱਤੇ ਐਮਾਜ਼ੋਨ ਦਾ ਵੇਅਰ ਹਾਊਸ ਆ ਕੈਨੇਡਾ ਨੂੰ ਟੈਕਸ ਵੀ ਨਹੀਂ ਪੇ ਹੋ ਰਿਹਾ ਐਮਾਜ਼ੋਨ ਦੇ ਵਿੱਚ ਹੁਣ ਕਹਿੰਦੇ ਉਹਨਾਂ ਨੇ ਗਰੋਸਰੀ ਸ਼ੁਰੂ ਕੀਤੀ ਆ ਪਰ ਕੋਈ ਏਟੀ ਐਮਰਜੈਂਸੀ ਦੀ ਗੱਲ ਨਹੀਂ ਹੈਗੀ ਹੋਰ ਸਾਡੇ ਲੋਕਲ ਸੋਬੀਜ਼ ਜਾਂ ਹੋਰ ਸਟੋਰ ਹੈਗੇ ਆ ਵਾਇਓਲਾ ਜਾਂ ਹੋਰ ਕੰਪਨੀਆਂ ਹੈਗੀਆਂ ਜਿਹੜੇ ਤੁਹਾਡੇ ਘਰ ਡਿਲੀਵਰੀ ਕਰਦੇ ਹੈਗੇ ਆ ਜਿੱਥੇ 4,000 ਬੰਦਾ ਇੱਕ ਇੱਕ ਵੇਅਰ ਹਾਊਸ ਦੇ ਵਿੱਚ ਕੰਮ ਕਰ ਰਿਹਾ ਮੈਨੂਫੈਕਚਰਿੰਗ ਕਾਰਾਂ ਦੀ ਮੈਨੂਫੈਕਚਰਿੰਗ ਚੱਲ ਰਹੀ ਆ ਫਰਨੀਚਰ ਦੀ ਮੈਨੂਫੈਕਚਰਿੰਗ ਚੱਲ ਰਹੀ ਆ ਇਸ ਵੇਲੇ ਭਾਜੀ ਲੜਾਈ ਜ਼ਿੰਦਗੀ ਮੌਤ ਦੀ ਆ ਤੁਸੀਂ ਬਿਲਕੁਲ ਜੇ ਵੱਡੀਆਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਰੱਖਣਾ ਦੈਟਸ ਡਿਫਰੈਂਟ ਸਟੋਰੀ ਪਰ ਜੇ ਤੁਸੀਂ ਸਮਾਲ ਸਕੇਲ ਬਿਜ਼ਨਸ ਨੂੰ ਸਰਵਾਈਵ ਕਰਨ ਦੇਣਾ ਚਾਹੁੰਦੇ ਆ ਉਹਦਾ ਖਿਆਲ ਜਿਹੜਾ ਇਕੱਲਾ ਇਹੀ ਨਹੀਂ ਵੀ ਉਹਦਾ 50% ਰੈਂਟ ਤੁਸੀਂ ਦੇ ਦਿੱਤਾ 40-50% 60% ਅਪ ਟੂ 70% ਉਹਨੂੰ ਵੇਜ ਸਬਸਿਡੀ ਦੇ ਦਿੱਤੀ ਉਹਦੇ ਹੋਰ ਬਹੁਤ ਸਾਰੇ ਖਰਚੇ ਨੇ ਉਹਦਾ ਆਪਣਾ ਘਰ ਕਿਵੇਂ ਚੱਲਣਾ ਉਹਦੇ ਆਪਣੇ ਘਰ ਕਿਵੇਂ ਚੱਲਣਾ ਉਹ $2,000 ਨਾਲ ਉਹਦਾ ਆਪਣਾ ਘਰ ਨਹੀਂ ਚੱਲਦਾ ਹੈਗਾ ਸੋ ਬਹੁਤ ਸਾਰੇ ਕੰਸਰਨ ਆ ਮੈਂ ਸਿੱਧਾ ਜੁਧਵੀਰ ਹੁਣਾਂ ਨੂੰ ਇਸ ਦੇ ਵਿੱਚ ਸ਼ਾਮਿਲ ਕਰੂੰਗਾ ਕਿਉਂਕਿ ਹੀ ਹੈਜ਼ ਮੋਰ ਡੈਪ ਨੌਲੇਜ ਇਨ ਡੈਪਥ ਅਬਾਊਟ ਦੀ ਸਨੇਰੀਓਜ਼ ਵੀ ਇਸ ਵੇਲੇ ਸਾਡੀ ਕੈਨੇਡੀਅਨ ਜੋ ਤੁਹਾਡੀ ਲਾਸਟ ਕਾਲ ਆ ਜੁਧਵੀਰ ਜੀ ਨੇ ਪੁਆਇੰਟ ਨੋਟ ਕੀਤੇ ਆ ਮੈਂ ਉਹਦੇ ਬਾਰੇ ਕਮੈਂਟ ਜਿਹੜੇ ਆ ਜੁਧਵੀਰ ਜੀ ਤੋਂ ਲੈਣੇ ਚਾਹੂੰਗਾ ਜੁਧਵੀਰ ਜੀ ਵੈਲਕਮ ਹਾਂਜੀ ਥੈਂਕ ਯੂ ਸੰਗਤ ਸਾਹਿਬ ਬਿਲਕੁਲ ਤੁਸੀਂ ਠੀਕ ਸਾਰਾ ਐਕਸਪਲੇਨ ਕੀਤਾ ਹੈਗਾ ਪਹਿਲਾਂ ਜਿਹੜੀ ਕੈਨੇਡੀਅਨ ਇਕਨੋਮੀ ਦੇ ਬਾਰੇ ਗੱਲ ਤੁਸੀਂ ਕਰ ਰਹੇ ਸੀਗੇ ਕੈਨੇਡੀਅਨ ਇਕਨੋਮੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਹੈ ਉਹ ਰੀਅਲ ਸਟੇਟ ਹੈ ਜਿਹੜੀ ਤਕਰੀਬਨ 14% ਕੰਟਰੀਬਿਊਟ ਹੈ ਰੀਅਲ ਸਟੇਟ ਸੋ ਜੇ ਰੀਅਲ ਸਟੇਟ ਠੀਕ ਚੱਲਦਾ ਰਹਿੰਦਾ ਹੈ ਤੇ ਇਹਦੇ ਨਾਲ ਸਾਡੀ ਕੈਨੇਡੀਅਨ ਇਕਨੋਮੀ ਕਿਉਂਕਿ ਇਹ ਜੋਬਸ ਕ੍ਰੀਏਟ ਕਰਦਾ ਹੈ ਜਿਹੜੀ ਰੀਅਲ ਸਟੇਟ 'ਚ ਇਨਵੈਸਟਮੈਂਟ ਜਾਂਦੀ ਹੈ ਸਭ ਤੋਂ ਪਹਿਲਾਂ ਤੇ ਕੰਸਟਰਕਸ਼ਨ ਦੇ ਵਿੱਚ ਬਹੁਤ ਮੈਸਿਵ ਜੋਬਸ ਕ੍ਰੀਏਟ ਕਰਦਾ ਰੀਅਲ ਸਟੇਟ ਕੰਸਟਰਕਸ਼ਨ ਫਿਰ ਕੰਸਟਰਕਸ਼ਨ ਤੋਂ ਇਲਾਵਾ ਜਿਹੜੀ ਸਰਵਿਸ ਇੰਡਸਟਰੀ ਹੈ ਚਾਹੇ ਉਹ 'ਚ ਰੀਅਲ ਸਟੇਟ ਏਜੰਟਸ ਆ ਜਾਣ ਚਾਹੇ ਉਹ 'ਚ ਲੋਅਰਸ ਆ ਜਾਣ ਚਾਹੇ ਮੋਰਗੇਜ ਏਜੰਟ ਆ ਜਾਣ ਉਹ ਸਾਰੀ ਸਰਵਿਸ ਇੰਡਸਟਰੀ ਨੂੰ ਵੀ ਇਹ ਕਾਫੀ ਹੱਦ ਤੱਕ ਜਿਹੜਾ ਰੀਅਲ ਸਟੇਟ ਸਪੋਰਟ ਕਰਦਾ ਹੈ ਫਿਰ ਉਸ ਤੋਂ ਬਾਅਦ ਰੈਨੋਵੇਸ਼ਨ ਸੈਕਟਰ ਲਗਾ ਲਓ ਜਾਂ ਹੋਰ ਜਦ ਕੋਈ ਘਰ ਖਰੀਦਦਾ ਹੈ ਤਾਂ ਹੋਰ ਅੰਦਰ ਬਹੁਤ ਸਾਰੀ ਇਲੈਕਟ੍ਰੋਨਿਕਸ ਫਰਨੀਚਰ ਇਹਨੀਆਂ ਸਾਰੀਆਂ ਚੀਜ਼ਾਂ ਨੂੰ ਵੀ ਜਿਹੜਾ ਰੀਅਲ ਸਟੇਟ ਸੈਕਟਰ ਹੈ ਉਹ ਸਪੋਰਟ ਕਰਦਾ ਹੈ ਬਿਗੈਸਟ ਕੰਟਰੀਬਿਊਟਿੰਗ ਫੈਕਟਰ ਹੈ ਸਾਡਾ ਇਕਨੋਮੀ ਵਾਸਤੇ ਔਰ ਹੋਰ ਜ਼ਿਆਦਾ ਰਿਲਾਏ ਕੀਤਾ ਹੈ ਡਿਊਰਿੰਗ ਦ ਟਾਈਮ ਆਫ ਪੈਂਡੈਮਿਕ ਕੋਵਿਡ ਦੇ ਦਰਮਿਆਨ ਔਰ ਹੁਣ ਅੱਗੇ ਚੱਲ ਕੇ ਹੋਰ ਰਿਲਾਏ ਕਰੇਗਾ ਦੂਸਰੀ ਜਿਹੜੀ ਗੱਲ ਹੈਗੀ ਹੈ ਕਿ ਜੋਬਸ ਸਾਡੇ ਡਿਸੰਬਰ 'ਚ ਪਹਿਲਾ ਐਸਾ ਮੌਕਾ ਸੀਗਾ ਕਿ ਤਕਰੀਬਨ 63,000 ਜੋਬਸ ਘਟੀਆਂ ਨੇ ਪੈਂਡੈਮਿਕ ਦੇ ਦਰਮਿਆਨ ਤੇ ਜ਼ਾਹਿਰ ਜੀ ਗੱਲ ਹੈ ਘਟੀਆਂ ਨੇ ਪਰ ਪਿਛਲੇ ਕੁਛ ਮਹੀਨਿਆਂ ਤੋਂ ਅੱਗੇ ਵੱਧ ਰਹੀਆਂ ਸੀਗੀਆਂ ਜਨਵਰੀ ਖਤਮ ਹੋਏਗਾ ਤਾਂ ਫਿਰ ਜਨਵਰੀ ਦੇ ਨੰਬਰ ਵੀ ਸਾਡੇ ਸਾਹਮਣੇ ਆਉਣਗੇ ਓਵਰਆਲ ਇਕਨੋਮੀ ਹਜੇ ਵੀ ਕਾਫੀ ਫਰਜਾਈਲ ਹੈ ਬੈਂਕ ਆਫ ਕੈਨੇਡਾ ਜਲਦੀ ਹੀ ਆਪਣਾ ਇੱਕ ਮਾਈਲਡ ਜਿਹੜਾ ਕੱਟ ਲਗਾ ਸਕਦਾ ਹੈ ਇਸ ਵੇਲੇ ਓਵਰਨਾਈਟ ਲੈਂਡਿੰਗ ਰੇਟ 0.25 ਹੈ ਬਟ ਇੱਕ ਮਾਈਲਡ ਜਿਹਾ ਕੱਟ ਜਿਹੜਾ ਹੈ ਉਹ ਚਾਹੇ 0.5 ਦਾ 0.10 ਦਾ 0.15 ਦਾ ਇੱਕ ਹੋਰ ਲੱਗਣ ਦੇ ਆਸਾਰ ਨੇ ਸੋ ਨੀਅਰ ਅਬਾਊਟ 0 ਓਵਰਨਾਈਟ ਲੈਂਡਿੰਗ ਰੇਟ ਜਿਹੜਾ ਹੈ ਉਹ ਜਾ ਸਕਦਾ ਹੈ ਜਿਹਦੇ ਨਾਲ ਇੱਕ ਵਾਰੀ ਫੇਰ ਜਿਹੜੀ ਰੀਅਲ ਸਟੇਟ ਮਾਰਕੀਟ ਆ ਥੋੜੀ ਵਧੀਆ ਚੱਲ ਸਕਦੀ ਹੈ ਤਾਂ ਉਹੀ ਗੱਲ ਇਕਨੋਮੀ ਰੀਅਲ ਸਟੇਟ ਫਾਈਨੈਂਸ ਦੀ ਦੂਸਰੀ ਜਿਹੜੀ ਗੱਲ ਕਰ ਰਹੇ ਸੀਗੇ ਤੁਸੀਂ ਹੁਣੇ ਕਿ ਯੈਸ ਬਿਗ ਬਾਕਸ ਸਟੋਰਸ ਦੀ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਗੱਲ ਕਰ ਚੁੱਕੇ ਹਾਂ ਕਿ ਜਦੋਂ ਤੱਕ ਅਸੀਂ ਬਿਗ ਬਾਕਸ ਸਟੋਰ ਜਿਹੜੇ ਨੇ ਉਹ ਨਹੀਂ ਬੰਦ ਕਰਾਂਗੇ ਮੇਰੇ ਖਿਆਲ ਦੇ ਨਾਲ ਜੇ ਥੋੜ੍ਹਾ ਟਾਈਮ ਸਾਡੇ ਜਿਹੜੇ ਦੂਸਰੇ ਸਟੋਰ ਹੈਗੇ ਨੇ ਉਹ ਥੋੜ੍ਹੇ ਪੈਸੇ ਬਣਾ ਲੈਣਗੇ ਜਿੰਨੇ ਛੋਟੇ ਸਟੋਰ
और दूसरी प्रॉब्लम यह हैगी है इस समय कि उत्थे वर्कर्स बहुत ज्यादा काम करते हैं और बहुत उत्थों मैसिव केसेस आते हैं। आखिरी पॉइंट जिहड़ा तुसीं गल कर ही रहे सीगे कि यस के वैक्सीन के बारे जिहड़ी गल असीं कर रहे सी, देखो वैक्सीन दे मैं तुहानूं नंबरस दे दिंदा हां कि इस समय कैनेडा इस तकरीबन 8.5 लाख पौने लख 8 लाख के आस पास इस वेले 7.5 पौने 8 लाख के आस पास वैक्सीन आ गई ने। ये तकरीबन 5-5.5 लाख लग गई ने। जनवरी एंड तक साढ़े को टोटल एक मिलियन वैक्सीन आ जाएगी जनवरी एंड तक। जे मैं फरवरी एंड तक की गल करा तो 2.9 मिलियन या रफली असं कह लीए गिव और टेक, क्योंकि फाइजर की अच्छ दिक्कत आई है, तो फरवरी एंड तक तकरीबन 3 मिलियन वैक्सीन आ जाएगियाँ। तो जे मैं गल करा मार्च एंड तक की तो साढ़े को तकरीबन कैनेडा 6 मिलियन वैक्सीन उस वेले तक आ जाएगी, यानी कि मार्च एंड तक तकरीबन 3 मिलियन लोगों को वैक्सीनेट करने के चांसिस है। और फिर अप्रैल दे विच सानू पता है कि फोर रैंप अप होएगी स्पीड, तो अप्रैल एंड तक असं ये कह सकते हैं कि साढ़े को तकरीबन 8 लाख-10 लाख के विच वैक्सीन आ सकती हैं। तो बहुत सारे लोग मैं ये सवाल पूछते हैं कि कदों ये पेंडेमिक खत्म कदों होना है, नॉर्मलाइज असं कदों होवांगे। सो मैं तुहानू अज ये दसदा है कि तकरीबन तुसीं लगा के चलो कि मई जून तक अजे बहुत ज़्यादा बड़ा सुधार नहीं आएगा। सो मई जून उस समय असं देख सकते हैं कि मई जून उस समय होएगा जदों के काफ़ी हद तक असं ये कंट्रोल पा लवेंगे। हालांकि जे तुम ये मैं पूछना चाहते हैं क्योंकि साड़ी वास्ट मेजोरिटी, क्योंकि अनुमान यह होंगे जे 60-70% लोगों को वैक्सीनेट कर दिता जाए तो फिर असं कह सकते हैं कि इस पेंडेमिक को काफ़ी हद तक पिछे छड़ दिता है। पर मई जून तक तुम ये कह सकते हो हालात काफ़ी सुधर जाएंगे और मई जून तक, जुलाई अगस्त तक असी ओंटेरियो के घट तो घट काम नबेड़ देवे और कैनेडा के काफ़ी हिस्सों के ब्रिटिश कोलंबिया अल्बर्टा और खासकर टेरिटरीज। तो जुलाई अगस्त तक असं समझ लो जिन्होंने कहें ना काम लगभग निबड़ गया, वो जुलाई अगस्त तक निबड़ जाएगा काम। और प्रधानमंत्री वैसे सितंबर कह रहे हैं, अनीता आनंद जी भी सितंबर कह रहे हैं, मैं थोड़ा अज वाई मीडिया की टाइमलाइन दे रहा है कि जुलाई एंड तक या अगस्त तक काम खत्म हो जाएगा। साढ़े को 80 मिलियन डोजेस इस टाइम के उत्ते सिक्योर ने 100%, टोटल 400 तो उपर का साढ़े एग्रीमेंट्स है 400 मिलियन तो उपर 80 मिलियन इस वे सिक्योर ने। ये मैं जो भी तुहानू नंबर दस रहा है इस आधार पर दस रहा है कि फाइजर और इस वे साढ़े को मॉडर्ना है, आने वाले टाइम के एस्ट्राजेनिका के अप्रूवल्स भी जोड़े ने आ सकते हैं, जॉनसन एंड जॉनसन के 10 मिलियन सानू जो मिल गई क्योंकि वह सिंगल डोज के ही इफेक्टिव हो जाएगी, और एस्ट्राजेनिका जी है वो अप्रूवल्स भी मिल सकते हैं। और इन्ह दोहां नूं भी जे असीं कॉन्फर कर लीए तो उस हिसाब न काम थोड़ा होर तेजी के नाल हो जाएगा। लेकिन उस वेले तक मैं जिस तरह दसिया है कि मई तक अप्रैल मई तक अजे कोई बहुता सुधार नहीं होना, घट तो घट है जिहड़े फिर जनवरी फरवरी और मार्च ये काफ़ी एहतियात रखना है। एहतियात है तुसीं दिसंबर तक रखना है क्योंकि 70-80% भी जे तुसीं वैक्सीन नहीं लवाई तो 70-80% भी लोग भी वैक्सीनेट हो गए तो भी तुहाडे ते कोई इहदा फर्क नहीं है। सो एहतियात तो तुसीं हमेशा ही रखना है। बट मैं वैसे तुहानूं गल दस रहा है कि काफ़ी हद तक मामला जिहड़ा है वह सुलझ जाएगा अपने जुलाई और अगस्त तक, और मई तक अप्रैल मई ऐसा टाइम होगा जब असं देखांगे कि इकोनमी जो तुसीं कहते ना नॉर्मल के जी हाँ जी लॉकडाउन वगैरह कद नहीं लगाना पएगा वो अप्रैल मई तक लगे जी। शुक्रिया। बिल्कुल जी, तुसी बड़ी वधिया गल के एक साडे स्रोतिया ने पुछया सी कि 300-400 मिलियन कई वारी भाजी उहदे विच इह भी हुंदा कि अपनी घरेलू जरूरत तो बाद असी कई वारी किसी की हैल्प भी करनी हुंदी आ, कई वारी जिहड़े नीडी कंट्रीज हुंदे आ जिन्हां नूं जरूरत हुंदी आ, कैनेडा वर्गे ऑलवेज जिहड़े पीसफुल मिशन दे उत्ते काम करदे आ उहनां नूं इह डोनेट भी करदे हैगे आ। सो इट ऑल डिपेंड्स, उह सारे प्रोसैस का हिस्सा हुंदा उहदे विचों किन्ने परसेंटेज कई वारी उहनां ने कोटा जिहड़ा उह कदों कदों सानूं मिलणा, सो उहदे करके जिहड़ी उहनां ने एग्रीमेंट कीते आ उह 400 मिलियन दे आ, पर जिहड़ी अजे तक जिवें जोधवीर हुणी दस्सिया कि साडे कोल तकरीबन जिहड़ी 40 मिलियन जिहड़ी उह डोजेस आ उह जिहड़ियां सिक्योर होईआं हैगीआं, सो उहदे लई ਤਾਂ ਉਹਨਾਂ ਨੇ ਜਿਹੜਾ ਇਹ ਜ਼ਿਆਦਾ। ਹਾਂਜੀ ਸੁਦੀਪ ਸਾਹਿਬ, ਤੁਸੀਂ ਕੁਛ ਐਡ ਕਰਨਾ ਚਾਹੁੰਦੇ ਹੋ? ਹਾਂਜੀ, ਮੇਰਾ ਨਾ ਯੁੱਧਵੀਰ ਜੀ ਨੂੰ ਇੱਕ ਦੋ ਛੋਟੇ ਛੋਟੇ ਸਵਾਲ ਆ। ਵੈਕਸੀਨ ਆ ਰਹੀ ਹੈ, ਬਹੁਤ ਅੱਛੀ ਗੱਲ ਆ। ਹਾਂਜੀ, ਇਹਦੀ ਰਿਪੋਰਟ ਆਉਣੀ ਸ਼ੁਰੂ ਹੋਈ ਵੀ ਹੈ ਜਿਹੜੀ ਵੈਕਸੀਨੇਸ਼ਨ ਆ, ਇਹਦੇ ਕੋਈ ਸਾਈਡ ਇਫੈਕਟ ਬਾਰੇ ਕੋਈ ਗੱਲ ਹੋ ਰਹੀ ਹੈ? ਇੱਕ ਨੰਬਰ ਇੱਕ ਨੰਬਰ ਦੋ, ਇਹ ਵੈਕਸੀਨੇਸ਼ਨ ਜਿੰਨੀ ਆਪਾਂ ਦੁਨੀਆ 'ਚ ਪਿੱਛੇ ਝਾਤ ਮਾਰੀਏ ਇੱਕ ਫਾਸਟੈਸਟ ਵੈਕਸੀਨੇਸ਼ਨ ਉਪਲਬਧ ਕਰਾਈ ਗਈ ਆ, ਇਹ ਕਿੰਨੀ ਕੁ ਇਫੈਕਟਿਵ ਆ? ਇਹ ਇਹਦੀ ਕੋਈ ਟਾਈਮ ਲਿਮਿਟ ਤਾਂ ਨਹੀਂ ਵੀ ਅੱਜ ਮੈਂ ਟੀਕਾ ਲਵਾ ਲਿਆ ਵੀ ਮੈਨੂੰ 3 ਮਹੀਨੇ ਨਹੀਂ ਕੋਵਿਡ ਹੋ ਸਕਦਾ? ਇਹ ਜਿਹੜੀਆਂ ਦੋ ਚੀਜ਼ਾਂ, ਇਹ ਤਾਂ ਮੈਂ ਥੋੜ੍ਹੇ ਜਿਹਾ ਕਹੂੰਗੀ ਯੁੱਧਵੀਰ ਜੀ ਦੀ ਬਹੁਤ ਤਿੱਖੀ ਨਜ਼ਰ ਰਹਿੰਦੀ ਆ ਚੀਜ਼ਾਂ 'ਤੇ। ਯੁੱਧਵੀਰ ਜੀ ਇਹਦੇ ਬਾਰੇ ਕੋਈ ਰਿਪੋਰਟ ਕੋਈ ਕੁਛ ਕਹਿਣਾ ਚਾਹੋਗੇ? ਜੀ ਯੁੱਧਵੀਰ ਜੀ। ਹਾਂਜੀ, ਮੈਂ ਤੁਹਾਡਾ ਜਵਾਬ ਦੇ ਦਿੰਦਾ ਜੀ। ਪਹਿਲਾਂ ਜਿਹੜੀ ਸੰਘਾ ਸਾਹਿਬ ਗੱਲ ਕਰ ਰਹੇ ਸੀ ਨਾ, ਇਹ ਵੀ ਕਈ ਵਾਰੀ ਸਵਾਲ ਸਾਨੂੰ ਆਉਂਦਾ ਕਿ 400 ਮਿਲੀਅਨ ਅਸੀਂ ਕਿਉਂ ਆਰਡਰ ਕੀਤੀ ਆ, ਸਾਡੀ ਪਾਪੂਲੇਸ਼ਨ 38 ਮਿਲੀਅਨ ਦੀ ਹੈ, ਜੇ ਦੋ ਡੋਜ਼ ਵੀ ਅਸੀਂ ਸਾਰਿਆਂ ਨੂੰ ਲਾਉਣੇ ਪੈ ਗਏ ਤਾਂ ਸਾਡਾ 80 ਮਿਲੀਅਨ 'ਚ ਕੰਮ ਚੱਲ ਜਾਏਗਾ। ਸੋ ਉਹ 80 ਮਿਲੀਅਨ ਤਾਂ ਅਸੀਂ ਸਿਕਿਓਰ ਕਰ ਲਈਆਂ ਨੇ।
400 मिलियन असी टोटल 7 कंपनीज ਦੇ ਨਾਲ ਐਗਰੀਮੈਂਟ ਕੀਤੇ ਸੀਗੇ ਐਗਰੀਮੈਂਟ ਦਾ ਇਹ ਮਤਲਬ ਨਹੀਂ ਹੁਣ ਕੱਲ ਨੂੰ ਇਹ ਵੀ ਹੋ ਸਕਦਾ ਹੈ ਕਿ ਕੋਈ ਵੈਕਸੀਨ ਜਿਹੜੀ ਆ 7 ਕੰਪਨੀਆਂ ਦੇ ਵਿੱਚੋਂ ਅਸੀਂ ਕੰਪਨੀ ਨਾਲ 40 ਮਿਲੀਅਨ ਕੀਤੀ ਹੈ ਤੇ ਉਹ ਕੰਪਨੀ ਬਾਅਦ ਦੇ ਵਿੱਚ ਉਹਦੇ ਫੇਸ 2 ਫੇਸ 3 ਟ੍ਰਾਇਲਸ ਬੜੀ ਡਿਲੇ ਹੋ ਜਾਂਦੇ ਸਾਡੀ ਐਡਵਾਂਟੇਜ ਕੀ ਹੋਈ ਕਿ ਅਸੀਂ 7 ਕੰਪਨੀਆਂ ਦੇ ਨਾਲ ਐਗਰੀਮੈਂਟਸ ਕੀਤੇ ਹੋਏ ਸੀਗੇ ਤੋਂ ਜਿਹੜੀ ਕੰਪਨੀ ਦੇ ਟ੍ਰਾਇਲਸ ਫੇਸ 3 ਮੁਕੰਮਲ ਹੋਏ ਹੈਲਥ ਕੈਨੇਡਾ ਨੇ ਅਪਰੂਵਲ ਦਿੱਤੀ ਅਸੀਂ ਫਟਾਫਟ ਆਰਡਰ ਕਰਨੇ ਸ਼ੁਰੂ ਕਰ ਦਿੱਤੇ ਤੋਂ ਅੱਜ ਅਸੀਂ ਹੁਣੇ ਹੀ ਇੱਕ 16 ਮਿਲੀਅਨ ਕੰਪਨੀ ਦੇ ਅਸੀਂ ਨਾ ਕੀਤੀ ਹੈ ਅਸੀਂ ਪਹਿਲਾਂ ਐਗਰੀਮੈਂਟ ਕੀਤਾ ਸੀਗਾ ਅਸੀਂ ਲੈ ਸਕਦੇ ਹੈਗੇ ਹਾਂ ਪਰ ਅਸੀਂ ਹੁਣ ਕਿਹਾ ਵੀ ਨਹੀਂ ਹਜੇ ਸਾਨੂੰ ਜ਼ਰੂਰਤ ਨਹੀਂ ਹੈ ਹੁਣੇ ਅਸੀਂ 16 ਮਿਲੀਅਨ ਨੂੰ ਨਾ ਕੀਤੀ ਹੈ ਤੋਂ ਇਸ ਲਈ ਉਹ ਸਟ੍ਰੈਟਜੀ ਰੱਖੀ ਗਈ ਦੂਸਰੀ ਤੁਹਾਡੀ ਆ ਜਾਂਦਾ ਜੀ ਮੈਂ ਜਿਹੜੇ ਤੁਸੀਂ ਕਿਹਾ ਵੀ ਕਿੰਨੀ ਦੇਰ ਤੱਕ ਇਹਦਾ ਅਸਰ ਹੋ ਸਕਦਾ ਹੈ ਹਜੇ 100% ਗਰੰਟੀ ਕਿਸੇ ਨੇ ਵੀ ਨਹੀਂ ਦਿੱਤੀ ਕਿ ਕਿੰਨੀ ਦੇਰ ਤੱਕ ਇਹਦਾ ਅਸਰ ਰਹੇਗਾ ਇੱਕ ਵਾਰ ਤੁਹਾਡੇ ਵੈਕਸੀਨ ਲੱਗ ਗਈ ਕਿਆ ਵੈਕਸੀਨ ਤੋਂ ਬਾਅਦ 4 ਮਹੀਨੇ 6 ਮਹੀਨੇ 8 ਮਹੀਨੇ ਸਾਲ ਬਾਅਦ ਤੁਹਾਨੂੰ ਦੁਬਾਰਾ ਲੈਣੀ ਪਏਗੀ ਇਹ ਹਜੇ ਤੱਕ ਕਿਸੇ ਨੇ ਗਰੰਟੀ ਨਹੀਂ ਕੀਤੀ ਜਿਹੜੇ ਫਲੂ ਸ਼ਾਟਸ ਹੁੰਦੇ ਨੇ ਕੀ ਹੁੰਦਾ ਫਲੂ ਸ਼ਾਟਸ ਤੁਸੀਂ ਇਸ ਵਾਰ ਲਗਾਉਂਦੇ ਹੋ ਉਹ ਇਸ ਸਾਲ ਲਈ ਚੱਲਦੇ ਨੇ ਅਗਲੇ ਸੀਜ਼ਨ ਦੇ ਵਿੱਚ ਫਲੂ ਸੀਜ਼ਨ ਤੁਹਾਨੂੰ ਦੁਬਾਰਾ ਫਲੂ ਸ਼ਾਟ ਲਗਾਉਣੇ ਪੈਂਦੇ ਨੇ ਔਰ ਇਹ ਚ ਮੈਂ ਤੁਹਾਨੂੰ ਹੋਰ ਇੰਟਰਸਟਿੰਗ ਚੀਜ਼ ਦੱਸ ਦਿੰਦਾ ਕਿ ਜਿੱਦਾਂ ਜਿੱਦਾਂ ਇਹ ਜਿਹੜੇ ਵਾਇਰਸਿਸ ਹੁੰਦੇ ਨੇ ਆਪਣੇ ਆਪ ਨੂੰ ਐਕਟੀਵੇਟ ਕਰਦੇ ਨੇ ਸੋ ਜਿਹੜਾ ਫਲੂ ਸ਼ਾਟ ਆ ਉਹਦੇ ਵਿੱਚ ਵੀ ਹਲਕੀ ਜੀ ਮੋਡੀਫਿਕੇਸ਼ਨ ਹੁੰਦੀ ਹੈ ਇਹ ਜਿਹੜਾ ਹੁਣ ਜਿਸ ਤਰ੍ਹਾਂ ਤੁਸੀਂ ਡਿਸਕਸ ਕਰ ਰਹੇ ਹੋ ਵੀ ਇੱਕ ਵੇਰੀਐਂਟ ਇੰਗਲੈਂਡ ਦਾ ਆ ਗਿਆ ਇੱਕ ਵੇਰੀਐਂਟ ਸਾਊਥ ਅਫਰੀਕਾ ਦੇ ਵਿੱਚ ਆ ਗਿਆ ਇਹ ਜਿਹੜਾ ਵਾਇਰਸ ਹੈ ਇਹ ਵੀ ਆਪਣੇ ਆਪ ਨੂੰ ਮਿਊਟੇਟ ਕਰ ਰਿਹਾ ਇਹ ਵੀ ਆਪਣੇ ਆਪ ਨੂੰ ਇੰਪਰੋਵਾਈਜ਼ ਕਰ ਰਿਹਾ ਇਹ ਵੀ ਆਪਣਾ ਸ਼ੇਪ ਡੀਐਨਏ ਸਭ ਚੇਂਜ ਕਰ ਰਿਹਾ ਸੋ ਇਸ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਬਹੁਤੀ ਤਬਦੀਲੀ ਨਾ ਵੈਕਸੀਨੇਸ਼ਨਸ ਕਰਕੇ ਦੁਬਾਰਾ ਤੋਂ ਅਗਲੇ ਸਾਲ ਵੀ ਲਗਾਉਣੀ ਜਿਹੜੀ ਆ ਉਹ ਪੈ ਸਕਦੀ ਹੈ ਹੁਣ ਇਫੈਕਟਿਵਨੈਸ ਦੀ ਗੱਲ ਕੋਈ ਬਹੁਤ ਸੀਰੀਅਸ ਹਜੇ ਤੱਕ ਜਿਹੜੀਆਂ ਕੋਈ ਅਸੀਂ ਕਹੀਏ ਕਿ ਕਿਆ ਇਹਦੀਆਂ ਕੋਈ ਇੰਪਲੀਕੇਸ਼ਨਸ ਹੋਈਆਂ ਨੇ ਐਸੀ ਕੋਈ ਬਹੁਤ ਜ਼ਿਆਦਾ ਸੀਰੀਅਸ ਚੀਜ਼ ਨਹੀਂ ਹੋਈ ਹਜੇ ਤੱਕ ਐਫੀਸ਼ੀਐਂਸੀ ਜਿਹੜੀ ਇਹਦੀ ਹੈਗੀ ਆ ਉਹ ਅਲੱਗ ਅਲੱਗ ਹੈਗੀਆਂ ਨੇ ਕਿ ਫਾਈਜ਼ਰ ਔਰ ਮੋਡਰਨਾ ਦੀ ਜੇ ਮੈਂ ਗੱਲ ਕਰਾਂ ਤੇ ਦੋਨਾਂ ਦੀ 90% ਤੋਂ ਉੱਪਰ ਹੈ ਬਲਕਿ ਦਾਵਾ ਤੇ ਵੀ ਕੀਤਾ ਜਾ ਰਿਹਾ ਕਿ 95% ਤੋਂ ਵੀ ਉੱਪਰ ਹੈ ਇੱਕ ਚੀਜ਼ ਹਾਂਜੀ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦੇਣਾ ਬੜੀ ਇੰਟਰਸਟਿੰਗ ਕਿ ਜਦ ਜਿਹੜੇ ਲੋਕ ਜਦੋਂ ਤੁਸੀਂ ਫਲੂ ਆਪਣਾ ਫਲੂ ਸ਼ਾਟ ਨਹੀਂ ਸੋਰੀ ਆਪਣੇ ਕੋਰੋਨਾ ਵਾਇਰਸ ਦੀ ਕੋਵਿਡ-19 ਦੀ ਵੈਕਸੀਨ ਲਗਾਉਣ ਜਾਓਗੇ ਤੇ ਹੋਏਗਾ ਕੀ ਤੁਸੀਂ ਇੱਕ ਮੈਡੀਕਲ ਸੈਟਿੰਗ ਦੇ ਵਿੱਚ ਵੈਕਸੀਨ ਲਗਾਉਣੀ ਹੈ ਇਹ ਨਹੀਂ ਹੋਏਗਾ ਕਿ ਜੀ ਉਹਨਾਂ ਤੁਹਾਨੂੰ ਕੋਈ ਦੇਤੇ ਕੋਈ ਸਿਰਿੰਜ ਦੇਤੀ ਤੁਸੀਂ ਘਰੇ ਲਗਾਇਆ ਤੇ ਉੱਥੇ ਤੁਹਾਨੂੰ ਕੋਈ ਦਿੱਕਤ ਹੋ ਗਈ ਤੁਹਾਨੂੰ ਕੋਈ ਹੋ ਗਈ ਤਾਂ ਤੁਸੀਂ ਘਰੇ ਸੋਚਦੇ ਰਹੋ ਕਿ ਮੈਂ 911 ਕਾਲ ਕਰਾਂ ਕਿ ਨਹੀਂ ਇੱਕ ਮੈਡੀਕਲ ਪ੍ਰੋਪਰ ਮੈਡੀਕਲ ਸੈਟਅਪ ਦੇ ਵਿੱਚ ਹੈ ਫਾਰਮੇਸੀਜ਼ ਵੀ ਲਗਾਉਣਗੀਆਂ ਉਹ ਵੀ ਪ੍ਰੋਪਰ ਮੈਡੀਕਲ ਸੈਟਅਪ 'ਚ ਹੋਏਗਾ ਔਰ ਜਿਹੜੇ ਹਸਪੀਟਲਸ ਨੇ ਜਾਂ ਤੁਸੀਂ ਉੱਥੇ ਜਾਣਾ ਹੈ ਉਹ ਤੁਹਾਨੂੰ ਵੈਕਸੀਨ ਲਗਾ ਕੇ ਉੱਥੇ 15-20 ਮਿੰਟ ਮੋਨੀਟਰ ਕਰਦੇ ਆ ਰੱਬ ਨਾ ਕਰੇ ਜੇ ਕਿਸੇ ਨੂੰ ਕੋਈ ਬਹੁਤ ਐਡਵਰਸ ਰਿਐਕਸ਼ਨ ਹੋ ਗਿਆ ਤਾਂ ਉੱਥੇ ਤੁਹਾਡੇ ਕੋਲ ਟੀਮ ਜਿਹੜੀ ਹੈ ਮੌਜੂਦ ਹੈ ਸੋ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇਸ ਵੇਲੇ ਕੋਈ ਐਲਰਜੀਜ਼ ਹੈਗੀਆਂ ਉਹਨਾਂ ਨੂੰ ਵੈਸੇ ਨਹੀਂ ਅਵੋਇਡ ਕਰਨੇ ਕਿ ਉਹ ਨਾ ਲੈਣ ਕੋਈ ਲੇਡੀਜ਼ ਪ੍ਰੈਗਨੈਂਟ ਹੈਗੀ ਆ ਉਹਨਾਂ ਨੂੰ ਫਿਲਹਾਲ ਨਹੀਂ ਦਿੱਤਾ ਜਾਏਗਾ ਸੋ ਜੇ ਤੁਹਾਨੂੰ ਵਾਇਰਸ ਹੋ ਗਿਆ ਫਰਜ਼ ਕਰ ਲਓ ਤੁਹਾਨੂੰ ਵਾਇਰਸ ਹੋ ਗਿਆ ਕਈ ਲੋਕ ਇਹ ਵੀ ਪੁੱਛਦੇ ਨੇ ਕਿ ਜੇ ਵਾਇਰਸ ਹੋ ਗਿਆ ਹਸਪਤਾਲ ਜਾ ਕੇ ਲੰਮੇ ਪੈ ਜਾਗੇ ਉਹ ਸਾਨੂੰ ਲਾ ਦੇਣਗੇ ਵੈਕਸੀਨ ਇਹ ਵੈਕਸੀਨ ਆ ਦਵਾਈ ਤਾਂ ਹੈ ਹੀ ਨਹੀਂ ਫਿਰ ਤਾਂ ਤੁਹਾਨੂੰ ਵੈਕਸੀਨ ਬਿਲਕੁਲ ਹੀ ਨਹੀਂ ਦੇਣੀ ਕਿਉਂਕਿ ਕੋਈ ਪਤਾ ਨਹੀਂ ਵੀ ਜਦ ਤੁਹਾਨੂੰ ਵਾਇਰਸ ਹੋ ਗਿਆ ਤੁਹਾਨੂੰ ਕੋਰੋਨਾ ਵਾਇਰਸ ਆਲਰੇਡੀ ਹੈ ਜਿਸ ਸਮੇਂ ਤੇ ਤੁਹਾਡੀ ਇਮਿਊਨਿਟੀ ਕਿਸ ਤਰ੍ਹਾਂ ਬਿਹੇਵ ਕਰ ਰਹੀ ਹੈ ਉੱਪਰੋਂ ਇਹ ਸ਼ਾਟ ਲਗਾਉਣਗੇ ਤੁਹਾਡੀ ਬੋਡੀ ਰੈਡੀ ਨਹੀਂ ਹੋਏਗੀ ਸੋ ਇਸ ਕਾਰਨ ਇਹ ਵੈਕਸੀਨ ਹੈਗੀ ਹੈ ਔਰ ਇਸ ਤਰੀਕੇ ਦੇ ਨਾਲ ਇਹਦਾ ਕੰਮ ਹੋਏਗਾ ਕੋਈ ਬਹੁਤ ਵੱਡੇ ਕੋਈ ਸੀਰੀਅਸ ਸਾਈਡ ਇਫੈਕਟਸ ਨਹੀਂ ਹੈ ਤੁਹਾਡਾ ਕੰਸਰਨ ਲਈ ਮੈਂ ਇਸ ਲਈ ਵੀ ਇੱਕ ਬੜੀ ਇੰਟਰਸਟਿੰਗ ਚੀਜ਼ ਸੋਰੀ ਮੈਂ ਕੁਇਕਲੀ ਇੱਕ ਮਿੰਟ ਹੋਰ ਲੈ ਲਵਾਂ ਇਹਨਾਂ ਦਾ ਕੰਸਰਨ ਬਿਲਕੁਲ ਠੀਕ ਹੈ ਸੁਦੀਪ ਸਿੰਗਲਾ ਸਾਹਿਬ ਦਾ ਅੱਜ ਅਮਰੀਕਾ ਦੇ ਵਿੱਚ ਇੱਕ ਹਸਪੀਟਲ ਦੇ ਵਿੱਚ ਉਹਨਾਂ ਕੋਲ ਪੂਰੀਆਂ ਵੈਕਸੀਨਸ ਮੌਜੂਦ ਸੀਗੀਆਂ ਕਿ ਸਾਰੇ ਹਸਪੀਟਲ ਦੇ ਸਟਾਫ ਨੂੰ ਵੈਕਸੀਨੇਟ ਕੀਤਾ ਜਾ ਸਕਦਾ ਹੈ ਉਹਨਾਂ ਨੇ ਜਦੋਂ ਵੈਕਸੀਨਸ ਦਿੱਤੀਆਂ ਉੱਥੇ ਤੇ ਉਹਨਾਂ ਨੇ 40% ਨੇ ਸਿਰਫ ਲਈਆਂ ਬਾਕੀ ਸਭ ਨੇ ਮਿੰਨਤਾਂ ਕਰਨ ਤੇ ਵੀ ਨਾ ਕਰ ਦਿੱਤੀ ਅਸੀਂ ਵੈਕਸੀਨ ਨਹੀਂ ਲੈਣੀ ਉਹਦਾ ਕਾਰਨ ਅਲੱਗ ਅਲੱਗ ਨੇ ਇੱਕ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਕੱਲ ਵੀ ਸਾਡੇ ਡਾਕਟਰਸ ਆਏ ਹੋਏ ਸੀਗੇ ਕਿਉਂਕਿ ਇੱਕ ਲੜਾਈ ਜਿਹੜੇ ਡਾਕਟਰਸ ਨੇ ਉਹ ਕਹਿੰਦੇ ਜੀ ਇੱਕ ਲੜਾਈ ਤੇ ਸਾਨੂੰ ਇਹਦੇ ਕੋਰੋਨਾ ਵਾਇਰਸ ਦੇ ਖਿਲਾਫ ਲੜਨੀ ਪੈ ਰਹੀ ਹੈ ਵੈਕਸੀਨ ਦੇਣ ਲਈ ਲੜਨੀ ਪੈ ਰਹੀ ਹੈ ਇੱਕ ਲੜਾਈ ਸਾਨੂੰ ਸੋਸ਼ਲ ਮੀਡੀਆ ਤੇ ਲੜਨੀ ਪੈ ਰਹੀ ਹੈ ਕਿਉਂਕਿ ਫੇਸਬੁੱਕ ਦੇ ਜ਼ਰੀਏ ਬਹੁਤ ਝੂਠ ਜਾਂ ਟਵਿੱਟਰ ਦੇ ਜ਼ਰੀਏ ਜਾਂ ਵਟਸਐਪ ਦੇ ਜ਼ਰੀਏ ਬਹੁਤ ਝੂਠ ਫੈਲਾਇਆ ਜਾ ਰਿਹਾ ਹੈ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਸਾਨੂੰ ਬੜਾ ਵੱਡਾ ਇਸ਼ੂ ਆ ਰਿਹਾ ਤੇ ਉੱਥੇ ਜਦੋਂ ਅਮਰੀਕਾ ਦੇ ਹਸਪੀਟਲ ਦੇ ਵਿੱਚ ਸਿਰਫ 40% ਸਟਾਫ ਨੇ ਹੀ ਵੈਕਸੀਨ ਲਈ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ $300 ਉਸ ਬੰਦੇ ਨੂੰ ਦੇਵਾਂਗੇ ਉਸ ਮਹਿਲਾ ਨੂੰ ਦੇਵਾਂਗੇ ਜੋ ਇਹ ਵੈਕਸੀਨ ਲਵਾ ਲੈਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਹਸਪੀਟਲ ਦਾ ਸਟਾਫ ਹੀ ਵੈਕਸੀਨੇਟਡ ਨਹੀਂ ਹੈ ਤੇ ਉਹਨਾਂ ਨੂੰ ਕੋਈ ਵਾਇਰਸ ਹੋ ਗਿਆ ਤਾਂ ਕਿਸੇ ਨੂੰ ਵੀ ਪਾਸ ਔਨ ਕਰ ਸਕਦੇ ਨੇ $300 ਪਰ ਪਰਸਨ ਅੱਜ ਦੀ ਤਾਜ਼ਾ ਖਬਰ ਦੱਸ ਰਿਹਾ ਉਹ ਅਮਰੀਕਾ 'ਚ ਦੇ ਰਹੇ ਨੇ ਕਿ ਤੁਸੀਂ ਪਲੀਜ਼ ਵੈਕਸੀਨ ਲਵਾ ਲਓ ਮੇਰੀ ਫਾਈਨਲੀ ਇਹੀ ਸਮਅਪ ਮੈਂ ਕਰਾਂਗਾ ਹੋਰ ਕੋਈ ਸਵਾਲ ਹੈ ਤਾਂ ਜ਼ਰੂਰ ਪੁੱਛ ਲੈਣਾ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਝੂਠ ਖਾਸ ਕਰ ਫੇਸਬੁੱਕ ਦੇ ਜ਼ਰੀਏ ਬਹੁਤ ਝੂਠ ਫੈਲਾਇਆ ਜਾ ਰਿਹਾ ਹੈ ਕਿ ਵੈਕਸੀਨ ਪਹਿਲਾਂ ਕੋਰੋਨਾ ਵਾਇਰਸ ਦੇ ਖਿਲਾਫ ਔਰ ਹੁਣ ਵੈਕਸੀਨ ਦੇ ਖਿਲਾਫ
ਤੇ ਇੱਕ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਜੇ ਝੂਠ ਫੈਲਾ ਰਿਹਾ ਹੈ ਇਹ ਕੋਈ ਚੰਗੀ ਗੱਲ ਨਹੀਂ ਹੈ ਜੀ ਸੰਗਾ ਸਾਹਿਬ ਬਿਲਕੁਲ ਜੀ ਡੈਫੀਨੇਟਲੀ ਜਿਹੜੀ ਇਹ ਚੀਜ਼ ਆ ਬਹੁਤ ਕਲੈਰਿਟੀ ਮੰਗਦੀ ਆ ਔਰ ਕਈ ਵਾਰੀ ਮੈਨੂੰ ਵੀ ਦੋ ਤਿੰਨ ਗੱਲਾਂ ਆਈਆਂ ਉਹ ਕਹਿੰਦੇ ਜੀ ਬਈ ਸਾਨੂੰ ਤਾਂ ਇਹੀ ਨਹੀਂ ਪਤਾ ਲੱਗਦਾ ਵੀ ਸੱਚ ਮੰਨੀਏ ਜਾਂ ਝੂਠ ਵੇ ਵਾਇਰਸ ਹੈਗਾ ਵੀ ਆ ਫਿਰ ਮੈਂ ਉਹਨੂੰ ਦੱਸਦਾ ਕਿ ਘੱਟੋ ਘੱਟ ਕਿਉਂਕਿ ਅਸੀਂ ਸੁਸਾਇਟੀ ਦੇ ਵਿੱਚ ਵਿਚਰਦੇ ਹਾਂ ਔਰ ਮੇਰੇ ਆਰਮ ਲੈਂਥ ਦੇ ਉੱਤੇ ਤਕਰੀਬਨ 6-7 ਡੈਥਸ ਜਿਹੜੀਆਂ ਉਹ ਹੋਈਆਂ ਹੈਗੀਆਂ ਔਰ ਮੈਂ ਉਹਨਾਂ ਨੂੰ ਕਮਿਊਨਿਟੀ ਦੇ ਵਿੱਚੋਂ ਹੀ ਦੱਸਦਾ ਹੁੰਦਾ ਵੀ ਤੁਸੀਂ ਦੇਖ ਲਓ ਬਈ ਸਾਡੇ ਕਰਮ ਸਿੰਘ ਜੀ ਪੂਨੀਆ ਉਹ ਚਲੇ ਗਏ ਹੈਗੇ ਆ ਔਰ ਸਾਡੇ ਇੱਕ ਇੱਥੇ ਕਪਲ ਸੀਗਾ ਜੀ ਸ਼੍ਰੀਲੰਕਾ ਰੀਜਨ ਤੋਂ ਉਹ ਕਪਲ 3 ਬੇਟੀਆਂ ਛੱਡ ਕੇ ਉਹ ਬਕਾਇਦਾ ਮੀਡੀਆ ਦੇ ਵਿੱਚ ਆਈ ਸੀ ਨਿਊਜ਼ ਮੈਂ ਉਹਨਾਂ ਨੂੰ ਕਿਹਾ ਬਈ ਉਹ ਦੇਖ ਲਓ ਔਰ ਸਾਡੇ ਹੋਰ ਇੱਥੇ ਮੁੰਡਾ ਆਪਣੇ ਯੰਗ ਗਰੇਵਾਲ ਫੈਲੋ ਸੀਗਾ ਜੀ ਸਾਡੇ ਬ੍ਰਦਰ ਦੇ ਨਾਲ ਟੈਕਸੀ ਚਲਾਉਂਦਾ ਉਹਦੇ ਮਦਰ ਦੀ ਡੈਥ ਵੀ ਹੋਈ ਉਹਦੀ ਹੋਈ ਸਾਡੇ ਨਾਲ ਹੋਰ ਇਹੋ ਜਿਹੀਆਂ ਸਾਡੀਆਂ ਫੈਮਿਲੀਜ਼ ਦੇ ਵਿੱਚ 3-4 ਡੈਥਸ ਜਿਹੜੀਆਂ ਇਮੀਡੀਏਟ ਜਿਨ੍ਹਾਂ ਨੂੰ ਅਸੀਂ ਫਸਟ ਹੈਂਡ ਜਾਣਦੇ ਸੀ ਜਿਹੜੀਆਂ ਕੋਵਿਡ ਦੀ ਵਜ੍ਹਾ ਕਰਕੇ ਮੈਂ ਕਿਹਾ ਸੋ ਮੈਂ ਕਦੇ ਵੀ ਇਹ ਨਹੀਂ ਕਹੂੰਗਾ ਵੀ ਇਟਸ ਏ ਫੇਕ ਔਰ ਕਈ ਇਹ ਕਹਿ ਦਿੰਦੇ ਜੀ ਤੁਹਾਨੂੰ ਬੁਖਾਰ ਹੋਇਆ ਅਤੇ ਤੁਹਾਨੂੰ ਉਹ ਕਹਿ ਦਿੰਦੇ ਜੀ ਤੁਸੀਂ ਪੋਜ਼ਿਟਿਵ ਆ ਜੇ ਤੁਸੀਂ ਟੈਸਟ ਲਏ ਜਾਂ ਜਿਹੜਾ ਟੈਸਟ ਕਰਾਉਣ ਚਲੇ ਗਿਆ ਜੀ ਉਹਨੂੰ ਉਹ ਕਹਿ ਦਿੰਦੇ ਪੋਜ਼ਿਟਿਵ ਆ ਫਿਰ ਮੈਂ ਉਹਨੂੰ ਆਪਣੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਸਾਡੇ ਵੀ ਪਰਿਵਾਰ ਦੇ ਵਿੱਚ ਇੰਸੀਡੈਂਟ ਹੋਇਆ ਸੀ 6 ਵੀਕ ਪਹਿਲਾਂ 7 ਵੀਕ ਪਹਿਲਾਂ ਅਸੀਂ ਆਪ ਸਾਰੇ ਪਰਿਵਾਰ ਨੇ ਸਕਰੀਨਿੰਗ ਕਰਵਾਈ ਆ ਸਿਰਫ ਇੱਕ ਜਣੇ ਨੂੰ ਜਿਹਨੂੰ ਬੁਖਾਰ ਚੜਿਆ ਜਾਂ ਸਿੰਪਟਮਸ ਆਏ ਆ ਉਹੀ ਬੱਚੇ ਨੂੰ ਉਹਨੇ ਪੋਜ਼ਿਟਿਵ ਕੀਤਾ ਬਾਕੀ ਸਾਰੇ ਅਸੀਂ 10 ਦੇ 10 ਨੋਰਮਲ ਹਾਂ ਸੋ ਦੇਰ ਇਜ਼ ਨੋ ਸੱਚ ਥਿੰਗ ਐਜ਼ ਸਪੈਕੂਲੇਸ਼ਨ ਵੀ ਹਾਂ ਬਈ ਇਹ ਸਿਰਫ ਉੱਦਾਂ ਹੀ ਤੁਹਾਨੂੰ ਜੇ ਖੰਘ ਆ ਗਈ ਜਾਂ ਜੀ ਤੁਸੀਂ ਟੈਸਟ ਕਰਾਉਣ ਚਲੇ ਗਏ ਜਾਂ ਜੀ ਤੁਸੀਂ ਆਮ ਵੀ ਬੁਖਾਰ ਆ ਤੁਹਾਨੂੰ ਨਹੀਂ ਜੀ ਬਿਲਕੁਲ ਨਹੀਂ ਮੇਰੀ ਬੇਟੀ ਹੀ ਗਈ ਸੀ ਆਪ ਉਹ ਪਹਿਲਾਂ ਟੈਸਟ ਕਰਾਉਣ ਹਾਲਾਂਕਿ 5 ਦਿਨ ਲਗਾਤਾਰ ਬੁਖਾਰ ਚੜਿਆ ਸੀ ਸ਼ੇਕ ਕੇਮ ਨੈਗੇਟਿਵ ਸੋ ਹੁਣ ਵੀ ਇਸ ਵੇਲੇ ਇੱਕ ਮੇਰੇ ਖਾਸ ਦੋਸਤ ਆ ਜੀ ਉਹ ਤਕਰੀਬਨ ਪਿਛਲੇ ਸਾਰੇ ਵੀਕ ਤੋਂ ਬੁਖਾਰ ਦੇ ਦੂਸਰੇ ਮਰੀਜ਼ ਹੈਗੇ ਆ ਪਰ ਉਹ 2 ਵਾਰੀ ਟੈਸਟ ਕਰਾ ਚੁੱਕਿਆ ਦੋਨੋਂ ਵਾਰੀ ਸ਼ੀ ਕੇਮ ਐਜ਼ ਏ ਨੈਗੇਟਿਵ ਪਰਸਨ ਸੋ ਇਹ ਚੀਜ਼ ਨਹੀਂ ਹੈਗੀ ਵੀ ਤੁਹਾਨੂੰ ਉੱਦਾਂ ਹੀ ਜਿਹੜਾ ਉਹ ਨੈਗੇਟਿਵ ਕਰ ਦਿੱਤਾ ਜਾਂਦਾ ਜੇ ਬਕਾਇਦਾ ਕੋਵਿਡ ਦੇ ਟੈਸਟ 'ਚ ਤੁਸੀਂ ਪੋਜ਼ਿਟਿਵ ਆਉਂਦੇ ਹਾਂ ਤਾਂ ਤੁਹਾਨੂੰ ਔਰ ਜੇ ਤੁਹਾਡੀ ਡੈਥ ਵੀ ਉਹਦੇ ਵਿੱਚ ਕੋਵਿਡ ਦੇ ਵਿੱਚ ਉਹ ਕਹਿੰਦੇ ਜੀ ਸਾਰੀਆਂ ਡੈਥ ਜਿਹੜੀਆਂ ਬਿਲਕੁਲ ਨਹੀਂ ਜੀ ਇਹੋ ਜਿਹੀ ਦੀਜ਼ ਆਰ ਆਲ ਮਿਸਕਨਸੈਪਸ਼ਨ ਇਹ ਸਾਰੀਆਂ ਝੂਠੀਆਂ ਅਫਵਾਹਾਂ ਨੇ ਕੋਈ ਵੀ ਕੰਟਰੀ ਨਹੀਂ ਚਾਹੁੰਦਾ ਕਿ ਮੇਰਾ ਜਿਹੜਾ ਡੈਮੇਜ ਆ ਉਹ ਕੋਵਿਡ ਦੇ ਨਾਲ ਜ਼ਿਆਦਾ ਹੋਵੇ ਜਾਂ ਮੇਰਾ ਬਾਹਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਰੈਪੂਟੇਸ਼ਨ ਆ ਉਹ ਡਾਊਨ ਹੋਵੇ ਜਦਕਿ ਉਲਟ ਤਾਂ ਹੋ ਸਕਦਾ ਸੋ ਪਰ ਇਹ ਚੀਜ਼ ਕੋਈ ਵੀ ਮੈਡੀਕਲ ਪ੍ਰੋਫੈਸ਼ਨ ਇਹੋ ਜਿਹਾ ਨਹੀਂ ਹੈਗਾ ਤੁਸੀਂ ਇਹਨੂੰ ਸੀਰੀਅਸਲੀ ਲੈਣਾ ਹੈਗਾ ਇਹਦੇ ਡੈਮੇਜਸ ਸੀਰੀਅਸ ਹੈਗੇ ਆ ਕਈ ਵਾਰੀ ਔਨਗੋਇੰਗ ਇਹਦੇ ਇਫੈਕਟ ਹੈਗੇ ਆ ਇੱਕ ਸਾਡੇ ਫੈਮਿਲੀ ਫਰੈਂਡ ਹੈਗੇ ਆ ਸਾਡੇ ਕਮਿਊਨਿਟੀ ਦੇ ਵਿੱਚ ਜਾਣੇ ਪਹਿਚਾਣੇ ਪਿਛਲੇ ਤਕਰੀਬਨ 8-9 ਮਹੀਨਿਆਂ ਤੋਂ ਉਹ ਸਫ਼ਰ ਕਰ ਰਿਹਾ ਹੈਗਾ ਹੋਸਪਿਟਲ ਦੇ ਵਿੱਚ ਹੈਗੇ ਆ ਸਟਿਲ ਲਾਈਕ ਬ੍ਰੇਨ ਇਜ਼ ਨੋਟ ਫੰਕਸ਼ਨਿੰਗ ਪ੍ਰੋਪਰਲੀ ਸੋ ਇਹ ਚੀਜ਼ਾਂ ਦੇ ਸਾਈਡ ਇਫੈਕਟ ਬੜੇ ਹੈਗੇ ਆ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਹੋਇਆ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਇਹਦੇ ਸਾਈਡ ਇਫੈਕਟ ਕਿੰਨੇ ਹੈਗੇ ਆ ਸੋ ਇਸ ਚੀਜ਼ ਨੂੰ ਕਦੇ ਵੀ ਲਾਈਟਲੀ ਨਹੀਂ ਲੈਣਾ 2-3 ਕਾਲਾਂ ਲੈ ਕੇ ਜੀ ਕਿਸਾਨੀ ਮੁੱਦੇ ਵੱਲ ਔਰ ਫਿਰ ਇੱਕ ਛੋਟੀ ਜਿਹੀ ਬ੍ਰੇਕ ਅਤੇ ਬ੍ਰੇਕ ਤੋਂ ਆਉਣ ਕੇ ਜੀ ਤਕਰੀਬਨ ਜਿੰਨਾ ਚਿਰ ਤੁਹਾਡਾ ਸਾਥ ਹੋਊਗਾ ਡੈਫੀਨੇਟਲੀ ਅੱਜ ਕੁਛ ਨਾ ਕੁਛ ਪੋਜ਼ਿਟਿਵ ਇਹਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਸਾਰੀ ਪ੍ਰੋਟੈਸਟ ਦੇ ਵਿੱਚੋਂ ਪੋਜ਼ਿਟਿਵ ਕੀ ਕੁਛ ਨਿਕਲ ਸਕਦਾ ਕੀ ਇੱਦਾਂ ਇਹ ਸਬਸਿਡੀਆਂ ਜਿਹੜੀਆਂ ਇਹਦੇ ਬਾਰੇ ਜ਼ਰੂਰ ਗੱਲ ਕਰਾਂਗੇ ਸਾਰੀ ਕਿਸਾਨੀ ਮੁੱਦੇ ਦੇ ਉੱਤੇ ਪਰ 3-4 ਲਾਈਨਾਂ ਫਲੈਸ਼ ਕਰ ਰਹੀਆਂ ਜੀ ਲਾਈਨਾਂ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਕਿਸਾਨੀ ਮੁੱਦਾ ਹਾਂਜੀ ਨੈਕਸਟ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਹੈਲੋ ਹਾਂਜੀ ਸਵਾਗਤ ਹੈ ਜੀ ਨੈਕਸਟ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਜੀ ਮੈਂ ਜੀ ਭਾਈ ਗੁਰਦੇਵ ਸਿੰਘ ਬੋਲਦਾ ਪਿਆ ਟੋਰਾਂਟੋ ਤੋਂ ਹਾਂਜੀ ਗੁਰਦੇਵ ਸਿੰਘ ਜੀ ਸਵਾਗਤ ਹੈ ਤੁਸੀਂ ਏਅਰ ਤੇ ਆ ਹਾਂਜੀ ਤੁਹਾਡਾ ਬੜਾ ਬੜਾ ਸ਼ੁਕਰੀਆ ਭਾਜੀ ਤੁਹਾਡਾ ਜਦਵੀਰ ਭਾਜੀ ਦਾ ਫੇਸਬੁੱਕ ਤੇ ਹੁੰਦੀ ਗੱਲਬਾਤ ਉਦੋਂ ਤੇ ਹੋਈ ਥੈਂਕ ਯੂ ਜੀ ਅੱਜ ਕਾਫੀ ਦਿਨਾਂ ਬਾਅਦ ਹੋਈ ਬਹੁਤ ਸੋਹਣਾ ਪ੍ਰੋਗਰਾਮ ਬਹੁਤ ਸੋਹਣੀ ਗਾਈਡਲਾਈਨ ਦੇ ਰਹੇ ਹੋ ਥੈਂਕ ਯੂ ਮੈਂ ਖੁਦ ਆਈ ਵਾਜ਼ ਅਫੈਕਟਡ ਵਿਦ ਦਿਸ ਕੋਰੋਨਾ ਪੋਜ਼ਿਟਿਵ ਠੀਕ ਹੈ ਜੀ ਮੈਨੂੰ ਵੀ ਹੋ ਗਿਆ ਸੀਗਾ ਮਾਰਚ ਦੇ ਵਿੱਚ ਠੀਕ ਹੈ ਜੀ ਔਰ ਇਹ ਹੈ ਇਹਦੇ ਚ ਕਿਸੇ ਨੂੰ ਡਾਊਟ ਨਹੀਂ ਹੋਣਾ ਚਾਹੀਦਾ ਕਿ ਕੋਰੋਨਾ ਵਾਇਰਸ ਨਹੀਂ ਹੈ ਠੀਕ ਹੈ ਜੀ ਠੀਕ ਹੈ ਇਹਦੇ ਚ ਕਿਸੇ ਨੂੰ ਡਾਊਟ ਨਹੀਂ ਹੋਣਾ ਚਾਹੀਦਾ ਕੋਰੋਨਾ ਵਾਇਰਸ ਹੈ ਇਹਦੇ ਚ ਸਾਨੂੰ ਪ੍ਰਿਕਾਸ਼ਨ ਲੈਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਵੈਰੀ ਗੁੱਡ ਓਕੇ ਥੈਂਕ ਯੂ ਭਾਜੀ ਥੈਂਕ ਯੂ ਜੀ ਥੈਂਕ ਯੂ ਜੀ ਬਿਲਕੁਲ ਜੀ ਜਿਨ੍ਹਾਂ ਨੂੰ ਹੋਇਆ ਮੈਂ ਤਾਂ ਇਹ ਕਹਿੰਦਾ ਜੀ ਉਹਨਾਂ ਨੂੰ ਪੁੱਛ ਕੇ ਦੇਖੋ ਔਰ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਇਸ ਦੇ ਨਾਲ ਭਾਣੇ ਵਾਪਰ ਆ ਉਹਨਾਂ ਨੂੰ ਪੁੱਛ ਕੇ ਦੇਖੋ ਔਰ ਕਮਿਊਨਿਟੀ ਦੇ ਵਿੱਚ ਤੁਸੀਂ ਆਮ ਆਪਣੇ ਜਿਹੜੀਆਂ ਸਾਡਾ ਮੀਡੀਆ ਆ ਤੁਸੀਂ ਉਹਦੇ ਵਿੱਚ ਵੀ ਸੁਣਿਆ ਤੁਸੀਂ ਪ੍ਰਿੰਟ ਮੀਡੀਆ ਦੇ ਵਿੱਚ ਵੀ ਪੜ੍ਹਿਆ ਤੁਸੀਂ ਹਰ ਜਗ੍ਹਾ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਹੁੰਦੀਆਂ ਪਰ ਜਿਹੜੀਆਂ ਇਹੋ ਜਿਹੀਆਂ ਖਬਰਾਂ ਆ ਕਿਸੇ ਦੀ ਵੀ ਜਿਹੜੀ ਮੌਤ ਦੀ ਖਬਰ ਆ ਉਹ ਤਾਂ ਹਰ ਜਗ੍ਹਾ ਸੱਚੀ ਹੁੰਦੀ ਆ ਕਿਉਂਕਿ ਐਂਡ ਆਫ ਦਾ ਡੇ ਜਿਉਣਾ ਕਹਿੰਦੇ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਹਾਂਜੀ ਲਾਸਟ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਹੈਲੋ ਜੀ ਹੈਲੋ ਜੀ ਹਾਂਜੀ ਮੈਂ ਇੱਕ ਵਾਰੀ ਸਾਡੇ ਹਾਂਜੀ ਅਮਰੀਕਾ ਤੋਂ ਵੀਰ ਮਨਮੋਹਨ ਸਿੰਘ ਉਹਨਾਂ ਨੂੰ ਹਾਂਜੀ ਕਰਕੇ ਰੈਪ ਅਪ ਕਰਾਂਗੇ ਛੋਟੀ ਜਿਹੀ ਬ੍ਰੇਕ ਲਵਾਂਗੇ ਬ੍ਰੇਕ ਤੋਂ ਆਣ ਕੇ ਕਿਸਾਨੀ ਮੁੱਦੇ ਦੇ ਬਾਰੇ ਜਿਹੜੀ ਆ ਡਿਟੇਲ ਕੋਸ਼ਿਸ਼
जरूर हाँ जी विचार, क्योंकि उन्होंने काफ़ी डैप्थ दे विच रिसर्च की आ, काफ़ी डैप्थ दे विच डाटा इकट्ठा किया होया, और उन्होंने भी मैं जरूर विचार लेने चाहूँगा भी अमेरिका दे विच लोग की सोचते हैं, भी वाकई इनू सीरीयसली लै रहे या नहीं लै रहे, क्योंकि वाकई जिवें गल की आ कि कैलीफोर्निया स्टेट दे विच सब तो वध 2 मिलियन नू केस टच करन वाला जिहड़ा स्टेट आ वह बन गया हैगा, तो की इस वेले सूरत हाल है जी, रैप अप कर। हाँ जी जरूर मनमोहन भाजी, हाँ जी स्वागत है। बाकी सारे नंबर जो मैं शेयर किए ने, जो बाइडन जी का जो प्लान है वह भी उन्होंने दसिया कि 1.9 trillion dollar का लैके आए ने पैकेज, जो कि किदा कंट्रोल किया जाएगा अमेरिका च, क्योंकि ये बहुत बड़ी इस वेले प्रॉब्लम बनी हुई है अमेरिका च। बट इस वेले जिहड़ा जिहदे ते मैं रैप अप करना चाहूँगा, जिदा युद्धवीर जी ने भी किया, वो एक बहुत बड़ा प्रॉब्लम बनी हुई अमेरिका च, जिदा मैं उस स्लाइड भी दिखाई सी बई, जे 30 मिलियन तो वध जे जिहड़ियां वैक्सीनेशनस ने डिलीवर हो गई ने, बट उहदे चों सिर्फ एवरेज कढ़ी आ आपां 30% ही जिहड़ी आ उह लोग लवा रहे ने, सो लॉजिकली देखा जाए तो 30% है राइट, मतलब जिहड़े लोग रेडी ने लवाउण नूं। सो आपां गल करी जा रहे हैं किन्ने ऑर्डर प्लेस हो गए, कदों डिलीवर होएगी, जिदा हुण जो बाइडन भी इत्थे कह रहे हैं 100 मिलियन डोजिज जिहड़ियां ने जां लगणगियां लोकां नूं 100 दिनां च, उन्होंने टारगेट लिया, बट प्रॉब्लम यह आ लोग रेडी ने कि नहीं इहनूं लवाउण लई, सो वह बहुत इस वेले प्रॉब्लम बनी हुई है कि जे वैक्सीनेशन अवेलेबल भी हो जाएगी तो लोग इनू लवा नहीं रहे, वो एक इस वेले बड़ी बहुत बड़ी प्रॉब्लम बनी हुई है, जिदे कि पूरी जो कि जिदा जो बाइडन जी ने भी कहा, जो प्रेजिडेंट इलैक्ट ने, कि ये जो भी आ मोबिलिटी टीम्स वो इनवैसट करे, उन्होंने ये भी कहा कि 100,000 तो वध जिहड़े लोग हायर करे, सो उन्होंने वो मोबिलिटी वैनस च पाउणगे, जो भी उन्होंने एक्शनज करने ने कि इनू अलग अलग बूथ्स बनाए जाण, जिवें कई जगह पर इन्होंने हुणे स्टेडियम्स नूं भी कन्वर्ट किया वैक्सीनेशन सेंटर, तो वह बहुत जरूरी है कि लोकां तक एंड तक जाके उन्होंने किवें इनकरेज करो तुसीं कि वह वैक्सीनेशन लैन, क्योंकि ये बहुत बड़ी प्रॉब्लम है। जिदा कि मैं दस्या भी जे हर्ड इम्यूनिटी ये आ भी बेसिकली जे 75-80% बंदियां नूं पूरी उहदे चों नहीं लग्या पॉपूलेशन तो फिर ये वैक्सीनेशन का कोई फायदा नहीं, जे जिदा के नंबर हुण आ रहे आ, जे आपां 30% ते बैठे रहांगे तो ये फिर बीमारी खत्म नहीं होएगी, इहनूं जे खत्म करना तो पूरी जिनी भी पॉपूलेशन आ उहदे चों 70-80% नूं इंजैक्शन लग जाने चाहीदे आ। सो ये ते ही मैं रैप अप करना चाहूँगा जी, तो यही लोगों नूं असीं भी जिन्ना अपने मीडियम तो जो भी अवेयरनेस करने की कोशिश कर रहे हैं वो यही कर रहे हैं कि वध तो वध बंदे आ जिहड़े इहनूं वैक्सीनेशन नूं लैण ताकि जो ये बीमारी है खत्म हो सके। बिल्कुल जी डेफिनेटली जी, असी यही चाहते हैं कि वध तो वध लोग जिहड़े आ वैक्सीन लवाउण, क्योंकि देखो मैडिकल साइंस ने पूरी रिसर्च करके काफ़ी ये साइड इफेक्ट्स नूं भी कंट्रोल करके, और मैं एक इंडिया दे विच भी साडा अपने जी पिंड साढ़े लंगेरी तो एक डॉक्टर ही इज ऑलसो उन MD फार्माकोलॉजी की गांह की हुई आ, और वो इंडिया दे विच इस टीम नूं लीड कर रहा, जिहड़े वैक्सीन दे जिहड़े साइड इफेक्ट्स होने आ उस टीम नूं लीड कर रहा, तो मैं उहदे नाल काफ़ी इन टच हैगा तां जो पता कर सकीए वी हाँ वी उत्थे की आ। उह कहिंदे जी साडे जिहड़े लोकल 2 कंपनियां दे अपने वो इंडिया दे विच वैक्सीन अप्रूव होए आ, वो कहिंदे असीं उहदी स्पेसिफिकली असीं उस टीम नूं मोनीटर कर रहे हां वी जिहड़े इहदे साइड इफेक्ट्स नूं ही जिहड़ी वाच करूगी। सो काफ़ी जी दुनिया दे विच इस चीज़ दे उत्ते भी नज़रां बरकरार ने, पर अजे तक जिनी जगह भी तकरीबन कंट्रियां दे विच जिनी जगह भी लगे आ कोई हजे तक ज़्यादा अणसुखामी घटना वापरन की कोई जिहड़ी आ उह सानूं नहीं कोई मेजर साइड इफेक्ट्स की गल मिल रही। सो डेफिनेटली जी यही परमात्मा अगे अरदास करते हैं कि जरूर लोग कन्विंस होण, और डेफिनेटली सिंगला साहब तुहानूं हाँ जी मैं एक कॉल लैके तुहाडे विचार जरूर लैना जी। हाँ जी तुहाडा स्वागत है जी, हैलो हाँ जी नैक्सट कॉल जी, कौन साहब बोलते जी, हैलो हाँ जी सिंगला साहब तुसी कुछ ऐड करना। मैं छोटी जी गल कहनी सी उहनूं मजाकी अंदाज ना लिया जावे, हाँ जी सैगमेंट 1 नूं सैगमेंट 2 ना जोड़ देना, हाँ जी इत्थे 5 बंदियां दी तक मनाई लगा दी सरकार ने, हाँ जी इन्नी गलबात हो रही है, अज 7,000 केस आए आ, 3 करोड़ की आबादी इत्थे मुल्क च जी, अपने हिंदुस्तान की आप गल करनी दूजे सैगमेंट 140 करोड़ की आबादी च, हाँ जी तुहाडा ते युद्ध भी दोनों जी का छोटा छोटा व्यू पाउण चाहूंगा भी 13,000 केस आए है जी सिर्फ,
140 करोड़ की आबादी आ तो आप जी हम गल करनी अगले घंटा क लख डेढ़ लख किसान नंगे मूँह बैठा जी ए कोविड किदा का आया कोई भाईचारा कर रहा कोविड भी इधर तो अमरीका इन्नी मार मार रहा तो इंडिया अपने ढिला पै गया की चक्कर है जी मैं तो हूँ ही दिना जी ये बहुत सीरीयस पॉइंट हाँ जी टेस्टिंग जिहड़ी आ ओह बहुत घट आ अप टू ओह कहिंदे जी 7000 लोएस्ट किट आ ते 10000 तक मिनिमम मिनिमम जिहड़ा ओहदे पैसे लै जांदे आ ओहदे करके आम गरीब मर जाणा पर ओह टेस्ट नहीं होणा मर भी नहीं रहे सुणो सुणो नहीं जी नहीं ओह ਇਹਦੇ ਵਾਲੇ ਨਹੀਂ ਮਰ ਰਹੇ ਜਿਹੜੀਆਂ ਟੋਟਲ ਡੈਥ ਆ ਉਹ ਤਾਂ ਬਹੁਤ ਜ਼ਿਆਦਾ ਹੋਣਗੀਆਂ ਜਿਹੜੀਆਂ ਉੱਦਾਂ ਕੈਜੂਅਲ ਡੈਥ ਆ ਪਰ ਉਹ ਜੇ ਤਾਂ ਹੀ ਆਊਗਾ ਨਾ ਜੇ ਉਹ ਟੈਸਟ ਹੋ ਕੇ ਪੋਜ਼ਿਟਿਵ ਆਊਗਾ ਤਾਂ ਹੀ ਉੱਧਰ ਗਿਣਿਆ ਜਾਊਗਾ ਨੰਬਰ 2 ਜਿਹੜੀ ਉੱਥੇ ਇਮਿਊਨਿਟੀ ਆ ਉਹ ਬਹੁਤ ਜ਼ਿਆਦਾ ਵੀਰ ਦੋ ਚੀਜ਼ਾਂ ਕਰਕੇ ਖਾਣਾ ਫਰੈਸ਼ ਆ 90% ਸਾਡੇ ਜਿਹੜੀ ਪੰਜਾਬ ਇੰਡੀਆ ਦੀ ਆਬਾਦੀ ਆ ਉਹ ਮੇਰਾ ਖਿਆਲ 60-70% ਅਜੇ ਵੀ 80% ਪਿੰਡਾਂ ਦੇ ਵਿੱਚ ਰਹਿੰਦੀ ਆ ਪਿੰਡਾਂ ਦੇ ਵਿੱਚ ਖਾਣਾ ਫਰੈਸ਼ ਆ ਈਵਨ ਮੈਂ ਇੱਕ ਦਿਨ ਅੱਜ ਹੀ ਗੱਲ ਕਰਦਾ ਸੀ ਈਵਨ ਯੁੱਧਵੀਰ ਹੋਣਾ ਦੇ ਨਾਲ ਹੀ ਗੱਲ ਕਰਦਾ ਸੀ ਮੈਂ ਪ੍ਰੈਕਟੀਕਲੀ ਤੁਹਾਨੂੰ ਦੱਸ ਦਿੰਦਾ ਮੇਰੀ ਫਰਿੱਜ ਦੇ ਵਿੱਚ ਗੋਭੀ ਦਾ ਫੁੱਲ ਆ ਇਹਨੂੰ 3 ਵੀਕ ਹੋ ਗਏ ਆ ਆਪਣੀ ਫਰਿੱਜ ਦੇ ਵਿੱਚ ਅਜੇ ਤੱਕ ਉਹ ਉਦਾਂ ਦਾ ਉਦਾਂ ਹੀ ਹਾਰਡ ਆ ਜਿੱਦਾਂ ਦਾ ਕੱਲ ਵੱਡਿਆ ਹੁੰਦਾ ਇੰਜੈਕਸ਼ਨ ਲੱਗੇ ਆ ਸੁਣੋ ਜਿਹੜਾ ਇੰਡੀਆ ਦੇ ਵਿੱਚ ਹੁੰਦਾ ਸੀ ਵਿੰਟਰ ਦੇ ਵਿੱਚ ਅਸੀਂ ਜ਼ਿਮੀਦਾਰ ਲੋਕ ਆ ਸਾਰੇ ਹੀ ਉੱਥੇ ਹੀ ਬੈਠੇ ਤੁਸੀਂ ਵੀ ਉੱਥੇ ਹੀ ਅੱਜ ਤੁਸੀਂ ਗੋਭੀ ਦਾ ਫੁੱਲ ਵੱਢਿਆ ਅੱਜ ਬਣ ਗਿਆ ਜਾਂ ਕੱਲ ਨੂੰ ਬਣ ਗਿਆ ਪਰਸੋਂ ਨੂੰ ਉਹਨੇ ਮੁਰਝਾ ਜਾਣਾ ओके ओदे विच जिहड़े न्यूट्रिएंट्स आ ओह कित्थे गए जिहड़ा हुण 3 वीक दा मेरी फ्रिज च पिया पहला स्टोर दी च पिया सी कद्दा तुरिया होया बॉडीज़ की करनगियां नंबर 2 ओदे विच पॉजिटिव चीज़ भी आ जाना इत्थे साडे फौजी सुत्ते पए आ क्योंकि इस कंट्री च इस फौजी ने कदे वॉर ही नहीं लड़ी क्योंकि हरेक चीज़ प्योर आ वाटर भी प्योर आ एयर भी प्योर आ हरेक चीज़ प्योर आ उत्थे हर चीज़ पोल्यूटड आ बॉडी हर वेले फाइट कर रही आ ओदे फौजी हर वेले लड़ाई लड़ रहे आ ਸਲਮ ਏਰੀਏ ਚ ਮਹਾਰਾਸ਼ਟਰ ਚ ਆਇਆ ਸੀ ਉੱਥੇ ਵਧਿਆ ਹੀ ਨਹੀਂ ਸਲਮ ਏਰੀਏ ਦੇ ਵਿੱਚ ਕਿਉਂਕਿ ਆਪਾਂ ਦੇਖਿਆ ਉਹਦੇ ਨੰਬਰ ਉਹ ਬੈਗਰ ਨਹੀਂ ਮਿਲਿਆ ਤਿੰਨ ਚਾਰ ਉਹਦੇ ਇਹ ਜਿਹੜੇ ਮੇਨ ਰੀਜ਼ਨ ਆ ਜਿਹੜੇ ਮੈਂ ਤੁਹਾਨੂੰ ਹਰੇਕ ਤਰ੍ਹਾਂ ਦੇ ਦੱਸ ਦਿੱਤੇ ਬਾਕੀ ਮੈਂ ਹਾਂ ਜ਼ਰੂਰ ਡੈਫੀਨੇਟਲੀ ਮੈਂ ਯੁੱਧਵੀਰ ਭਾਜੀ ਤੋਂ ਇਹਦੇ ਬਾਰੇ ਵੀ ਜ਼ਰੂਰ ਇੱਕ ਹਾਂਜੀ ਲੈਣਾ ਚਾਹੂੰਗਾ ਇਹਨਾਂ ਦੀ ਇਨਪੁੱਟ ਹੋ ਸਕਦਾ ਇਹਨਾਂ ਦਾ ਨਜ਼ਰੀਆ ਮੇਰੇ ਨਾਲੋਂ ਵੱਖਰਾ ਹੋਵੇ ਡੈਫੀਨੇਟਲੀ ਯੁੱਧਵੀਰ ਜੀ ਰੈਪ ਅਪ ਤੋਂ ਪਹਿਲਾਂ ਤੁਸੀਂ ਆ ਸਿੰਗਲਾ ਸਾਹਿਬ ਦੇ ਹਾਂਜੀ ਉੱਤੇ ਕੋਈ ਕਮੈਂਟ ਕਰਨਾ ਚਾਹੋ ਜੋ ਮੈਂ ਕੀਤੇ ਇਹਨਾਂ ਤੋਂ ਇਲਾਵਾ ਹਾਂਜੀ ਜਿਹੜੇ ਤੁਸੀਂ ਕਮੈਂਟ ਕੀਤੇ ਨੇ ਇਸ ਤੋਂ ਜੇ ਤੁਸੀਂ ਇਲਾਵਾ ਚਾਹੁੰਦੇ ਹੋ ਤੁਹਾਡੇ ਸਾਰੇ ਪੁਆਇੰਟਸ ਤੁਹਾਡੇ ਰੰਧਾਵਾ ਸਾਹਿਬ ਦੇ ਬਿਲਕੁਲ ਠੀਕ ਹੈ ਬਟ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਅਸੀਂ ਮਿਸ ਕਰ ਰਹੇ ਹਾਂ ਇੰਡੀਆ ਐਂਡ ਪਾਕਿਸਤਾਨ ਦੇ ਆਰ ਯੰਗ ਕੰਟਰੀਜ਼ ਮੀਡੀਅਨ ਏਜ ਜਿਹੜੀ ਇੰਡੀਆ ਦੀ ਮੀਡੀਅਨ ਏਜ ਹੈਗੀ ਆ ਉਹ 28 ਸਾਲ ਦੀ ਹੈ ਇੰਡੀਆ ਦੀ ਮੀਡੀਅਨ ਏਜ 28 ਸਾਲ ਹੈ ਤੇ ਸਾਡੇ ਇੱਥੇ ਕੈਨੇਡਾ ਦੀ ਜਿਹੜੀ ਮੀਡੀਅਨ ਏਜ ਹੈਗੀ ਆ ਉਹ 40 ਸਾਲ ਤੋਂ ਜ਼ਿਆਦਾ ਹੈ ਯੂਰਪ ਦੀਆਂ ਕਈ ਕੰਟਰੀਜ਼ ਦੀਆਂ 42-43 ਸਾਲ 45 ਸਾਲ ਮੀਡੀਅਨ ਏਜ ਹੈ ਸੋ ਕਿੱਥੇ 45 ਸਾਲ ਮੀਡੀਅਨ ਏਜ ਤੇ ਕਿੱਥੇ 28 ਸਾਲ ਮੀਡੀਅਨ ਏਜ ਸੋ ਇੰਡੀਆ ਪਾਕਿਸਤਾਨ ਇਹ ਬੜੀਆਂ ਯੰਗ ਕੰਟਰੀਜ਼ ਹੈਗੀਆਂ ਇਹ ਵੀ ਇੱਕ ਮੇਜਰ ਫੈਕਟਰ ਹੈ ਦੂਸਰਾ ਜਿਹੜੀਆਂ ਇੱਥੇ ਤੁਸੀਂ ਡੈਥਸ ਦੇਖੋ ਜ਼ਿਆਦਾਤਰ ਜਿਹੜੀਆਂ ਡੈਥਸ ਨੇ ਇੱਥੇ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਹੋਈਆਂ ਨੇ ਔਰ ਉਹ ਵੀ ਉਹਨਾਂ 'ਚ ਜਿਹਦਿਆਂ ਦੇ ਕਿ ਪ੍ਰਾਈਵੇਟਲੀ ਮੈਨੇਜਡ ਆ ਜੇ ਤੁਸੀਂ ਦੇਖੋਗੇ ਜਿਹੜੇ ਨਾਨ ਪ੍ਰੋਫਿਟ ਸੀਗੇ ਜਾਂ ਮਿਊਨਿਸਪਲ ਲੈਵਲ ਦੇ ਉੱਤੇ ਜਿਹੜੀਆਂ ਲੌਂਗ ਟਰਮ ਕੇਅਰ ਹੋਮਸ ਜਿਹੜੇ ਮੈਨੇਜ ਕਰ ਰਹੇ ਸੀ ਉੱਥੇ ਬਹੁਤ ਘੱਟ ਹੈ ਸੋ ਜਿਹੜੇ ਪ੍ਰਾਈਵੇਟ ਲੈਵਲ ਤੇ ਲੌਂਗ ਟਰਮ ਕੇਅਰ ਹੋਮ ਸੀਗੇ ਉੱਥੇ ਡੈਥਸ ਜਿਹੜੀਆਂ ਨੇ ਬਹੁਤ ਜ਼ਿਆਦਾ ਹੋਈਆਂ ਨੇ ਬਾਕੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਮਿਊਨਿਟੀ ਇਜ਼ ਅਨਦਰ ਵੈਰੀ ਇੰਪੋਰਟੈਂਟ ਇਸ਼ੂ ਔਰ ਅਸੀਂ ਜੇ ਟੈਸਟ ਦੀ ਗੱਲ ਕਰੀਏ ਪਹਿਲਾਂ ਉੱਥੇ ਮਿਲੀਅਨਸ ਆਫ ਕੇਸਿਸ ਵੀ ਤਾਂ ਰੋਜ਼ ਉੱਥੇ ਆ ਰਹੇ ਸੀ 70 ਲੱਖ 80 ਲੱਖ ਕਿੰਨੇ ਕਿੰਨੇ ਕੇਸਿਸ ਜਿਹੜੇ ਨੇ ਉੱਥੇ ਰੋਜ਼ਾਨਾ ਆਉਂਦੇ ਰਹੇ ਨੇ ਸੋ ਅੱਜ ਦੀ ਜੇ ਅਸੀਂ ਗੱਲ ਕਰੀਏ ਤਾਂ ਯੈਸ ਡੈਫੀਨੇਟਲੀ ਇਹ ਸਾਰੇ ਫੈਕਟਰ ਜਿਹੜੇ ਨੇ ਬੜੇ ਇੰਪੋਰਟੈਂਟ ਨੇ ਦੂਸਰਾ ਉੱਥੇ ਇਮਿਊਨਿਟੀ ਲੋਕਾਂ ਦੀ ਸਾਡੀ ਇੱਥੇ ਹੁਣ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਅਸੀਂ ਜਿੰਨਾ ਹੁਣ ਅੰਦਰ ਰਹਿ ਰਹੇ ਹਾਂ ਅਸੀਂ ਗੱਲ ਤਾਂ ਠੀਕ ਹੈ ਕਿ ਅਸੀਂ ਹੈਂਡਸ ਵਾਸ਼ ਕਰੀਏ ਅੰਦਰ ਰਹੀਏ ਮਾਸਕ ਲਾਈਏ ਸਾਰਾ ਕੁਝ ਬਚਾਅ ਦਾ ਤਰੀਕਾ ਤੇ ਵਾਇਰਸ ਤੋਂ ਇਹੀ ਆ ਪਰ ਇਹਦੇ ਨਾਲ ਜਦੋਂ ਬਾਡੀ ਨੂੰ ਪਤਾ ਲੱਗਦਾ ਹੈ ਕਿ ਅਸੀਂ ਜਿੰਨੀ ਵਾਰ ਹੱਥ ਧੋ ਰਹੇ ਹਾਂ ਜਿੰਨੇ ਅਸੀਂ ਵੈਸੇ ਹੀ ਇੱਥੇ ਜਰਮ ਫਰੀ ਐਟਮੋਸਫੀਅਰ 'ਚ ਰਹਿ ਰਹੇ ਹਾਂ ਸਾਡੀ ਇਮਿਊਨਿਟੀ ਬਲਕਿ ਹੋਰ ਜ਼ਿਆਦਾ ਥੱਲੇ ਆ ਰਹੀ ਹੈ ਹੋਰ ਜ਼ਿਆਦਾ ਅਸੀਂ ਹੋਰ ਵਲਨਰੇਬਲ ਹੋ ਗਏ ਹਾਂ ਹੁਣ ਪਰ ਸਾਡੇ ਕੋਲ ਕੋਈ ਹੋਰ ਕੋਈ ਹੱਲ ਵੀ ਹੈ ਨਹੀਂ ਅਦਾ ਇਸ ਟਾਈਮ ਥੈਂਕ ਯੂ ਬਿਲਕੁਲ ਜੀ ਡੈਫੀਨੇਟਲੀ ਕਿਉਂਕਿ ਮੈਂ ਉਹੀ ਗੱਲ ਕਰਦਾ ਜੀ ਮੈਂ ਤਾਂ ਸਿੰਪਲ ਲੈਂਗੁਏਜ ਦੇ ਵਿੱਚ ਕਿਉਂਕਿ ਸਾਡੇ ਨਾਲ ਡਾਕਟਰ ਸ਼ਰਮਾ ਸਾਹਿਬ ਹੁੰਦੇ ਆ ਜੀ ਉਹ ਬੜੀ ਸਿੰਪਲ ਲੈਂਗੁਏਜ ਦੇ ਵਿੱਚ ਇਮਿਊਨਿਟੀ ਬਾਰੇ ਹਰੇਕ ਚੀਜ਼ ਬਾਰੇ ਦੱਸਦੇ ਹੁੰਦੇ ਆ ਉਹ ਕਹਿੰਦੇ ਇਹੀ ਚੀਜ਼ ਆ ਕਿ ਫੌਜੀ ਉਹਨਾਂ ਨੇ ਤਾਂ ਜਿਹੜੀ ਵੈਕਸੀਨੇਸ਼ਨ ਆ ਇਹਦੇ ਬਾਰੇ ਵੀ ਇਹੀ ਗੱਲ ਕੀਤੀ ਸੀ ਉਹ ਕਹਿੰਦੇ ਜੀ ਹਲਕਾ ਜਿਹਾ ਚੋਰ ਤੁਹਾਡੇ ਪਿੰਡ ਭੇਜਣਾ ਆ ਤਾਂ ਜੋ ਤੁਹਾਡੇ ਪਿੰਡ ਦੇ ਲੋਕੀ ਜਾਗ ਪੈਣ ਵੱਡਾ ਚੋਰ ਆਉਣ ਲਈ ਉਹ ਤਿਆਰ ਹੋ ਜਾਣ ਉਹਨਾਂ ਨੇ ਬੜੀ ਸਰਲ ਭਾਸ਼ਾ ਦੇ ਵਿੱਚ ਉਹ ਸਾਰਾ ਸ਼ੋਅ ਕਰਦੇ ਆ ਇੱਥੇ MD ਫੈਮਿਲੀ ਫਿਜ਼ੀਸ਼ੀਅਨ ਨੇ ਔਰ ਪ੍ਰੈਕਟਿਸ ਕਰਦੇ ਨੇ ਔਰ ਬੜੀ ਵਧੀਆ ਉਹਨਾਂ ਦੀ ਮੈਂ ਉਹ ਲੈਂਗੁਏਜ ਦੇ ਵਿੱਚ ਤੁਹਾਨੂੰ ਦੱਸਿਆ ਜੀ ਵੀ ਇੱਥੇ ਸਾਡੇ ਫੌਜੀ ਜਿਹੜੇ ਆ ਉਹ ਸੁੱਤੇ ਪਏ ਆ ਹੈ ਹੀ ਨਹੀਂ ਮਤਲਬ ਸਾਡੀ ਇਮਿਊਨਿਟੀ ਇੰਨੀ ਵੀਕ ਆ ਵੀ ਆਰ ਐਟ ਦਾ ਵੀਕੈਸਟ ਲੈਵਲ ਜਿਹੜੇ ਇਹੀ ਚੀਜ਼ ਆ ਜਿਹਦੇ ਕਰਕੇ ਸਾਡੇ ਸੀਨੀਅਰਸ ਹੋਮਾਂ ਦੇ ਵਿੱਚ ਡੈਥ ਆ ਕਿਉਂਕਿ ਉਹਨਾਂ ਦੀ ਜਿਹੜੀ ਇਮਿਊਨਿਟੀ ਆ ਉਹ ਆਲਰੇਡੀ ਪ੍ਰੀ ਕੰਪਰੋਮਾਈਜ਼ਡ ਹੈ
स्वागत है जी, उस तो बाद असीं ब्रेक दे उत्ते जावांगे, ब्रेक तो बाद आण के किसानी मुद्दा जी पूरा डिस्कस जिहड़ा ओह डिटेल दे विच करांगे। हां जी, तुहाडा स्वागत है जी। अगले दुए चीज जरूर करांगे कि पॉजिटिविटी कितनी की जरूरत, जिसमें उत्थे भी असीं गल करांगे वे हरेक चीज़ दे विचों पॉजिटिव चीज़। ये गल तुहाडी मैं गल नाल बिल्कुल सहमत हाँ कि जिहो जिहियां थॉट्स तुसीं बॉडी नूं देणियां आ उहो जिहियां थॉट्स दी रिजल्ट जिहड़े ओवर कम तुहाडे कोलों वापस आउणे आ। सो बिल्कुल जी, डर गया सो मर गया, वेरी सिंपल। हाँ जी बिल्कुल जी, बिल्कुल डेफिनेटली जी। और बिल्कुल जी, एक छोटी जी ब्रेक लैने आ, पांच छे मिनट की ब्रेक, उस तो बाद सारे कॉलरस नूं बेनती है तुसीं कॉलां जरूर करनियां, काफ़ी डिटेल दे विच डिटेल दे विच डिस्कशन करांगे कि किसानों ने अजे तक इस मुहिम दे विचों की वटिया ते की खटिया। सबसिडीज़ की WTO की गलबात करांगे, जिहदे विच कनेडा इंडिया दे उत्ते प्रैशर पा रहा कि सबसिडीज़ खत्म कीतियां जाण। कनेडा, अमेरिका, चाइना और यूरोपीयन यूनियन किन्नियां कि सबसिडीज़ सालाना दिंदी आ, किन्ने $100 billion जिहड़ा सबसिडी दे विच जांदा आ, उन्हां सबसिडीज़ दे बेनीफिट की आ, कि कल्ला सबसिडीज़ इसे चीज़ लई कीती जांदी आ कि किसान दा प्रॉफिट वध सके, जां सबसिडी इस लई दित्ती जांदी आ कि सारी नेशन रज के रोटी खा सके। सो काफ़ी डिटेल दे विच गलबात इहदे बारे आण के करांगे कि सबसिडियां क्यों दित्तियां जांदियां कितने सारे जगह। यही कई बार असीं सोचदे आ कि सबसिडी इसे गल करके दित्ती जांदी आ, किसान नूं फ्री च बिजली मिल जाए, किसान नूं डीजल सस्ता मिल जाए, किसान नूं फसल गरंटीड चक्की जाए, किसान नूं आ चीज़ हो जाए, जबकि रियलिटी की आ वो तुहाडे नाल शेयर जरूर करांगे कि रियलिटी सबसिडीज़ की है क्यों, तो वर्ल्डवाइड दित्तियां क्यों जानियां। इत कलियां थर्ड वर्ल्ड कंट्री जां डिवेलपिंग कंट्री की गल नहीं, जिहड़ियां डिवेलप्ड कंट्री यूरोपीयन यूनियन की गल करांगे, कनेडा की गल करांगे, अमेरिका की गल करांगे, चाइना जिहड़ा डिवेलपिंग कंट्री आ उहदी गल करांगे, हर जगह सबसिडियां जिहड़ियां बिलियनस हंड्रड्स ऑफ बिलियनस डॉलर दे विच दित्तियां जांदियां, इहनां दा मंतव की आ। सो उहदे बारे गल्लां बातां आउण वाली सैगमेंट दे विच डेफिनेटली करांगे, और आउण वाले प्रोग्राम किसानां दे जिहड़ा संघर्ष आ इहनूं जे वाकई गौरमेंट दे उत्ते कोई इफेक्ट पैणा तां की संघर्ष चेंज होना चाहिए, उहदी दशा की होनी चाहिए आ, उह किधर नूं वधणा चाहिए आ, उहदे बारे गल्लबात जरूर करांगे। सो काफ़ी वड्डी डिस्कशन लैके इदां ही सारा पैनल जिहड़ा हो सकिया तां एक पैनल मैंबर जिहड़े आउण वाले हाँ जी प्रोग्राम सैगमेंट दे विच जरूर शामिल करांगे। तुसीं देख रहे हो चैनल वाई, वापस आउने आ एक छोटी जिही ब्रेक तों बाद।